ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਖਬਰ ਜੰਕਸ਼ਨ ਦੇ ਵਿੱਚ ਮੈਂ ਹਾਂ ਸੰਜੀਵ ਯਸ਼ਕੰਨਾ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਨਰਿੰਦਰ ਸੱਤੀ ਜੀ ਬਹੁਤ ਬਹੁਤ ਸਵਾਗਤ ਵੀ ਹੈ ਜੀ ਸਾਡੇ ਦਰਸ਼ਕਾਂ ਦਾ ਤੁਹਾਡਾ ਵੀ ਸਾਡਾ ਸਾਰਿਆਂ ਦਾ ਹੀ ਕਿਉਂਕਿ ਅਸੀਂ ਸਾਰੇ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਨਾ ਬੜੀ ਖੁਸ਼ੀ ਹੁੰਦੀ ਹੈ ਔਰ ਕੈਮਰੇ ਦੇ ਮਾਧਿਅਮ ਤੋਂ ਅਸੀਂ ਜਦੋਂ ਗੱਲਾਂ ਕਰਦੇ ਆ ਆਪਣੇ ਦਰਸ਼ਕਾਂ ਦੇ ਨਾਲ ਦਿਲ ਦੀਆਂ ਗੱਲਾਂ ਤਾਂ ਉਹ ਪੰਜਾਬ ਨਾਲ ਵੀ ਜੁੜੀਆਂ ਹੁੰਦੀਆਂ ਨੇ ਵਿਦੇਸ਼ ਦੀ ਧਰਤੀ ਨਾਲ ਵੀ ਜੁੜੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੀ ਮਜ਼ਾ ਆਉਂਦਾ ਸਾਨੂੰ ਵੀ ਮਜ਼ਾ ਆਉਂਦਾ ਕਿਉਂਕਿ ਆਪਣੇ ਜਦੋਂ ਆਪਣੇ ਨਾਲ ਗੱਲਾਂ ਕਰਨ ਤਾਂ ਬਹੁਤ ਵਧੀਆ ਲੱਗਦਾ ਜੀ ਜੀ ਉਹਨੇ ਆਪਣੇ ਪੰਦੇ ਹੀ ਸਾਰੀ ਗੱਲ ਹੈ ਕਿ ਜਿਹੜੀ ਅਸੀਂ ਵੱਖੋ ਵੱਖ ਖਬਰਾਂ ਦੇ ਉੱਤੇ ਚਾਤ ਵੀ ਪਾਉਣੀ ਹੈ ਤੇ ਥੋੜਾ ਡਿਟੇਲ ਵਿੱਚ ਡਿਸਕਸ ਵੀ ਕਰਨਾ ਹੈ ਹਾਂ ਬਿਲਕੁਲ ਫਿਰ ਚਲੋ ਵਿਚਾਰ ਚਰਚਾ ਹੋ ਜਾਂਦੀ ਆ ਥੋੜਾ ਬਹੁਤ ਅੰਦਰੋਂ ਬਾਹਰਲਾ ਪਤਾ ਲੱਗ ਜਾਂਦਾ ਬਿਲਕੁਲ ਜੀ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਤਾਂ ਜਿਹੜੀ ਹੁਣੇ ਜੰਗ ਚੱਲ ਰਹੀ ਆ ਅਮਰੀਕਾ ਤੇ ਯੂਕਰੇਨ ਦੀ ਜੀ ਉਹਦੇ ਵਿੱਚ ਅਮਰੀਕਾ ਸਵਾਗਤ ਕਰਦਾ ਹੈ ਭਾਰਤ ਦਾ ਭਾਰਤ ਦੀ ਜਿਹੜੀ ਵਿਚਾਰਤਾ ਰਹੇ ਕਿ ਨਾਲੇ ਦੁਅਲੇ ਸੰਬੰਧ ਨੇ ਅਮਰੀਕਾ ਨਾਲ ਭਾਰਤ ਦੇ ਹੁਣ ਤੱਕ ਦੇ ਨਿਭਾਏ ਰੂਲ ਦਾ ਯਾਨੀ ਬਿਲਕੁਲ ਜੋ ਇੰਡੋ ਪੈਸੀਫਿਕ ਖੇਤਰ ਹੈ ਉਹਦੇ ਵਿੱਚ ਸੁਰੱਖਿਆ ਨੂੰ ਵੀ ਲੈ ਕੇ ਤੇ ਨਾਲ ਇਕਨੋਮੀ ਨੂੰ ਵੀ ਲੈ ਕੇ ਜਿਹੜਾ ਅਰਥਚਾਰਾ ਹੈਗੇ ਐਕਸਪੋਰਟ ਇੰਪੋਰਟ ਵੀ ਸਾਰਾ ਹੁੰਦਾ ਹੈ ਤੇ ਨਾਲ ਸੁਰੱਖਿਆ ਵੀ ਸਾਰੀ ਹੁੰਦੀ ਹੈ ਪਰ ਇੱਕ ਗੱਲ ਜੋ ਇੰਟਰਨੈਸ਼ਨਲ ਲੈਵਲ ਤੇ ਕਹੀ ਜਾ ਰਹੀ ਹੈ ਕਿ ਜਿਵੇਂ ਸਾਰੇ ਮੁਲਕਾਂ ਨੇ ਰੂਸ ਤੇ ਉੱਤੇ ਪਾਬੰਦੀਆਂ ਲਗਾਈਆਂ ਨੇ ਕਿਉਂਕਿ ਰੂਸ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਅੱਗੇ ਵੱਧ ਚੁੱਕਾ ਹੈ ਜੋ ਕਿ ਉਹਨੂੰ ਨਹੀਂ ਕਰਨਾ ਚਾਹੀਦਾ ਉਹ ਵੀ ਕਰ ਰਿਹਾ ਹੈ ਇਸ ਕਰਕੇ ਪਾਬੰਦੀਆਂ ਜ਼ਿਆਦਾ ਨੇ ਪਰ ਭਾਰਤ ਨੇ ਖੁੱਲ ਕੇ ਨਿੰਦਾ ਨਹੀਂ ਕੀਤੀ ਹਜੇ ਤੱਕ ਇੰਟਰਨੈਸ਼ਨਲ ਪਲੇਟਫਾਰਮ ਤੇ ਨਾ ਕੋਈ ਪਾਬੰਦੀ ਲਾਈ ਹੈ ਨਾ ਕੋਈ ਪਾਬੰਦੀ ਲਾਈ ਹੈ ਜੀ ਅਤੇ ਤੇਲ ਜਿਹੜਾ ਹੈ ਸਸਤੀਆਂ ਕੀਮਤਾਂ ਤੇ ਮਿਲ ਰਿਹਾ ਹਾਲਾਂਕਿ ਪਹਿਲਾਂ ਗੱਲ ਹੋਈ ਸੀ ਕਿ ਰਸ਼ੀਆ ਵੱਲੋਂ ਕਿ ਅਸੀਂ ਪਾਕਿਸਤਾਨ ਨੂੰ ਹੋਰ ਜ਼ਿਆਦਾ ਸਸਤੀ ਕੀਮਤ ਤੇ ਦੇ ਸਕਦੇ ਹਾਂ ਜੇ ਉਹ ਪਹਿਲ ਕਰਨ ਸਾਡੇ ਵੱਲ ਆਉਣ ਹਾਲਾਂਕਿ ਚਾਈਨਾ ਨਾਲ ਉਹਨਾਂ ਦੀ ਦੋਸਤੀ ਹੈ ਤਾਂ ਉਹ ਘੁਮ ਘੁਮਾ ਕੇ ਅਮਰਿਕਨ ਨਾਲ ਵੀ ਦੋਸਤੀ ਬਣ ਰੂਸ ਨਾਲ ਵੀ ਦੋਸਤੀ ਬਣਦੀ ਪਈ ਹੈ ਪਰ ਇੰਡੀਆ ਜ਼ਿਆਦਾ ਨਜ਼ਦੀਕ ਹੈ ਰੂਸ ਤੇ ਸ਼ੁਰੂ ਤੋਂ ਹੀ ਸੋ ਇਹ ਸਾਰੇ ਸਬੰਧ ਇਸ ਵਕਤ ਬਣ ਰਹੇ ਨੇ ਦੇਖੋ ਇਥਾ ਵੀ ਇੱਕ ਪੰਜਾਬੀ ਗੀਤ ਦੇ ਬੋਲ ਹਨ ਵੀ ਪਿੰਡ ਧੜਿਆਂ ਚ ਵੰਡਤਾ ਹਾਂਜੀ ਇਸ ਵੇਲੇ ਵੀ ਤਾਂ ਪਹਿਲਾਂ ਤੋਂ ਹੀ ਦੁਨੀਆ ਧੜਿਆਂ ਚ ਵੰਡੀ ਹੋਈ ਹੈ ਕੋਈ ਨਟ ਹੋਇਆ ਕੋਈ ਕਿਸ ਤਰ੍ਹਾਂ ਦਾ ਇਕੱਠ ਆ ਕੋਈ ਕਿਸੇ ਤਰ੍ਹਾਂ ਦਾ ਆ ਖਾਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਜਿਹੜੇ ਹਾਲਾਤ ਆ ਆਲਮੀ ਦੁਨੀਆ ਪੱਧਰ ਤੇ ਜਿਹੜਾ ਜਿੱਥੋਂ ਤੱਕ ਭਾਰਤ ਦਾ تعلق ਆ ਇੰਡੀਆ ਦਾ تعلق ਆ ਰੂਸ ਦੇ ਨਾਲ ਠੀਕ ਆ ਸਾਰੀ ਦੁਨੀਆ ਨੇ ਪਾਬੰਦੀਆਂ ਯੂਰਪ ਨੇ ਖਾਸ ਕਰਕੇ ਬਹੁਤ ਸਖਤ ਪਾਬੰਦੀਆਂ ਲਾਈਆਂ ਆ ਗੈਸ ਤੇ ਤੇਲ ਤੇ ਜਿਹੜੇ ਵੱਡੇ ਦਰਮਦਕਾਰ ਦੇਸ਼ ਸੀਗੇ ਹੰਗਰੀ ਵਰਗੇ ਉਹਨਾਂ ਨੇ ਵੀ ਜਿਹੜਾ ਆ ਪਾਬੰਦੀਆਂ ਲਾਈਆਂ ਨੇ ਪੂਲੈਂਡ ਨੇ ਲਾਈਆਂ ਤਾਂ ਇਸੇ ਤਰ੍ਹਾਂ ਫਰਾਂਸ ਹੈ ਜਰਮਨ ਸਾਰਾ ਯੂਰਪੀ तकरीबन ਇੱਕ ਜਟਿਆ ਠੀਕ ਬਿਲਕੁਲ ਜੀ ਤਾਂ ਉਹਨਾਂ ਨੇ ਇਹ ਵੀ ਕਿਹਾ ਭਈ ਰੂਸ ਦਾ ਟਕਰਾ ਕਰਨ ਲਈ ਜਿਹੜਾ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਫਿਰ ਕੋਈ ਹਥਿਆਰਾਂ ਦੀ ਸਪਲਾਈ ਕਰ ਰਿਹਾ ਕੋਈ ਧੰਨ ਜਟਾ ਰਿਹਾ ਕੋਈ ਕੁਝ ਕਰ ਰਿਹਾ ਉਥੋਂ ਦੇ ਪਿਛਲੇ ਦਿਨੀ ਆਪਾਂ ਦੇਖਦੇ ਹਾਂ ਭਈ ਯੂਰਪ ਦੇ ਜਿਹੜੇ ਆਗੂ ਨੇ ਬਹੁਤੇ ਦੇਸ਼ਾਂ ਦੇ ਉਹ ਆਪਣੇ ਜੈਲੈਂਸਕੀ ਦੀ ਜਾ ਕੇ ਉਹਨਾਂ ਨੇ ਪਿੱਠ ਵੀ ਥਾਪੜੀ ਆ ਆਕੀਬ ਦੇ ਵਿੱਚ ਵੀ ਕੋਈ ਨਹੀਂ ਪਾਉ ਅਸੀਂ ਬੈਠੇ ਆ ਭਾਰਤ ਦੇ ਨਾਲ ਪਹਿਲਾਂ ਤੋਂ ਜਦੋਂ ਅਸੀਂ ਛੋਟੇ ਵੀ ਹੁੰਦੇ ਸੀਗੇ ਸਕੂਲ 'ਚ ਹੀ ਹਲੇ ਪੜ੍ਹਦੇ ਹੁੰਦੇ ਸੀ ਤਾਂ ਰੂਸ ਹਿੰਦ ਦੋਸਤੀ ਦੇ ਨਾਰੇ ਲੱਗਦੇ ਹੁੰਦੇ ਸੀ ਜੀ ਤੇ ਆਪਾਂ ਸਾਰੇ ਜਾਣਦੇ ਆ ਵੀ ਰੂਸੀ ਸਫਾਰਤਖਾਨੇ ਦੇ ਵਿੱਚ ਕਿੰਨੇ ਪੰਜਾਬੀਆਂ ਨੂੰ ਨੌਕਰੀ ਮਿਲੀ ਹੋਈ ਸੀ ਕਿੰਨੇ ਹਿੰਦੁਸਤਾਨੀਆਂ ਨੂੰ ਬੋਲਗਾ ਪ੍ਰਕਾਸ਼ਨ ਉਹਨਾਂ ਦਾ ਉਹਦੀਆਂ ਜਿਹੜੀਆਂ ਰਸਾਲੇ ਹੁੰਦੇ ਸੀ ਸੋਵੀਅਤ ਦੇਸ਼ ਸੋਵੀਅਤ ਨਾਰੀ ਸੋਵੀਅਤ ਲੈਂਡ ਫਿਰ ਪਹਿਲਾਂ ਤੋਂ ਹੀ ਜਿਹੜਾ ਸਪੁਤਨਿਕ ਸਪੁਤਨਿਕ ਹੋ ਗਿਆ ਫੇ ਨਹਿਰੂ ਦੇ ਨਾਂ ਤੇ ਜਿਹੜਾ ਆ ਇੱਕ ਕ ਮੰਤਰੀ ਪਦਰ ਦਾ ਨਾਮ ਦਿੱਤਾ ਜਾਂਦਾ ਸੀਗਾ ਠੀਕ ਹੈ ਤਾਂ ਜਵਾਨ ਨਹਿਰੂ ਉਹਨਾਂ ਦੇ ਨਾਂ ਦੇ ਉੱਤੇ ਤਾਂ ਉਹ ਜਦੋਂ ਪਹਿਲਾਂ ਤੋਂ ਹੀ ਰੂਸ ਪ੍ਰਤੀ ਹਿੰਦੁਸਤਾਨ ਦਾ ਝਕਾਰਿਆ ਕਹਿ ਲਓ ਜਾਂ ਰੂਸ ਵਾਲਿਆਂ ਦਾ ਸਾਡੇ ਪ੍ਰਤੀ ਝਕਾਰ ਰਿਹਾ ਮੇਰਾ ਨਾਮ ਜੋਕਰ ਕਹਿੰਦੇ ਆ ਵੀ ਹਿੰਦੁਸਤਾਨ ਚ ਤਾਂ ਫੇਲ ਹੋ ਗਈ ਸੀ ਰਾਜਕਪੂਰ ਦੀ ਫਿਲਮ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਈ ਸੀ ਵੀ ਕਈ ਵਾਰੀ ਗੱਲ ਬਾਤ ਚ ਸਮਝ ਆਉਂਦੀ ਹੈ ਤਾਂ ਰੂਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਸਮਾਂ ਲੰਮਾਰਸਾ ਚੱਲਦੀ ਰਹੀ ਸੀ ਕਿਉਂਕਿ ਉਹਦੇ ਵਿੱਚ ਰੂਸ ਦੀ ਸਰਕਸ ਦਾ ਇਸਤੇਮਾਲ ਕੀਤਾ ਸੀ ਸਰਕਸ ਦਾ ਇਸਤੇਮਾਲ ਵੀ ਸੀ ਆਗਰੇ ਇੱਕ ਜਿਹੜੀ ਫਿਲਮ ਦੀ ਕਲਾਕਾਰ ਸੀਗੀ ਉਹ ਵੀ ਰੂਸੀ ਸੀ ਰੂਸੀ ਸੀ ਸਾਰਾ ਯੂਨਿਟੀ ਉੱਥੋਂ ਆਇਆ ਸੀ ਹਾਂ ਪਰ ਉਹ ਫਿਲਮ ਜ਼ਿੰਦਗੀ ਦੇ ਬਹੁਤ ਨੇੜੇ-ਨੇੜੇ ਸੀਗੀ ਵੀ ਜ਼ਿੰਦਗੀ ਦੇ ਫਲਸਫੇ ਦੇ ਨੇੜੇ ਸੀਗੀ ਤੇ ਕਈ ਵਾਰੀ ਮਸਾਲਾ ਟਾਈਪ ਫਿਲਮਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਜਿਹੜੀ ਜ਼ਿੰਦਗੀ ਦੀ ਕੋਈ ਗੱਲ ਕਰਦੀ ਆ ਗੈਰ ਗੰਭੀਰ ਫਿਲਮ ਹੁੰਦੀ ਆ ਉਹ ਆਮ ਤੌਰ ਤੇ ਫਲਾਪ ਹੋ ਜਾਂਦੀ ਆ ਹਾਂ ਭਾਰਤ ਦੇ ਗਾਣੇ ਰੂਸ ਦੇ ਵਿੱਚ ਬਹੁਤ ਪਪੂਲਰ ਨੇ ਖਾਸ ਕਰਕੇ ਰਾਜ ਕਪੂਰ ਜੀ ਦੇ ਗੀਤ ਫਿਲਮਾਂ ਦੇ ਹਾਂਜੀ ਮੇਰਾ ਜੂਤਾ ਹੈ ਜਾਪਾਨੀ ਇਹ ਸਭ ਬਹੁਤ ਪਸੰਦ ਕੀਤਾ ਜਾਂਦਾ ਹੈ ਬਿਲਕੁਲ ਬਿਲਕੁਲ ਔਰ ਆਮ ਲੋਕ ਜਿਹੜੇ ਰਾਜਪੁਰ ਨੂੰ ਜਾਣਦੇ ਸੀ ਗਾਉਂਦੇ ਨੇ ਉੱਥੇ ਤੇ ਫਿਰ ਆਪਣੇ ਤੁਸੀਂ ਦੇਖ ਲਓ ਵੀ ਕਾਮਰੇਡ ਜਿਹੜੇ ਆ ਉਹਨਾਂ ਦੇ ਬੱਚੇ ਵੀ ਰੂਸ ਪੜ੍ਹ ਜਾਂਦੇ ਸੀਗੇ ਸਾਡੇ ਜਿਹੜੇ ਜਗਜੀਤ ਸਿੰਘ ਆਨੰਦ ਖੁਣੀ ਨਵਾਂ ਜ਼ਮਾਨਾ ਵਾਲੇ ਉਹਨਾਂ ਦਾ ਬੇਟਾ ਸਕੀਰਤ ਪੜਿਆ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਉਰੂਸ ਦੀ ਰਾਜਧਾਨੀ ਆਮ ਤੌਰ ਤੇ ਮਾਸਕੋ ਜਾਂ ਹੋਰ ਸ਼ਹਿਰਾਂ ਦੇ ਵਿੱਚ ਬੱਚੇ ਜਿਹੜੇ ਆ ਲੈਨਨਗ੍ਰਾਦ ਸਤਾਨਨ ਗਰਾ ਦਾ ਹੋਰ ਸ਼ਹਿਰਾਂ ਦੇ ਵਿੱਚ ਪੜਦੇ ਰਹੇ ਆ ਬਿਲਕੁਲ ਪੜਦੇ ਰਹੇ ਤੇ ਫਿਰ ਇਸ ਕਰਕੇ ਜਾਨੀ ਕਿ ਕਹਿ ਲੋ ਜਾਂ ਆਪਾਂ ਛੋਟੇ ਹੁੰਦਿਆਂ ਕਹਿਣਾ ਵੀ ਸਾਨੂੰ ਨਹੀਂ ਕਿਸੇ ਦਾ ਡਰ ਵੀ ਸਾਡੇ ਨਾਲ ਰੂਸ ਹੈਗਾ ਤੇ ਸ਼ਾਇਦ ਉਸ ਉਹ ਜਿਹੜੀ ਪਾਲਿਸੀ ਆ ਜਾਂ ਇਨੇ ਵਰਿਆਂ ਦੀ ਜਿਹੜੀ ਦੋਸਤੀ ਆ ਉਹ ਅਜੇ ਤੱਕ ਮੈਂ ਤਾਂ ਕਹਿੰਦਾ ਨਵੇ ਹੀ ਰਹੀ ਹੈ ਤੇ ਇਸੇ ਕਰਕੇ ਭਾਰਤ ਨੇ ਬਾਕੀ ਦੁਨੀਆ ਇੱਕ ਸਮਝ ਲਓ ਵੀ ਇੱਕ ਬੰਨੇ ਹੋ ਗਈ ਤਾਂ ਭਾਰਤ ਨੇ ਨਾਂ ਖੇਦੀ ਕੀਤੀ ਆ ਨਾ ਕੋਈ ਪਾਬੰਦੀ ਲਾਈ ਆ ਤੇ ਇਸ ਕਰਕੇ ਜਦਾਂ ਤੁਸੀਂ ਪਿਛਲੇ ਦਿਨੀ ਕਹਿੰਦੇ ਸੀ ਵੀ ਵਿੱਚੋਂ ਸ ਕੋਈ ਲਾਹਾ ਵੀ ਲੈ ਸਕਦੇ ਆ ਜਿਵੇਂ ਹੁਣ ਉੱਥੇ ਕਣਕ ਦਾ ਸੰਕਟ ਆ ਦੁਨੀਆ ਦੇ ਵਿੱਚ ਉੱਥੇ ਉੱਥੋਂ ਦੇ ਜੰਗ ਕਰਕੇ ਚਾਹ ਦਾ ਵੀ ਹੈ ਚਾਹ ਦਾ ਸੰਕਟ ਹੈ ਆ ਮਤਲਬ ਸਾਡੇ ਕੋਲ ਤਾਂ ਇੰਨਾ ਜਿਹੜਾ ਸਰਪਲਸ ਪਿਆ ਹੋਇਆ ਸਰਪਲਸ ਪਿਆ ਹੋਇਆ ਹੈ ਨਾ ਤੇ ਕਈ ਵਾਰੀ ਆਪਾਂ ਦੇਖਦੇ ਆਂ ਭਈ ਗੋਦਾਮਾਂ ਦੇ ਵਿੱਚ ਕਣਕ ਸੜ ਰਹੀ ਹੁੰਦੀ ਆ ਚੌਲ ਸੜ ਰਹੇ ਹੁੰਦੇ ਆ ਖੁੱਲੇ ਅਸਮਾਨ ਹੇਠ ਪਏ ਹੁੰਦੇ ਆ ਆਪਣੇ ਮੀਂਹ ਪਾਣੀ ਦੇ ਵਿੱਚ ਮੀਲੀ ਛਤਰੀ ਵਾਲੇ ਦੇ ਹਈਏ ਉਹ ਬਸ ਜਿੱਦਾਂ ਇਸ ਕਰਕੇ ਨਾ ਇਸ جنگ ਦੀ ਬਹੁ ਆਯਾਮੀ ਜਿਹੜੇ ਸਿੱਤੇ ਨਿਕਲਣਗੇ ਇਹ ਇਹ ਜੰਗ ਵੱਡੀ ਗੱਲ ਇਹ ਹੈ ਵੀ ਜਿਵੇਂ ਆਪਾਂ ਕਹਿੰਦੇ ਆਂ ਵੀ ਆਲਮੀ ਜੰਗ ਦਾ ਖਤਰਾ ਜੀ ਵਿਸ਼ਵ ਯੁੱਧ ਲੱਗ ਜਾਊਗਾ ਵਰਲਡ ਵਾਰ 3 ਲੱਗ ਜਾਊਗੀ ਸਾਰਿਆਂ ਨੂੰ ਪਤਾ ਵੀ ਜੇ ਵਰਲਡ ਵਾਰ 3 ਲੱਗਦੀ ਆ ਤਾਂ ਐਟਮੀ ਹਥਿਆਰਾਂ ਦਾ ਪ੍ਰਯੋਗ ਵੀ ਹੋਊਗਾ ਉਹ ਫਿਰ ਜਿਹੜੇ ਦੇਸ਼ ਉਹਨਾਂ ਹਥਿਆਰਾਂ ਦਾ ਇਸਤੇਮਾਲ ਕਰਦੇ ਆ ਉਹ ਇਹ ਨਾ ਸਮਝਣ ਪੀ ਉਹ ਬਚੇ ਰਹਿਣਗੇ ਇਨਾਂ ਦਾ ਅਸਰ ਉੱਥੇ ਵੀ ਹੋਣਾ ਹੈ। ਕਹਿੰਦੇ ਨੇ ਕਿ ਇਸ ਵਕਤ ਦੁਨੀਆ ਦੇ ਵਿੱਚ 15 ਤੋਂ 17000 ਜੀ ਇੰਨੇ ਐਟਮ ਬੰਬ ਤਿਆਰ ਹੋਏ ਹੋਏ ਨੇ। ਜੀ। ਔਰ ਇੱਕ ਬਹੁਤ ਪੁਰਾਣੀ ਗੱਲ ਹੈ ਕਿ ਇੱਕ ਕਿਸੇ ਫਿਲਮ ਮੇਕਰ ਨੇ ਫਿਲਮ ਬਣਾਈ ਸੀ ਕਿ ਜਿੱਦੇ ਚ ਉਹਨੇ ਦਿਖਾਇਆ ਕਿ ਐਟਮ ਬੰਬ ਫਟ ਗਏ ਨੇ ਤੇ ਪੂਰੀ ਦੁਨੀਆ ਕੋਈ ਡੇਢ ਮਿੰਟ ਵਿੱਚ ਉਹਨੇ ਤਬਾਹ ਹੁੰਦੀ ਦਿਖਾ ਦਿੱਤੀ। ਇੱਕ ਸਾਇੰਟਿਸਟ ਨੇ ਕਿਹਾ ਕਹਿੰਦੇ ਤੁਸੀਂ ਗਲਤ ਹੋ। ਡੇਢ ਮਿੰਟ ਨਹੀਂ। 1 ਮਿੰਟ 10 ਸਕਿੰਟ ਤੋਂ 1 ਮਿੰਟ 15 ਸਕਿੰਟ ਚਾਹੀਦੇ ਨੇ ਸਵਾ ਮਿੰਟ ਮੁਸ਼ਕਿਲ ਨਾਲ ਔਰ ਪੂਰੀ ਦੁਨੀਆ ਤਬਾਹ ਹੋਣੀ ਤਬਾਹ ਹੋ ਜੇਗੀ ਇੰਨੀ ਅੱਗ ਲੱਗੇਗੀ ਕਿਉਂਕਿ ਜਿਹੜਾ 1000 ਡਿਗਰੀ ਤੋਂ ਉੱਤੇ ਚਲਾ ਜਾਏਗਾ ਟੈਂਪਰੇਚਰ ਦੁਨੀਆ ਦਾ ਔਰ 100 ਡਿਗਰੀ ਦੇ ਪਾਣੀ ਕਾਦੀ ਟੱਡ ਨਹੀਂ ਬਚਦੀ ਕਾਦੀ ਤੁਸੀਂ ਦੇਖੋ 100 ਡਿਗਰੀ ਦੇ ਪਾਣੀ ਉਬਲਦਾ ਤੇ ਛਿੱਟਾ ਪੈ ਜੇ ਕੀ ਹਾਲ ਹੁੰਦਾ ਤੇ 1000 ਡਿਗਰੀ ਤੋਂ ਉੱਤੇ ਤੇ ਕੀ ਹਾਲ ਬਣੇਗੀ ਖੜਾ ਖੜਾ ਬੰਦਾ ਸੁਆਹ ਹੋ ਜਾਊਗਾ ਸੋ ਇੰਨੇ ਖਤਰਨਾਕ ਹਥਿਆਰ ਬਣਾਉਣ ਦੀ ਲੋੜ ਕੀ ਪਈ ਸੀ ਸਤੀ ਸਾਹਿਬ ਮੈਂ ਤਾਂ ਇਹ ਸੋਚਦਾ ਪਿਆ ਹਾਂ ਦੇਖੋ ਜਿਹੜੇ ਐਟਮੀ ਹਥਿਆਰ ਨੇ ਨਾਗਾਸਾਕੀ ਹਿਰੋਸ਼ਿਮਾ ਜਦ ਤੱਕ ਮਨੁੱਖ ਨੇ ਜਿਉਣਾ ਮਨੁੱਖੀ ਨਸਲ ਇਸ ਧਰਤੀ ਤੇ ਆ ਤਦ ਤੱਕ ਕਾਂਡ ਯਾਦ ਰਹਿਣੇ ਆ ਐਟਮ ਬਮ ਜਦੋਂ ਸਟੇ ਤੇ ਉਸ ਤੋਂ 10000 ਗੁਣਾ ਜ਼ਿਆਦਾ ਪਾਵਰਫੁਲ ਬੰਬ ਬਣ ਚੁੱਕੇ ਆ ਬਣ ਚੁੱਕੇ ਆ ਔਰ ਉਥੇ ਦੀ ਇੱਕ ਅਡੋਲੈਸੈਂਟ ਏਜ ਦੀ ਜਿਹੜੀ ਬਾਲੜੀ ਆ ਜਾਨੀ ਕਿ ਉਹ ਨੰਗੀ ਭੱਜੀ ਜਾਂਦੀ ਆ ਉਹ ਬਿਗ ਫੋਟੋਗ੍ਰਾਫਰ ਉਸ ਤੋਂ ਬਚਦੀ ਉਹ ਫੋਟੋ ਦੁਨੀਆ ਚ ਆਪਾਂ ਜਾਣਦੇ ਆ ਪਈ ਪਾਪੂਲਰ ਹੈ ਉਹ ਜੰਗ ਦੀ ਤਰਾਸਤੀ ਨੂੰ ਪੇਸ਼ ਕਰਦੀ ਫੋਟੋ ਆ ਬਿਲਕੁਲ ਜੀ ਅ ਉਸ ਤੋਂ ਪਿੱਛੋਂ ਅੱਜ ਤੱਕ ਮਤਲਬ ਜਪਾਨ ਦੇ ਵਿੱਚ ਜਿਹੜੇ ਸਰੀਰਕ ਵਿਕਾਰਾਂ ਵਾਲੇ ਬੱਚੇ ਪੈਦਾ ਹੋ ਰਹੇ ਆ ਕਿੰਨੇ ਮਤਲਬ ਦੂਸਰੀ ਆਲਮੀ ਜੰਗ ਨੂੰ ਬਾ ਪੌਣੀ ਸਦੀ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਵੀ ਅਜੇ ਤੱਕ ਉੱਥੇ ਜਿਹੜਾ ਨਸਲੀ ਵਿਕਾਰ ਆਇਆ ਹੋਇਆ ਹੈ ਨਾ ਫਿਰ ਕਿੰਨਾ ਸਮਾਂ ਹੋ ਗਿਆ ਪਈ ਕਾਫੀ ਅਰਸੇ ਤੱਕ ਘਾਹ ਦੀ ਤਿਹ ਉੱਥੇ ਰਹਿਣੀ ਦਾ ਕੀ ਆ ਆਲੇ ਦੁਆਲੇ ਵੀ ਨਹੀਂ ਉੱਗੀ ਹੈ ਨਾ ਤਾ ਇਸੇ ਤਰ੍ਹਾਂ ਗੱਲ ਇਹ ਆ ਪਈ ਜੇ ਤੀਸਰੀ ਆਲਮੀ ਜੰਗ ਲੱਗਦੀ ਆ ਤਾਂ ਹਥਿਆਰਾਂ ਦੀ ਵਰਤੋਂ ਹੁੰਦੀ ਆ ਐਟਮਿਕ ਹਥਿਆਰਾਂ ਦੀ ਪਰ ਉੱਥੋਂ ਤੱਕ ਨੌਬਤ ਆਉਣੀ ਨਹੀਂ ਲੱਗਦੀ ਕਿਉਂ ਕਿ ਕਿਉਂਕਿ ਜਿਹੜੀ ਅਸਲ ਚ ਜਿਹੜੇ ਜੰਗ ਦੇ ਕਾਰਨ ਆ ਨਾ ਮੰਡੀ ਐਸ ਵੇਲੇ ਪਹਿਲਾਂ ਵੀ ਰਹੀ ਆ ਪਹਿਲਾਂ ਚਰਾਂਦਾ ਪਾਣੀ ਟੋਲਦੇ ਆਰੀਅਨ ਕਿੱਥੇ ਤੱਕ ਆ ਗਏ ਹੁਣ ਮੰਡੀ ਦਾ ਰੌਲਾ ਸਾਰਾ ਆਪਣਾ ਤੇਲ ਵੇਚਣਾ ਆਪਣੇ ਹਥਿਆਰ ਵੇਚਣਿਆ ਆਪਣੀਆਂ ਜਿੰਸਾਂ ਵੇਚਣੀਆਂ ਆਪਣੀ ਪੈਦਾਵਾਰ ਵੇਚਣੀਆਂ ਜੋ ਇਸ ਵੇਲੇ ਜਿੱਦਾ ਚੀਨ ਆ ਮੰਡੀ ਵਾਲੇ ਮਸਲੇ ਦੇ ਵਿੱਚ ਚੀਨ ਮੈਨੂੰ ਲੱਗਦਾ ਬਾਕੀ ਦੁਨੀਆ ਤੋਂ ਅੱਗੇ ਨਿਕਲ ਰਿਹਾ ਹਾਂਜੀ ਅ ਪਿੱਛੇ ਜਿਹੇ ਕੋਈ ਦੋਸਤ ਕੋਵੈਂਟਰੀ ਦੇ ਵਿੱਚ ਯੂਕੇ ਦੇ ਵਿੱਚ ਬਿਜ਼ਨਸ ਕਰਦੇ ਸੀ ਪੈਂਟਾਂ ਦਾ ਜਿੱਥੇ ਉਹ ਮੰਨ ਲਓ 20 ਰੁਪਏ 20 ਪਾਉਂਡ ਦੀ ਜੀਨ ਵੇਚਦੇ ਸੀਗੇ ਚੀਨੀ ਮਾਲ ਆਇਆ ਉਹ 70 ਰੁਪਏ ਦੀ ਜੀਨ ਵੇਚ ਰਿਹਾ ਉਹ ਕਹਿੰਦਾ ਸਾਡਾ ਮਾਲ ਚੈਰਿਟੀ ਵਾਲਿਆਂ ਨੇ ਨਹੀਂ ਚੁੱਕਿਆ ਉਹ ਕਹਿੰਦੇ ਭਾਈ ਤੁਸੀਂ ਛੱਡ ਕੇ ਜਾ ਸਕਦੇ ਆ ਤਾਂ ਠੀਕ ਆ ਆਦਰਵਾਇਜ਼ ਸਾਡੇ ਕੋਲ ਚੁੱਕਣ ਲਈ ਪੈਟਰੋਲ ਡੀਜ਼ਲ ਤੇ ਖਰਚਣ ਲਈ ਪੈਸੇ ਹਨ ਨਹੀਂਗੇ ਸੋ ਚੀਨ ਕਾਫੀ ਅੱਗੇ ਨਿਕਲ ਗਿਆ ਚਾਹੇ ਉਹ ਤੁਸੀਂ ਅਫਰੀਕਨ ਦੇਸ਼ ਦੇਖ ਲਓ ਹੋਰ ਦੇਸ਼ ਦੇਖ ਲਓ ਆਪਣੇ ਗੁਆਂਢੀ ਦੇਸ਼ ਦੇਖ ਲਓ ਪਾਕਿਸਤਾਨ ਚੀਨ ছਾਇਆ ਪਿਆ ਮਾਰਕੀਟ ਦੇ ਵਿੱਚ ਚੀਨ ਐਕਚੁਅਲੀ ਇਨਫਰਾਸਟ੍ਰਕਚਰ ਬਣਾਉਂਦਾ ਹੈ ਹਰ ਦੂਜੀ ਚੀਜ਼ ਤੁਸੀਂ ਦੇਖਦੇ ਆ ਮੇਡ ਇਨ ਚਾਈਨਾ ਹੁੰਦੀ ਚਾਹੇ ਉਹ ਕਪੜਾ ਹੋਵੇ ਚਾਹੀ ਕੁਝ ਹੋਰ ਹੋਵੇ ਕਿਉਂਕਿ ਨਾ ਬਹੁਤ ਪਹਿਲਾਂ ਜਿਹੜੀ ਸਿਲਕ ਰੋਡ ਨਿਕਲਦੀ ਸੀ ਉਹ ਚੀਨ ਵੱਲੋਂ ਹੀ ਨਿਕਲਦੀ ਸੀ ਉਹ ਸਾਰਾ ਵਪਾਰ ਦਾ ਮਾਰਗ ਸੀਗਾ ਜਿੱਥੋਂ ਵੱਖੋ ਵੱਖ ਯਾਤਰੀ ਵੀ ਆਉਂਦੇ ਸੀ ਧੜਵੀ ਵੀ ਆਉਂਦੇ ਸੀ ਸਭ ਕੁਝ ਉੱਥੇ ਹੀ ਚੱਲਦਾ ਸੀ ਹੁਣ ਉਹ ਚੀਨ ਕੋਲ ਇੱਕੋ ਰੋਡ ਮੈਪ ਹੈ ਕਿ ਉਹ ਕਿੱਦਾਂ ਚੰਗੇਜ਼ ਖਾਨ ਵਰਗੇ ਵੀ ਉਧਰੋਂ ਹੀ ਆਏ ਬਿਲਕੁਲ ਅੰਗੋਲਿਆ ਤੋਂ ਜੀ ਬਰੂਨੀ ਵੀ ਉਧਰੋਂ ਹੀ ਆਏ ਜਿਹੜੇ ਰਾਈਟਰਸ ਨੇ ਜਿਨ੍ਹਾਂ ਨੇ ਭਾਰਤ ਨੂੰ ਇੱਕ ਨਵਾਂ ਰੂਪ ਦਿੱਤਾ ਹਿੰਦੁਸਤਾਨ ਔਰ ਹਿੰਦੂ ਸ਼ਬਦ ਜਿਹੜਾ ਉਹਨਾਂ ਦੀਆਂ ਲਿਖਤਾਂ 'ਚ ਮਿਲਦਾ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਹਿੰਦੂ ਸ਼ਬਦ ਹੀ ਨਹੀਂ ਸੀਗਾ ਸੋ ਬਰੂਨੀ ਆਏ ਔਰ ਇਸ ਤੋਂ ਇਲਾਵਾ ਹੋਰ ਹਿਉਨ ਸੰਗ ਕਿੰਨੇ ਯਾਤਰੀ ਆਏ ਨੇ ਟਰੈਵਲਰਸ ਆਏ ਨੇ ਸੋ ਉਹ ਸਿਲਕ ਰੋਡ ਦੇ ਮੁਤਾਬਕ ਹੀ ਇਸ ਵਕਤ ਵੀ ਉਹੀ ਇਹੀ ਸਟ੍ਰੈਟਜੀ ਆ ਕਿ ਮੈਂ ਟਰਾਂਸਪੋਰਟ ਮੈਂ ਰੋਡਸ ਇਹ ਇਨਫਰਾਸਟ੍ਰਕਚਰ ਇਸ ਤਰ੍ਹਾਂ ਬਣਾਵਾ ਕਿਉਂਕਿ ਇੱਥੋਂ ਹੀ ਉਹ ਡ੍ਰੈਗਨ ਨੂੰ ਇੱਕ ਰਾਹ ਮਿਲੀ ਹੈ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਕਰਨ ਦੀ ਦੂਸਰਾ ਆਏ ਆਂ ਪਈ ਸੰਦੀਪ ਜੀ ਜਿਵੇਂ ਆਪਾਂ ਕਹਿੰਦੇ ਨੇ ਪਈ ਆਰਮੀ ਜੰਗ ਕਿਉਂ ਨਹੀਂ ਲੱਗੂਗੀ ਉਹ ਕਿਉਂ ਨਹੀਂ ਲੱਗੂਗੀ ਵੀ ਰੌਲਾ ਤਾਂ ਮੰਡੀ ਦਾ ਆ ਤੇ ਸਾਰਿਆਂ ਨੂੰ ਪਤਾ ਵੀ ਜੇ ਕੋਈ جنگ ਛਿੜਦੀ ਆ ਤਾਂ ਸਾਰਿਆਂ ਨੇ ਤਬਾਹ ਹੋਣਾ ਇਸ ਕਰਕੇ ਖੇਤਰੀ ਚੰਗਾ ਜਿਹੜੇ امਪੀਰੀਅਲਿਸਟ ਕੰਟਰੀਜ਼ ਨੇ سرمਾਈਦਾਰ ਆ ਜਾਂ ਉਹ ਸਿੱਧੀ جنگ ਦੀ بجائے ਖੇਤਰੀ ਚੰਗਾ ਇਰਾਨ ਦੇ ਇਰਾਕ ਨਾਲ ਸਿੰਘ ਫਸਾ ਦਿਓ ਭਾਰਤ ਦੇ ਪਾਕਿਸਤਾਨ ਨਾਲ ਸਿੰਘ ਫਸਾ ਦਿਓ ਠੀਕ ਹੈ ਸੀਰੀਆ ਦੇ ਵਿੱਚ ਗੜਬੜ ਪੈਦਾ ਕਰ ਦਿਓ ਇਸرائیਲ ਫਲਸਤੀਨ ਦੀ ਜਿਹੜਾ ਆ ਉਹ ਜਿਹੜੀਆਂ ਚੁੰਝਾ ਪੇੜੋ ਸੋ ਇਸ ਕਰਕੇ ਖੇਤਰੀ جنگਾਂ ਠੀਕ ਹੈ ਉਹ ਚਾਹੇ ਯੂਰਪ ਆ ਤੇ ਚਾਹੇ ਆਪਾਂ ਪਿੱਛੇ ਦੇਖ ਕੇ ਹਟਿਆਂ ਪਈ ਜਿਹੜੇ ਦੋ ਤਿੰਨ ਮੁੱਲਕ ਆ ਹਾਂਜੀ ਯੂਰਪ ਦੇ ਉਹ ਆਪਸ ਵਿੱਚ ਹੀ ਪਿੜੇ ਆ ਉਹ ਮੁਸਲਮਾਨ ਪੇ ਇੱਕ ਇੱਕ ਤਾਂ ਮੁਸਲਮਾਨ ਮジョਰਿਟੀ ਆ ਤੇ ਦੂਸਰੇ ਤਾਂ ਜਿਹੜੇ ਆ 크ਰਿਸਚੀਅਨ ਨੇ ਉਹਨਾਂ ਦੇ ਆਪਸ ਵਿੱਚ ਸਾਰਾ ਜੀਵ ਦੇ ਹਾਲਾਤ ਆਪਾਂ ਨੂੰ ਪਤਾ ਵੀ ਕਿੰਨੇ ਉੱਥੇ ਲੋਕ ਜਿਹੜੇ ਆ ਜੁੱਧ ਦੇ ਵਿੱਚ ਮਾਰੇ ਮਾਰੇ ਗਏ ਹਨ ਤੇ ਇਹ ਜਿਵੇਂ ਚੈਕ ਚੈਕ ਉਸ ਤੋਂ ਬਾਅਦ ਕਿ ਆ ਦੋ ਮੁਲਕ ਬਣਾਤੇ ਇੱਕ ਮੰਨੇ ਚੈੱਕ ਹੋ ਗਿਆ ਇੱਕ ਮੰਨੇ ਸਿਰੋਵਾਰ ਸੋ ਇੱਕ ਕਿਤੇ ਨਾ ਕਿਤੇ ਜਿਹੜਾ ਜਿਹੜੇ ਉਹ ਡੀਪ ਸਟੇਟ ਵਰਲਡ ਲੈਵਲ ਦਾ ਡੀਪ ਸਟੇਟ ਆ ਉਹ ਇਹ ਕੰਮ ਕਰੀ ਜਾਂਦਾ ਕੰਮ ਕਰੀ ਜਾਂਦਾ ਇੱਕ ਪਾਸੇ ਹਥਿਆਰ ਵਿੱਚ ਉਹ ਜੀ ਦੂਜੇ ਪਾਸੇ ਉਹਨਾਂ ਨੂੰ ਮੈਪਸ ਦੇ ਦਿੰਦੇ ਕਿ ਕਿੱਥੇ ਕਿੱਥੇ ਉਹਨਾਂ ਦੇ ਫੌਜੀ ਠਿਕਾਣੇ ਨੇ ਤੇ ਕਿੱਥੇ ਕਿੱਥੇ ਬੰਬਾਰਡਮੈਂਟ ਕਰ ਸਕਦੇ ਆ ਦੋਨੋਂ ਪਾਸੇ ਇਹ ਕੰਮ ਚੱਲਦਾ ਰਿਹਾ ਸੋ ਆਮ ਜਨਤਾ ਜਿਹੜੀ ਆ ਉਹ ਵਿਚਾਰੀ ਨੂੰ ਪਤਾ ਨਹੀਂ ਲੱਗਦਾ ਹਨਾ ਨਾ ਇਹਨੇ ਰੋਸ਼ਨ ਦਿਮਾਗ ਹੁੰਦੇ ਆ ਸਾਰੇ ਨਾ ਸਾਰਿਆਂ ਦੀ ਉੱਥੋਂ ਤੱਕ ਪਹੁੰਚ ਹੁੰਦੀ ਆ ਹਨਾ ਪੇ ਅੰਦਰ ਖਾਤੇ ਕੀ ਹੋ ਰਿਹਾ ਤੁਸੀਂ ਦੇਖੋ ਕਿੰਨੇ ਤਰਸਦੇ ਆ ਆਮ ਲੋਕੀ ਆਮ ਜਨਤਾ ਠੀਕ ਹੈ ਨਾ ਪੂਰੀ ਦੁਨੀਆ ਦੇ ਵਿੱਚ ਕੋਈ ਔਕਾਤ ਨਹੀਂ ਜੀ ਕਿਤੇ ਨਹੀਂ ਖੜੇ ਹੁੰਦੇ ਜਿੱਦਾਂ ਮਰਜ਼ੀ ਉਹਨਾਂ ਨੂੰ ਮਰੋੜ ਕੇ ਸੁੱਟ ਦਿੰਦੇ ਨੇ ਇਹ ਬਿਲਕੁਲ ਆਪਾਂ ਬੋਸਨੀਆਂ ਆਪਾਂ ਉਹੀ ਗੱਲ ਕਰ ਰਹੇ ਸੀ ਵੀ ਬੋਸਨੀਆਂ ਹਰਜ ਗੁਇਨਾ ਜਿਹੜਾ ਦੂ ਮੁਲਕ ਆ ਉਹਨਾਂ ਦਾ ਹਾਲ ਦੇਖੋ ਤੁਸੀਂ ਕੀ ਕਰ ਦਿੱਤਾ ਬਹੁਤ ਬੁਰੀ ਹਾਲਤ ਆ ਔਰ ਉਹੀ ਚੀਜ਼ ਆ ਮਤਲਬ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਕਿ ਜੰਗ ਨੂੰ ਰੋਕਣ ਦੀ ਬਜਾਏ ਕੋਈ ਪੈਸਾ ਦੇ ਰਿਹਾ ਹੈ ਕੋਈ ਹਥਿਆਰ ਦੇ ਰਿਹਾ ਉਹ ਭਲੇ ਉਹ ਲੋਕੋ ਜੰਗ ਰੋਕੋ ਜੰਗ ਰੋਕੋ ਇੱਕ ਹੀ ਕੰਮ ਫੜਿਆ ਤੁਸੀਂ ਉਹਨਾਂ ਨੂੰ ਸਪਾਂਸਰਸ਼ਿਪ ਦੇ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਔਰ ਲੋਕ ਜਿਹੜੇ ਮਰ ਰਹੇ ਨੇ ਔਰ ਪਹਿਲੇ ਭਈ ਚੜਦਾ ਬੱਚਾ ਸੂਲੀ ਤੇ ਹਨਾ ਤੇ ਰੱਬ ਭਲੀ ਕਰੂ ਰੱਬ ਭਲੀ ਕਰੂ ਤਾਂ ਮੁੜ ਕੇ ਜਿਹੜਾ ਆ ਮਤਲਬ ਥਾਪੜਾ ਦੇ ਕੇ ਵਿੱਚ ਯੂਰਪਾ ਵਾਲੇ ਵਿੱਚ ਕੈਨੇਡਾ ਅਮਰੀਕਾ ਵਾਲੇ ਤਾਂ ਜੰਗ ਛੜੀ ਨੂੰ ਦੇਖ ਲਓ ਕਿੰਨੇ ਮਹੀਨੇ ਹੋ ਗਿਆ ਬਿਲਕੁਲ ਜੀ ਕਿੰਨੇ ਲੋਕ ਮਾਰੇ ਗਏ ਕਿੰਨੀਆਂ ਔਰਤਾਂ ਦਾ ਬਲਾਤਕਾਰ ਹੋ ਚੁੱਕਾ ਕਿੰਨਾਂ ਉੱਥੋਂ ਜਿਹੜਾ ਆ ਡਿਸਪਲੇਸਮੈਂਟ ਹੋਈ ਆ ਡਿਸਪਲੇਸਮੈਂਟ ਹੋਈ ਆ ਬਹੁਤ ਬੁਰੀ ਹਾਲਤ ਹੈ ਔਰ ਹੁਣ ਤਾਂ ਇਹ ਮਤਲਬ ਤੁਸੀਂ ਸੇ ਪ੍ਰਸਿੱਧ ਪਧਰੀ ਪੰਜਾਬੀ ਚ ਗੱਲ ਕਰੋਗੇ ਉੱਠਣ ਜੋਗੇ ਨਹੀਂ ਰਹਿਣੇ ਉੱਠਣ ਚੁੱਕੇ ਨਹੀਂ ਔਰ ਇਰਰੇਪਾਰੇਬਲ ਲਾਸ ਆ ਮਤਲਬ ਇਹਦੀ ਇਹਦੀ ਕਦੀ ਪਰਪਾਈ ਨਹੀਂ ਹੋਣੀ ਹੈਨਾ ਔਰ ਕਿੰਦੇ ਆਪੇ ਹੀ ਧਾਕੇ ਲੱਗ ਜਾਂਦੇ ਆ ਮੁੜ ਕੇ ਤਰਸਣ ਨੂੰ ਲੱਗਣਗੇ ਔਰ ਹੁਣ ਜਿਹੜੀ ਬੰਤਰ ਬਣੋਗੇ ਨਾ ਪੂਰੀ ਦੁਨੀਆ ਦੀ ਉਹ ਇੱਕ ਵੱਖਰੀ ਬਣੂਗੀ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਸਟ੍ਰੈਟਜੀ ਹੋਏਗੀ ਵੱਖ-ਵੱਖ ਤਡੇ ਬਣਨਗੇ ਉਹਨੇ ਇੱਕ ਨਵਾਂ ਰੂਪ ਦੁਨੀਆ ਦਾ ਸਾਹਮਣੇ ਆਏਗਾ ਕਈ ਤੇ ਇਹਨੂੰ ਜਿਹੜੇ ਧਾਰਮਿਕ ਆਗੂ ਨੇ ਇੱਥੇ ਤੋਂ ਕਹਿੰਦੇ ਨੇ ਕਿ ਯੁੱਗ ਬਦਲਣ ਲੱਗਾ ਇੱਕ ਕੁਦਰਤੀ ਤੌਰ ਤੇ ਕੁਝ ਨਾ ਕੁਝ ਹੁੰਦਾ ਜਦੋਂ ਯੁੱਗ ਬਦਲਦਾ ਪਰ ਉਹ ਆਪਣੀ ਜਗ੍ਹਾ ਆਪਣੀ ਗੱਲ ਕਰ ਰਹੇ ਨੇ ਠੀਕ ਨੇ ਉਹ ਆਪਣੀ ਪੁਆਇੰਟ ਆਫ View ਨਾਲ ਗੱਲ ਕਰ ਰਹੇ ਨੇ ਅਸੀਂ ਜੇ ਸਿੱਧੀ ਪੱਧਰੀ ਜੀਓ ਪੋਲਿਟਿਕਸ ਔਰ ਜੀਓ ਇਕਨੋਮਿਕਸ ਦੇ ਮੁਤਾਬਿਕ ਗੱਲ ਕਰੀਏ ਤਾਂ ਵਾਕਈ ਵਪਾਰ ਦਾ ਵੀ ਨਵਾਂ ਰੂਪ ਹੋਏਗਾ ਨਵੇਂ-ਨਵੇਂ ਮੰਡੀਆਂ ਹੋਣਗੀਆਂ ਉਹ ਦੇਸ਼ਾਂ ਦੇ ਸਬੰਧ ਵੀ ਵੱਖ-ਵੱਖ ਹੋਣਗੇ ਔਰ ਨਵੇਂ-ਨਵੇਂ ਹੋਰ ਰੂਲਸ ਦੇ ਮੁਤਾਬਕ ਪਾਲਿਸਿਸ ਦੇ ਮੁਤਾਬਕ ਤੁਹਾਡੇ ਸਾਹਮਣੇ ਆਣਗੇ ਜਿੱਦਾਂ ਨਾਟੋ ਹੈ ਉਵੇਂ ਕੋਈ ਹੋਰ ਗਰੁੱਪ ਵੀ ਸਾਹਮਣੇ ਆ ਸਕਦੇ ਨੇ ਤੁਸੀਂ ਇਹ ਕਹਿ ਸਕਦੇ ਹੋ ਇੱਕ ਨਵੀਂ ਦੁਨੀਆ ਜੀ ਇੱਕ ਨਵਾਂ ਰੂਪ ਇੱਕ ਨਵਾਂ ਜੀਓ ਪੋਲਿਟਿਕਸ ਜੀ ਜਿਹੜਾ ਆਪਾਂ ਕਹਿੰਦੇ ਆ ਨਾ ਨਿਊ ਵਰਲਡ ਆਰਡਰ ਔਰ ਇੱਕ ਇੱਕ ਨਵੀਂ ਸਥਾਪਨਾ ਪੂਰੀ ਦੁਨੀਆ ਨੂੰ ਇਕੱਠਾ ਕਿਵੇਂ ਕਰਨਾ ਹੈ ਸ਼ਾਇਦ ਇਹ ਕੁਝ ਨਵਾਂ ਹੀ ਸਾਹਮਣੇ ਆਏਗਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਸੋ ਉਸੇ ਤਰ੍ਹਾਂ ਜਿੱਦਾਂ ਅਸੀਂ ਜੰਗ ਦੀ ਗੱਲ ਕਰੀਏ ਤਾਂ ਭਾਰਤ ਦੀ ਧਰਤੀ ਤੇ ਆਉਣੇ ਆ ਕਿ ਇੱਥੇ ਵੀ ਉਹ ਜਦੋਂ ਆਰਮੀ ਦੀ ਗੱਲ ਕੀਤੀ ਹੈ ਇੱਕ ਵੱਖਰੀ ਤਰ੍ਹਾਂ ਦੀ ਜੰਗ ਲੱਗੀ ਹੋਈ ਹੈ ਜੰਗ ਤੋਂ ਬਿਨਾਂ ਜੰਗ ਹੈ ਅਗਨੀਪਥ ਜੀ ਔਰ ਸਟੂਡੈਂਟਸ ਵੀ ਨਾਰਾਜ਼ ਨੇ ਜੀ ਔਰ ਕਈ ਪੋਲੀਟੀਕਲ ਆਗੂ ਵੀ ਨਾਰਾਜ਼ ਨੇ ਔਰ ਕਈ ਮਿਲਟਰੀ ਸਟ੍ਰੈਟਜਿਸਟ ਵੀ ਨਾਰਾਜ਼ ਨੇ ਵੀ ਆ ਕੀ ਹੋ ਰਿਹਾ ਪਰ ਕਈ ਹੱਕ ਵਿੱਚ ਵੀ ਨੇ ਗਵਰਨਮੈਂਟ ਵੀ ਹੱਕ ਵਿੱਚ ਹੈ ਗਵਰਨਮੈਂਟ ਦੇ ਕਈ ਲੋਕ ਹੱਕ ਦੇ ਵਿੱਚ ਨੇ ਔਰ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਿਵੇਂ ਅਸੀਂ ਕਿਸਾਨ ਅੰਦੋਲਨ ਵਾਸਤੇ ਉਤਰੇ ਸੀਗੇ ਸੜਕਾਂ ਦੇ ਉੱਤੇ 26 ਜੂਨ ਨੂੰ ਅਸੀਂ ਉਤਰਨਾ ਇਸ ਪਾਲਿਸੀ ਦੇ ਖਿਲਾਫ ਔਰ ਸਟੂਡੈਂਟਸ ਦੇ ਹੱਕ ਦੇ ਵਿੱਚ ਕਿਉਂਕਿ ਉਹਨਾਂ ਨੂੰ ਇੱਕ ਰੈਗੂਲਰ ਪੜਤੀ ਮਿਲਣੀ ਚਾਹੀਦੀ ਹੈ ਸੈਨਾ ਨੂੰ ਠੇਕੇ ਦੇ ਨਹੀਂ ਦੇਣਾ ਚਾਹੀਦਾ ਦੇਖੋ 26 ਜੂਨ ਚ ਗੁੱਡੇ ਨਹੀਂ ਰਗਾ ਅੱਜ ਸੁਖਨਾਲ 23 ਜੂਨ ਹੈ ਔਰ ਸਰਕਾਰ ਨੂੰ ਕਹਿੰਦੇ ਆ ਭਈ ਸਿਆਣਾ ਬੰਦਾ ਜਿਹੜਾ ਨਾ ਉਹ ਇਤਿਹਾਸ ਤੋਂ ਜਾਂ ਆਪਣੇ ਬੀਤੇ ਤੋਂ ਸਬਕ ਸਿੱਖਦਾ ਬਿਲਕੁਲ ਜੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਅੰਦੋਲਨ ਆ ਉਹ ਪੂਰੀ ਦੁਨੀਆ ਨੇ ਦੇਖਿਆ ਵਰਲਡ ਪ੍ਰੈਸ ਨੇ ਉਹਨੂੰ ਕਵਰ ਕੀਤਾ ਭਾਰਤ ਸਰਕਾਰ ਤੇ ਕੰਨਾਂ ਤੇ ਜੂੰ ਸਰਕੀ ਜਾਂ ਨਹੀਂ ਸਰਕੀ ਉਹ ਬਾਅਦ ਦੀ ਗੱਲ ਆ ਸਾਲ ਕੁ ਬਾਅਦ ਫੇ ਚੇਤਾ ਆਉਂਦਾ ਤੇ ਮੁੜ ਕੇ ਉਹ ਕਾਨੂੰਨ ਵਾਪਸ ਵੀ ਲੈ ਲਏ ਜਾਂਦੇ ਹਾਂਜੀ ਜਿਨ੍ਹਾਂ ਕਾਨੂੰਨਾਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੁੰਦਾ ਹੋਵੇ ਉਹ ਸਰਕਾਰਾਂ ਨੂੰ ਮਤਲਬ ਕੀ ਉਹ ਪਿਆਪੀ ਉਹਨਾਂ ਨੂੰ ਲਾਗੂ ਕਰਨਾ ਇਹਦਾ ਮਤਲਬ ਜਰੂਰ ਕਿਤੇ ਨਾ ਕਿਤੇ ਗੜਬੜਾ ਜੇ ਪੂਰਾ ਦੇਸ਼ ਉੱਠ ਕੇ ਖੜਾ ਹੁੰਦਾ ਕਿਸੇ ਕਾਨੂੰਨ ਦੇ ਖਿਲਾਫ ਫਿਰ ਆਪਾਂ ਦੇਖਦੇ ਵੀ ਕਿਤੇ ਕਿਤੇ ਹੱਕ 'ਚ ਵੀ ਆ ਸਰਕਾਰਾਂ ਨੇ ਆਪਣੇ ਮੀਡੀਆ ਨੂੰ ਝੋਕਣਾ ਹੁੰਦਾ ਉਹਦੇ ਹੱਕ 'ਚ ਪ੍ਰਚਾਰ ਕਰਨ ਲਈ ਕਰੋੜਾਂ ਦੇ ਇਤਿਹਾਰ ਦੇਣੇ ਹੁੰਦੇ ਆ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਨੂੰ ਉਸ ਪਾਸੇ ਨੂੰ ਤੋੜਨਾ ਹੁੰਦਾ ਫਿਰ ਜਿਹੜੇ ਉਹਨਾਂ ਦੇ ਸਪੋਕਸਪਰਸਨ ਹੁੰਦੇ ਆ ਤੁੱਤੂ ਹੁੰਦੇ ਸਰਕਾਰ ਦੇ ਉਹਨਾਂ ਨੇ ਵੀ ਉਹਦੇ ਹੱਕ 'ਚ ਪ੍ਰਚਾਰ ਕਰਨਾ ਹੁੰਦਾ। ਹਰਾਨੀ ਦੀ ਗੱਲ ਤਾਂ ਇਹ ਆ ਵੀ 75 ਸਾਲਾਂ 'ਚ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਹ ਗੱਲ ਹੋਈ ਆ ਵੀ ਇੰਨਾ ਸੈਨਾਵਾਂ ਦੇ ਮੁਖੀ ਵੀ ਹਮਾਇਤ ਕਰ ਰਹੇ ਆ ਸਰਕਾਰ ਦੀ। ਠੀਕ ਹੈ। ਕਦੀ ਤੁਸੀਂ ਸੁਣਿਆ ਵੀ ਠੇਕੇ ਤੇ ਭਰਤੀ ਅੱਜ ਤੱਕ ਹੋਈ ਹੋਵੇ 46 ਸਾਲਾਂ ਨੇ ਦੇ ਉਤੋਂ ਮਗਰੋਂ ਬੇਰੋਜ਼ਗਾਰ ਕਰਕੇ ਰੱਖ ਦਿਓ। ਨੌਕਰੀ ਦਾ ਸੂਟ ਹੀ ਨਹੀਂ ਕਰਦੀ। ਨਾ ਕੋਈ ਸੁੱਖ, ਨਾ ਸਹੂਲਤਾਂ, ਨਾ ਪੈਨਸ਼ਨ, ਨਾ ਕੋਈ ਹੋਰ ਭੱਤੇ। 4 ਸਾਲ ਤਨਖਾਹ ਦਿਓ। ਉਹ ਬੇਰੁਜ਼ਗਾਰਾਂ ਦੀ ਜਿਹੜੀ ਫੌਜ ਪੈਦਾ ਹੋਣੀ ਆ ਲੱਖਾਂ ਦੀ ਉਹ ਉਹਦਾ ਸਰਕਾਰ ਨੇ ਹੁਣ ਤੱਕ 2 ਸਾਲਾਂ ਤੋਂ ਜਿਹੜੀ ਭਰਤੀ اٹਕਾਈ ਹੋਈ ਆ ਜਿਹੜੇ 2 ਲੱਖ ਖਾਲੀ ਪੋਸਟਾਂ ਉਹ ਕਿਉਂ ਨਹੀਂ ਸਰਕਾਰ ਨੇ ਪੂਰੀਆਂ ਕੀਤੀਆਂ ਕੱਲ ਸਭ ਤੋਂ ਇੰਪੋਰਟੈਂਟ ਗੱਲ ਇਹ ਇਹਦਾ ਮਤਲਬ ਸਰਕਾਰ ਕਾਰਪੋਰੇਟਾਂ ਦੀ ਸਲਾਹ ਤੇ ਜੇ ਸਾਬਕਾ ਮਤਲਬ ਜਿਹੜੇ ਅਫਸਰ ਆ ਫੌਜ ਦੇ ਵੱਡੇ ਅਹੁਦਿਆਂ ਤੇ ਬੈਠੇ ਰਹੇ ਆ ਉਹ ਵੀ ਵਿਰੋਧ ਕਰ ਰਹੇ ਕਾਮ ਬੰਦੇ ਨੂੰ ਤਾਂ ਚਲੋ ਪਤਾ ਹੋਵੇ ਵੀ ਗੱਲ ਵਿਚਲੀ ਕੀ ਆ ਜਿਹੜੇ ਫੌਜ ਦੇ ਸੀਨੀਅਰ ਅਫਸਰ ਜਿਹੜੇ ਆ ਜਨਰਲ ਰੈਂਕ ਦੇ ਲੈਫਟੀਨੈਂਟ ਜਨਰਲ ਰੈਂਕ ਤੇ 에ਅਰ ਮਾਰਸ਼ਲ ਵਿਰੋਧ ਕਰ ਰਹੇ ਆ ਜਿਹੜੇ ਨੇਵੀ ਦੇ ਐਡਮਿਰਲ ਵਾਈਸ ਐਡਮਿਰਲ ਲੈਵਲ ਦੇ ਅਫਸਰ ਜਿਹੜੇ ਵਿਰੋਧ ਕਰ ਰਹੇ ਆ ਸਾਭਕਾ ਉਹਦਾ ਕੀ ਮਤਲਬ ਨਿਕਲਦਾ ਦੇਖੋ ਗੱਲ ਇਹ ਆ ਕਿ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਹੁਣ ਸਿਲੈਕਸ਼ਨ ਹੋ ਗਈ ਜੀ ਸਾਲ ਦੀ ਟ੍ਰੇਨਿੰਗ ਹੈ 9 ਮਹੀਨੇ ਦੀ ਟ੍ਰੇਨਿੰਗ ਹੈ ਟ੍ਰੇਨਿੰਗ ਚ ਉਹ 9 ਮਹੀਨੇ ਵੀ ਸਾਲ ਨਿਕਲ ਗਏ ਸਾਲ ਨਿਕਲ ਗਿਆ ਬਾਕੀ 3 ਸਾਲ ਬੈਗੇ ਜੀ ਹੁਣ ਉਹਨਾਂ ਨੂੰ ਕਿਹੜੇ ਅਹੁਦਿਆਂ ਤੇ ਲਾਓਗੇ ਤੁਸੀਂ ਔਰ ਕੋਈ ਮਿਲਟਰੀ ਸੀਕ੍ਰੀਟ ਵੀ ਹੁੰਦਾ ਜੀ ਦੇਸ਼ ਦੇ ਸੁਰੱਖਿਆ ਨਾਲ ਜੁੜੇ ਹੋਏ ਕਈ ਸਪੀਅਰਸ ਦੇ ਅੰਦਰ ਕਈ ਰਾਜ਼ ਹੁੰਦੇ ਨੇ ਬਿਲਕੁਲ ਉਹ ਜੇ ਉਹਨਾਂ ਦੇ ਹੱਥ ਲੱਗ ਗਿਆ ਜੀ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਕੀ ਗਾਰੰਟੀ ਹੈ ਕਿ ਉਹ ਬਾਹਰ ਉਸ ਦਾ ਰਾਜ਼ ਨਹੀਂ ਖੋਲਣਗੇ ਬਿਲਕੁਲ ਉਹ ਉਹ ਦੁਸ਼ਮਨ ਦੇਸ਼ ਦੇ ਹੱਥ ਨਹੀਂ ਲੱਗੇਗਾ ਜਾਂ ਉਹ ਜੋ ਦੇਸ਼ ਦੇ ਖਿਲਾਫ ਕੰਮ ਕਰ ਰਹੇ ਗਰੁੱਪਸ ਨੇ ਉਹਨਾਂ ਦੇ ਹੱਥ ਨਹੀਂ ਲੱਗੇਗਾ ਬਿਲਕੁਲ ਜਾਂ ਉਹ ਗਲਤ ਰਾਹ ਤੇ ਨਹੀਂ ਤੁਰਨਗੇ ਪੂਰੀ ਸੰਭਾਵਨਾ ਜੀ ਕੀ ਕਰਨਗੇ ਕਿ ਉਹ ਜੀ ਔਰ ਉਹਨਾਂ ਤੋਂ 3 ਸਾਲ ਦੇ ਤੁਸੀਂ ਕੀ ਕੰਮ ਲਓਗੇ ਬਿਲਕੁਲ ਠੀਕ ਹੈ ਨਾ ਇਹ ਕੋਈ ਜੰਗ ਤਾਂ ਲੱਗੀ ਨਹੀਂ ਕੋਈ ਹੰਗਾਮੀ ਹਾਲਾਤ ਨਹੀਂ ਵੀ ਤੁਸੀਂ 24 ਸਾਲਾਂ ਲਈ ਭਰਤੀ ਕਰ ਲੋ ਮਤਲਬ ਅਜੀਬ ਜੀਆਂ ਗੱਲਾਂ ਮਤਲਬ ਤੁਸੀਂ ਕਰਨਾ ਕੀ ਚਾਹੁੰਦੇ ਹੋ ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੈਗੀ ਬਿਲਕੁਲ ਮਤਲਬ ਇਹ 4 ਸਾਲ ਦੇ ਵਾਸਤੇ ਉਹਨਾਂ ਨੂੰ ਇੱਕ ਫੌਜ ਦਾ ਕਲਚਰ ਆ ਯਾਰ ਉਹ ਕਲਚਰ ਨੂੰ ਤਬਾਹ ਕੀਤਾ ਜਾ ਰਿਹਾ ਹੈ ਫੌਜ ਦੇ ਨੂੰ ਮਤਲਬ ਜੋ ਜਿਨ੍ਹਾਂ ਦੀਆਂ ਤੇ ਹੁਣ ਤੱਕ ਤੁਰਦੀ ਆਈ ਆ ਉਹਨਾਂ ਨੂੰ ਚੁੱਕ ਕੇ ਪਾਸੇ ਰੱਖ ਦਿੱਤਾ ਗਿਆ ਇੱਕ ਸਿੱਧੀ ਗੱਲ ਪ੍ਰੈਕਟੀਕਲ ਆਓ ਜੀ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ 4 ਸਾਲ ਵਾਸਤੇ ਉਹਨਾਂ ਨੂੰ ਕੰਮ ਦਿੱਤਾ ਫਿਰ ਉਹਨਾਂ ਨੂੰ ਕਹਿ ਦਿੱਤਾ ਬਾਏ 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 ਜਾਓ ਨਾਓ ਵਾਟ ਫਿਰ ਫਿਰ ਹੋਰ ਪਿੱਛੇ ਹੋਰ ਭਰਤੀ ਕਰੋਗੇ 4 ਸਾਲ ਵਾਸਤੇ ਜੀ ਤੇ ਜੇ ਹੋਰ ਨਵੇਂ ਭਰਤੀ ਕਰਨ ਦੇ 4 ਸਾਲ ਵਾਸਤੇ ਤੇ ਫਿਰ ਇਹਨਾਂ ਨੂੰ ਕੱਢਿਆ ਕਿਉਂ ਹੈ ਬਿਲਕੁਲ ਬਿਲਕੁਲ ਇਹ ਮਤਲਬ ਇਸ ਸਕੀਮ ਦਾ ਫਿਊਚਰ ਕੀ ਹੈ ਕੋਈ ਇਹ ਨਾ ਫਿਊਚਰ ਤਾਂ ਹਾਲ ਦੀ ਘੜੀ ਬਲੀਕ ਲੱਗਦਾ ਨੀਰੈਸ ਫਿਊਚਰ ਆ ਕੋਈ ਲੱਗਦਾ ਹੀ ਨਹੀਂ ਮੈਨੂੰ 4 ਵਾਸ 4 ਸਾਲ ਵਾਸਤੇ ਹੀ ਰਾਹ ਜੀ 4 ਸਾਲ ਵਾਸਤੇ ਗੇਮ ਖੇਡਣੀ ਹੈ ਮੰਨ ਲਓ 4 ਸਾਲ ਵਾਸਤੇ ਤੁਸੀਂ ਰੱਖ ਲਿਆ ਅੱਪਾ ਇਹਨੂੰ ਪ੍ਰੈਕਟੀਕਲੀ ਡਿਸਕਸ ਕਰੀਏ ਹੁਣ 4 ਸਾਲ ਬਾਅਦ ਤੁਸੀਂ 25% ਲੋਕ ਰੱਖ ਕੇ ਬਾਕੀ 75% ਵੇਲੇ ਕਰਕੇ ਭੇਜ ਦਿੱਤੇ। ਭੇਜ ਦਿੱਤੇ। ਹੁਣ ਅੱਗੇ ਕੀ ਕਰਨਾ ਹੈ ਇਸ ਪਾਲਿਸੀ ਦਾ? ਬਿਲਕੁਲ ਬਿਲਕੁਲ। ਦੁਬਾਰਾ ਫਿਰ ਪਰティਕਾਰੋਗੇ? 75% ਕੀ ਕਰਨਗੇ? ਉਹ 75% ਨਿਕਲ ਗਏ ਨਾ। ਉਹਨਾਂ ਪਾਲਿਸੀ ਖਤਮ ਕਰ ਦੇਣੀ ਹੈ ਕਿ ਫਿਰ 4 ਸਾਲ ਵਾਸਤੇ ਨਵਾਂ ਲੋਟ ਲੈ ਕੇ ਆਣਾ ਹੈ। ਨਵੀਂ ਪਰティ ਕਰਨੀ ਹੈ। ਤੇ ਉਹ ਜਿਹੜੇ ਪਹਿਲੇ ਆ ਉਹਨਾਂ ਦਾ ਕੀ ਬਣੂਗਾ? ਜੇ ਉਹ ਤੁਸੀਂ ਨਵੀਂ ਪਰティ ਕਰਨੀ ਹੈ ਤਾਂ ਫਿਰ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ ਜਿਹੜਾ ਖਰਚਾ ਹੋਇਆ ਉਹਨਾਂ ਨੂੰ ਹੀ ਰੱਖ ਲਓ। ਉਹਨਾਂ ਨੂੰ ਹੀ ਰੱਖ ਲਓ। ਬਿਲਕੁਲ ਬਿਲਕੁਲ। ਨਵੇਂ ਬੰਦੇ ਕਿਉਂ ਰੱਖਣੇ ਨੇ? ਦੇਖ ਤੇ ਸਰਕਾਰ ਦਾ ਖਰਚਾ ਹੁੰਦਾ ਖਰਚਾ ਹੁੰਦਾ ਠੀਕ ਹੈ ਨਾ ਤਾਂ ਔਰ ਤੁਸੀਂ ਜ਼ਰਾ ਇਹਨੂੰ ਲੈ ਕੇ ਚੱਲੋ ਫਿਰ ਇਸ ਤੋਂ ਬਾਅਦ ਸੈਕਿੰਡ ਟਾਈਮ ਫਿਰ ਪਰਤੇ ਤੁਸੀਂ ਕੀਤੇ ਫਿਰ 25% ਰੱਖ ਲੈ 75% ਕੱਢ ਦਿੱਤੇ ਉਹ ਵੀ ਫੌਜ ਹੋ ਗਈ ਫਿਰ ਉਸ ਤੋਂ ਬਾਅਦ ਫਿਰ ਲੈ ਲਓ ਮਤਲਬ ਕਿੰਨੀ ਵਾਰ ਚੱਲੋਗੇ ਤੁਸੀਂ ਇਹ ਚਾਰ-ਚਾਰ ਸਾਲਾਂ ਵਾਸਤੇ ਇੱਕ ਕਰ ਕੀ ਰਹੇ ਹੋ ਪ੍ਰੈਗਮੈਟਿਕ ਨਹੀਂ ਗੱਲ ਲੱਗਦੀ ਇਹ ਪ੍ਰੈਕਟੀਕਲ ਨਹੀਂ ਲੱਗਦੀ ਸ਼ਾਰਟ ਪ੍ਰੈਕਟੀਕਲ ਜੀ ਜੀ ਕਰਨਾ ਕੀ ਉਹਨਾਂ ਦਾ ਸੋ ਪ੍ਰੈਗਮੈਟਿਕਲੀ ਜੇ ਆਪਾਂ ਜਦੋਂ ਤੁਸੀਂ ਦੱਸਿਆ ਕਿ ਉਹ ਜਿਹੜੇ 75% ਦੀ ਆ ਹਰ ਚੋਵਰਿਆਂ ਬਾਅਦ ਫਾਰਕ ਕਰ ਦਿੱਤੇ ਜਾਣਗੇ ਉਹ ਕਿੱਧਰ ਨੂੰ ਜਾਣਗੇ ਉਹ ਰਾਸ਼ਨ ਦੀ ਦੁਕਾਨ ਖੋਲਣਗੇ ਰਾਸ਼ਨ ਦੀ ਦੁਕਾਨ ਕੋਲਣਗੇ ਉਹ ਕੀ ਕਰਨਗੇ ਦੱਸੋ ਆਟੋ ਰਿਕਸ਼ਾ ਚਲਾਉਣਗੇ ਆਟੋ ਰਿਕਸ਼ਾ ਚਲਾਉਣਗੇ ਔਰ ਵੱਡੀ ਗੱਲ ਆ ਵੀ ਉਹ ਜਿਹੜਾ ਆ ਜਿਹੜਾ ਸਮਾਜਿਕ ਕ੍ਰਿਤਿਆਵਾਂ ਚ ਵੀ ਫਸ ਸਕਦੇ ਆ ਮਤਲਬ ਇਹ ਆਈਡੀਆਜ਼ ਆਉਂਦੇ ਕਿੱਥੋਂ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੇ ਵਿਦੇਸ਼ਾਂ ਦੀ ਆਪਾਂ ਨਕਲ ਕਰਦੇ ਆ ਤਾਂ ਉਹਨਾਂ ਨੇ ਕੁਛ ਨਾ ਕੁਛ ਸਿਸਟਮ ਰੱਖਿਆ ਹੋਵੇਗਾ 75% ਕਿੱਧਰ ਜਾਣਗੇ ਔਰ ਅਸੀਂ ਦੇਖਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਦੀ ਆਜ਼ਾਦੀ ਮਿਲੀ ਹੈ ਸ਼ਾਇਦ ਹੀ ਕੋਈ ਪਾਲਿਸੀ ਸ਼ਾਇਦ ਹੀ ਕੋਈ ਪਲੈਨਿੰਗ ਸਕਸੈਸਫੁਲ ਹੋਈ ਹੋਵੇ ਨਹੀਂ ਤਾਂ ਵਿੱਚ ਹੀ ਰਹਿ ਜਾਂਦੀਆਂ ਉਹ ਤੁਸੀਂ ਦੇਖੋ ਵੀ ਜਿਹੜਾ ਤੁਸੀਂ ਕਹਿੰਦੇ ਵਿਦੇਸ਼ਾਂ ਦੀ ਰੀਸ ਕਰਦੇ ਆ ਵਿਦੇਸ਼ਾਂ করোনা ਪੀਰੀਅਡ ਸੀ ਨਾ ਆਪਾਂ ਇਹਦੀ ਗੱਲ ਲਈਏ ਪੇਜ ਮਾਰਚ 20 ਦੇ ਵਿੱਚ ਸਮਝ ਲਓ ਭਈ ਸਵਾਗ ਦੋ ਸਾਲ ਹੋ ਗਿਆ ਜਦੋਂ ਭਾਰਤ ਵੀ ਇਹਦੀ ਲਪੇਟ ਦੇ ਵਿੱਚ ਆਉਂਦਾ ਵਿਦੇਸ਼ਾਂ ਦੇ ਵਿੱਚ ਤਾਂ ਜਿਹੜੇ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਸ ਆ ਕੈਨੇਡਾ ਵਰਗੇ ਦੇਸ਼ਾਂ ਵਿੱਚ ਉੱਥੇ ਵੀ 2 2.5 ਹਜ਼ਾਰ ਡਾਲਰ ਉਹਨਾਂ ਨੂੰ ਘਰ ਬੈਠਿਆਂ ਨੂੰ ਮਿਲਦਾ ਸੀਗਾ ਵੀ ਉਹਨਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਉਹ ਬੱਚੇ ਕਿਉਂਕਿ 4 ਘੰਟੇ ਅੱਧੀ ਦਿਹਾੜੀ ਉਲਾ ਸਕਦੇ ਆ ਤੇ ਉਹਦੇ ਨਾਲ 1000 1200 1.5 ਹਜ਼ਾਰ ਡਾਲਰ ਬੱਚੇ ਕਮਾਉਂਦੇ ਸੀ ਮਹੀਨੇ ਦਾ ਆਪਣਾ ਖਰਚਾ ਕੱਢਦੇ ਸੀ ਪੜਾਈ ਦਾ ਖਰਚਾ ਤੋੜਦੇ ਸੀ ਉਹਨਾਂ ਨੂੰ ਘਰ ਬੈਠਿਆਂ ਸਰਕਾਰ ਨੇ ਕੈਨੇਡਾ ਗਵਰਨਮੈਂਟ ਦੀ ਗੱਲ ਕਰਦੇ ਆਪਾਂ ਤਾਂ 25000 ਡਾਲਰ ਪ੍ਰਤੀ ਬੱਚਾ ਖਾਤੇ 'ਚ ਪੈ ਜਾਂਦਾ ਸੀ ਹਰ ਮਹੀਨੇ ਕਦੋਂ ਉਹਨਾਂ ਦੀ ਰੀਸ ਕਰਾਂਗੇ ਸਾਡੇ ਕੀ ਹੋ ਰਿਹਾ ਭਈ ਸਾਡੇ ਪੰਜਾਬ 'ਚੋਂ ਹਿਜਰਤ ਕਰਕੇ ਪੂਰਬੀਏ ਜਿਹੜੇ ਆ ਜਿਹੜੇ ਇੱਥੇ ਮਾਤੜ ਮਤਲਬ ਮਜ਼ਦੂਰੀ ਕਰਦੇ ਆ ਉਹ ਬਿਹਾਰ ਯੂਪੀ ਉਤਰਾਖੰਡ ਓਡੀਸ਼ਾ ਦੇ ਲੋਕ ਪੈਦਲ ਤੁਰੇ ਹੋਇਆ ਬੱਚੀ ਆਪਣੇ ਬਿਮਾਰ ਪਿਓ ਨੂੰ ਸਾਈਕਲ ਤੇ ਬਹਾਲ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਦੀ ਆ ਬਿਹਾਰ ਤੱਕ ਦੀ ਆਪਾਂ ਕਵਰਾਂ ਪੜੀਆਂ ਬਿਲਕੁਲ ਜੀ ਔਰਤਾਂ ਰਾਤ ਬੱਚੇ ਜੰਮਦੀਆਂ ਰਸਤੇ ਦੇ ਵਿੱਚ ਗੱਡੀਆਂ ਆ ਰਹੀਆਂ ਬੰਬੇ ਤੋਂ ਬਿਹਾਰੀ ਮਜ਼ਦੂਰਾਂ ਦੀਆਂ ਉਹਨਾਂ ਨੂੰ ਕੋਈ ਪਾਣੀ ਨਹੀਂ ਪੀਣ ਦਿੰਦਾ ਬਿਹਾਰ ਦੇ ਵਿੱਚ ਜਾ ਕੇ ਠੀਕ ਹੈ ਕਿਤੇ ਉਹਨਾਂ ਲਈ ਲੰਗਰ ਨਹੀਂ ਉਹਨਾਂ ਦੇ ਪੈਰ ਪਾਟੇ ਆ ਨੰਗੇ ਪੈਰੀ ਸਫ਼ਰ ਕਰ ਰਹੇ ਆ ਲੰਮੇ ਕਾਫਲੇ ਮੀਲੇ ਲੰਮੇ ਕਾਫਲੇ ਸਰਕਾਰ ਵੱਲੋਂ ਕੋਈ ਫੈਸਿਲਿਟੀ ਨਹੀਂ ਸਰਕਾਰ ਵੱਲੋਂ ਕੋਈ ਫੈਸਿਲਿਟੀ ਨਹੀਂ ਆਪਾਂ ਜਲੰਧਰ 'ਚ ਵੀ ਦੇਖਿਆ ਜੀਟੀ ਰੋਡ ਤੇ ਕਿੰਨਾ ਲੋਕ ਰੁੜਦੇ ਪੈ ਰਹੇ ਸੀ ਜਿਹੜੇ ਅੰਮ੍ਰਿਤਸਰ ਵਾਲੇ ਪਾਸਿਓਂ ਜਾ ਰਹੇ ਸੀ ਜਾਂ ਜਲੰਧਰ ਦੀ ਇੰਡਸਟਰੀ ਤੋਂ ਜਾ ਰਹੇ ਸੀ ਚਾਹੇ ਉਹ ਪਠਾਨਕੋਟ ਚੌਕਾ ਚਾਹੇ ਉਹ ਪੀਏਪੀ ਚੌਕਾ ਤੁਸੀਂ ਅਸੀਂ ਦੇਖਿਆ ਨਾ ਸੋ ਸਰਕਾਰਾਂ ਅਚਾਨਕ ਬੇਰੁਜ਼ਗਾਰ ਹੋਈ ਲੋਕਾਂ ਲਈ ਤਾਂ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦੀਆਂ ਜਿਹੜੇ 4 ਸਾਲ ਜੌਬ ਕਰਕੇ ਫੇਰ ਇਹਨਾਂ ਬੇਰੁਜ਼ਗਾਰਾਂ ਦੀ ਭੀੜ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦਾ ਕੀ ਬਣੂਗਾ ਜੀ ਇੱਕ ਕੋਈ ਮਜ਼ਾਕ ਵਿੱਚ ਗੱਲ ਕਰ ਰਿਹਾ ਸੀ ਕਿ ਮਤਲਬ 23 24 25 ਸਾਲ ਦੀ ਉਮਰ ਦੇ ਵਿੱਚ ਉਹਨੂੰ ਤੁਸੀਂ ਨੌਕਰੀ ਤੋਂ ਕੱਢ ਦਿੱਤਾ ਜੀ ਹੁਣ ਮੰਨ ਲਓ ਉਹਦੇ ਵਿਆਹ ਵਾਸਤੇ ਰਿਸ਼ਤਾ ਆਇਆ ਜੀ ਤੇ ਕੁੜੀ ਵਾਲੇ ਪੁੱਛਦੇ ਨੇ ਮੁੰਡਾ ਕੀ ਕਰਦਾ ਹੈ ਕਹਿੰਦੇ ਜੀ ਫੌਜ ਵਿੱਚੋਂ ਰਿਟਾਇਰਡ ਹੈ ਰਿਟਾਇਰਡ ਸੋ 25 ਸਾਲ ਦਾ ਉਹਦੇ ਨਾਲ ਪਹਿਲਾਂ ਹੀ ਸੇਵਾ ਮੁਕਤੀ ਸੇਵਾ ਮੁਕਤ ਹੈ ਪਰ ਇਹਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਇਹਨੂੰ ਕੋਈ ਫੰਡ ਨਹੀਂ ਮਿਲਦਾ ਕੋਈ ਇਹਨੂੰ ਕੋਈ ਮੈਡੀਕਲ ਫੈਸਿਲਿਟੀ ਨਹੀਂ ਕੁਝ ਨਹੀਂ ਹੈ ਬਸ ਜੋ ਦੀ ਸੁੱਕੀ ਤਨਖਾਹ ਲੈ ਕੇ ਆ ਗਿਆ ਆ ਗਿਆ ਜੀ ਸੋ ਦਿਸ ਇਜ਼ ਦਾ ਫਿਊਚਰ ਮਤਲਬ ਸਿੰਪਲ ਗੱਲ ਇਹ ਹੈ ਕਿ ਇਹ ਰੋਸ਼ਨ ਆਈਡੀਆਸ ਕਿੱਥੋਂ ਆਉਂਦੇ ਨੇ ਆਪਾਂ ਨੂੰ ਜਿਹੜੇ ਹੋ ਸਕਦਾ ਹੈ ਕਿ ਭਾਰਤ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕਿਸੇ ਵੀ ਪੱਖੋਂ ਇਹ ਸੂਟ ਨਹੀਂ ਕਰਦੇ ਜੀ ਅ ਬਸ ਇਹ ਆ ਕਿ ਸਰਕਾਰਾਂ ਕਿਉਂਕਿ ਬਹੁਮਤ ਸਰਕਾਰ ਆ ਆਪੋਜੀਸ਼ਨ ਕਮਜ਼ੋਰ ਆ ਸੋ ਜੋ ਜਿਹੜਾ ਕਾਨੂੰਨ ਚਿਤ ਚਾਉਂਦਾ ਉਹ ਪਾਸ ਕਰੀ ਜਾਂਦੀ ਆ ਨਹੀਂ ਪਰ ਉਹ ਭਾਰਤ ਨੂੰ ਭਾਰਤ ਦੇ ਜਨਤਾ ਨੂੰ ਸਵੀਕਾਰ ਵੀ ਤਾਂ ਹੋਵੇ ਉਹਨਾਂ ਨੂੰ ਸੂਟ ਵੀ ਤਾਂ ਕਰੇ ਭਾਰਤ ਦੇ ਹੱਕ ਵਿੱਚ ਵੀ ਤਾਂ ਹੋਵੇ ਅ ਹੁਣ ਉਹ ਕਿਹੜੀ ਜਨਤਾ ਆ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਭਈ ਉੱਤਪੀ ਵਾਲਾ ਬੰਦਾ ਆ ਉਹਨੂੰ ਇਹ ਨਹੀਂ ਪਤਾ ਵੀ ਫੌਜ ਚ ਭਰਤੀ ਕਿੱਦਾਂ ਹੋਣੀ ਕੀ ਹੋਣਾ ਕੀ ਨਹੀਂ ਹੋਣਾ ਉਹ ਕਹਿ ਰਿਹਾ ਭਈ ਸਾਡੇ ਐਸਐਸਪੀ ਨਰਿੰਦਰ ਮੋਦੀ ਜੀ ਨੇ ਜੋ ਕੀਤਾ ਹੈ ਬਹੁਤ ਅੱਛਾ ਕੀਤਾ ਹੈ ਸੋ ਉਹ ਜਿਹੜਾ ਲੋਕ ਜਿਹੜੇ ਆ ਉਹਨਾਂ ਲਈ ਤਾਂ ਇਹ ਠੀਕ ਹੈ ਉਹ ਕਹਿੰਦਾ ਦੇਖੀ ਅਪ ਫੌਜ ਮੇਂ ਭਰਤੀ ਹੋਗੇ ਵਹਾਂ ਪਲੰਬਰ ਕੀ ਟ੍ਰੇਨਿੰਗ ਮਿਲੇਗੀ ਵਹਾਂ ਰਾਜਮਿਸਤਰੀ ਕੀ ਟ੍ਰੇਨਿੰਗ ਮਿਲੇਗੀ ਮਤਲਬ ਉਹਨੂੰ ਪਤਾ ਹੀ ਨਹੀਂ ਬੰਦੇ ਨੂੰ ਵੀ ਕੀ ਹੋ ਰਿਹਾ ਹੈ ਜੇ ਜਦੋਂ ਮੈਜੋਰਟੀ ਇਹੋ ਜਿਹੇ ਲੋਕ ਹੋਣਗੇ ਤਾਂ ਫਿਰ ਸਰਕਾਰਾਂ ਆਪਣੀ ਮਰਮਰਜ਼ੀ ਕਰਨਗੀਆਂ ਬਿਲਕੁਲ ਸਹੀ ਗੱਲ ਹੈ ਪਰ ਇਹ ਚੀਜ਼ ਜਿਹੜੀ ਹੈ ਨਾ ਆਪਾਂ ਨੂੰ ਦੇਖਣੀ ਚਾਹੀਦੀ ਹੈ ਕਿ ਇਹ ਲੋਕਸ਼ਾਹੀ ਹੈ ਲੋਕਤੰਤਰ ਹੈ ਜੀ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਵਿਚਾਰ ਕਿਉਂਕਿ ਇਹ ਕੋਈ ਮੇਰੀ ਪਰਸਨਲ ਜਾਇਦਾਦ ਤਾਂ ਹੈ ਨਹੀਂ ਕਿ ਦੇਸ਼ ਮੇਰੀ ਪਰਸਨਲ ਜਾਇਦਾਦ ਹੈ ਮੈਂ ਜਿਵੇਂ ਚਾਹਾਂਗਾ ਉਵੇਂ ਚਲਾਵਾਂਗਾ ਬਿਲਕੁਲ ਅੱਜ ਮੈਂ ਹੈਗਾ ਕੱਲ ਮੈਂ ਨਹੀਂ ਵੀ ਹਾਂ ਮੇਰੇ ਤੋਂ ਪਹਿਲਾਂ ਵੀ ਇਹ ਦੇਸ਼ ਸੀ ਤੇ ਮੇਰੇ ਤੋਂ ਬਾਅਦ ਵੀ ਇਹ ਦੇਸ਼ ਰਹਿਣਾ ਬਿਲਕੁਲ ਮੇਰੇ ਤੋਂ ਪਹਿਲਾਂ ਵੀ ਜਨਰੇਸ਼ਨਸ ਦੀ ਪੀੜ੍ਹੀਆਂ ਸੀ ਮੇਰੇ ਤੋਂ ਬਾਅਦ ਵੀ ਪੀੜ੍ਹੀਆਂ ਹੋਣਗੀਆਂ ਜਨਰੇਸ਼ਨਸ ਹੋਏਗੀ ਉਹਨਾਂ ਦੇ ਵਾਸਤੇ ਕੀ ਹੈ ਜੀ ਸੋ ਇਹ ਸਭ ਚੀਜ਼ਾਂ ਸਾਨੂੰ ਸੋਚ ਕੇ ਚਲਣੀਆਂ ਚਾਹੀਦੀਆਂ ਨੇ ਆਪਾਂ ਪਿੱਛੇ ਇਧਰ ਇੱਕ ਯੂਰੋਪੀਅਨ ਕੰਟਰੀ ਦੇ ਵਿੱਚ ਆਪਾਂ ਦੇਖਿਆ ਵੀ ਇੱਕ ਕੈਂਪੀ ਨੂੰ ਲੋਕ ਡਸਟਬਨ ਦੇ ਵਿੱਚ ਸਿਰ ਭਾਰ ਜਿਹੜਾ ਸੁੱਟਦੇ ਪਏ ਹਨ ਸੋ ਉਹੋ ਜਿਹੇ ਹਾਲਾਤ ਫੇ ਸਾਡੇ ਵੀ ਪੈਦਾ ਹੋਣਗੇ ਦੇਖੋ ਗੱਲ ਇਹ ਹੈ ਕਿ ਜਦੋਂ ਤੱਕ ਜਨਤਾ ਬਰਦਾਸ਼ਤ ਕਰਦੀ ਹੈ ਕਰਦੀ ਹੈ ਫਿਰ ਜਦੋਂ ਜਨਤਾ ਕਹਿੰਦੀ ਹੈ ਕਿ ਨਹੀਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਬਰਦਾਸ਼ਤ ਕਰਨ ਦਾ ਵੀ ਇੱਕ ਹੱਦ ਲਿਮਟ ਹੁੰਦੀ ਸੀ ਦੇਖੋ ਬਰਦਾਸ਼ਤ ਨਹੀਂ ਕੀਤਾ ਪੰਜਾਬ ਦੇ ਵਿੱਚ 92 ਸੀਟਾਂ ਦਿੱਤੀਆਂ ਨੇ ਆਵਾਜ਼ ਬਿਲਕੁਲ 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 ਉਹ ਅੱਕੇ ਹੋਏ ਲੋਕਾਂ ਨੇ ਕੀਤਾ ਨਾ ਅੱਕੇ ਹੋਏ ਲੋਕਾਂ ਨੇ ਹਾਂ ਉਹਨਾਂ ਨੂੰ ਐ ਨਹੀਂ ਵੀ ਆਪ ਬਹੁਤ ਚੰਗੀਆਂ ਉਹ ਕਹਿੰਦੇ ਇਹਨਾਂ ਨੂੰ ਮਤਲਬ ਰਵਾਇਤੀ ਪਾਰਟੀਆਂ ਨੂੰ ਚਲਦੇ ਕਿ ਉਹਨਾਂ ਨੇ ਬਹੁਤ ਲੁੱਟ ਲਿਆ ਦੇਸ਼ ਤੇ ਬਥੇਰੀ ਮਤਲਬ ਸੂਬੇ ਦੇ ਵਿੱਚ ਕ੍ਰਾਪਸ਼ਨ ਫਲਾਤੀ ਬੜਾ ਕੁਝ ਕਰ ਦਿੱਤਾ ਭ੍ਰਿਸ਼ਟਾਚਾਰ ਆ ਇਹ ਬੋ ਹੈ ਨਾ ਕਨਬਾ ਪਰਬਰੀ ਇੱਕ ਪੁਰਖੀ ਰਾਜ ਹੈ ਨਾ ਇਹ ਕੋਈ ਬੰਦਾ ਪੰਜ ਵਾਰੀ ਮੁੱਖ ਮੰਤਰੀ ਬਣ ਰਿਹਾ ਪ੍ਰਧਾਨ ਮੰਤਰੀ ਮਤਲਬ ਉਹ ਜਿੱਦਾਂ ਆਪਣੇ ਕੁਨਵੇ ਨੂੰ ਪਾੜੀ ਜਾਂਦੇ ਆ ਪ੍ਰੈਸ਼ਰਾਈਜ਼ ਕਰਦੇ ਨੇ ਜਨਤਾ ਦੇ ਉੱਤੇ ਜ਼ਬਰਦਸਤੀ ਲਾਗੂ ਕਰੋ ਆਪਰੇ ਮਤਲਬ ਜਨਤਾ ਦੇ ਵਿੱਚ ਤੇ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਰਸਾਕਸ਼ੀ ਨਹੀਂ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਨਹੀਂ ਹੋਣਾ ਚਾਹੀਦਾ ਬੈਠ ਕੇ ਗੱਲ ਕਰੋ ਔਰ ਬਜ਼ੁਰਗ ਕਹਿੰਦੇ ਨੇ ਕਿ ਇੱਕ ਸਾਰਿਆਂ ਦੀ ਇਕੱਠੀ ਭਾਵਨਾ ਬਣੇ ਇੱਕੋ ਹੀ ਵਿਚਾਰ ਬਣੇ ਭਾਵੇਂ ਉਹਦੇ ਵਾਸਤੇ 10 ਵਾਰ ਬੈਠਣਾ ਪਵੇ ਤੁਹਾਨੂੰ ਡਿਸਕਸ਼ਨ ਹਾਂ ਬਿਲਕੁਲ 10 ਵਾਰ ਸਿਰ ਜੋੜਨਾ ਪਵੇ ਬੈਠੋ ਡਿਸਕਸ ਕਰੋ ਬਿਲਕੁਲ ਇੱਕ ਗੱਲ ਤੇ ਪਹੁੰਚੋ ਪਰ ਇਹ ਨਹੀਂ ਕਿ ਜ਼ਬਰਦਸਤੀ ਆੜ ਕੇ ਖੜੇ ਹੋ ਜਾਓ ਨਹੀਂ ਇਹ ਤਾਂ ਦੇ ਕਰਨਾ ਹੀ ਕਰਨਾ ਹੈ ਦੇਖੋ ਡਾਇਲੌਗ ਦੇ ਵਿੱਚੋਂ ਨਾ ਸੰਵਾਦ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਇਹੀ ਬਾਬਾ ਨਾਨਕ ਸਮਝਾਉਂਦੇ ਨੇ ਬਾਬਾ ਨਾਨਕ ਆਪਾਂ ਨੂੰ ਇਹੀ ਕਹਿੰਦੇ ਬਾਣੀ ਕਹਿੰਦੀ ਆ ਵੀ ਜਦ ਤੱਕ ਦੁਨੀਆ ਰਹੀਏ ਨਾਨਕ ਕਿਛ ਕਹੀਏ ਸੁਣਿਏ ਨਾਨਕ ਸੋ ਜੇ ਵਿਚਾਰ ਬਟਾਂਦਰੇ ਨਹੀਂ ਕਰਨਾ ਤਬਾਦਲਾ ਇਹ ਖਿਆਲ ਹੀ ਨਹੀਂ ਕਰਨਾ ਸੰਵਾਦ ਹੀ ਨਹੀਂ ਰਚਾਉਣਾ ਹੈ ਨਾ ਡਾਇਲੌਗ ਲਈ ਕੋਈ ਗੰਜਾਇਸ਼ੇ ਨਹੀਂ ਛੱਡਣੀ ਮਨਮਰਜ਼ੀਆਂ ਕਰਨੀਆਂ ਤਾਂ ਫਿਰ ਅੱਕੇ ਹੋਏ ਲੋਕ ਸੇ ਸੜਕਾਂ ਤੇ ਆਉਣਗੇ ਕਿਉਂਕਿ ਆਫਟਰ 올 ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਔਰ ਸਾਰੀ ਪਾਵਰ ਜਨਤਾ ਦੇ ਹੱਥ ਹੈ ਔਰ ਜਨਤਾ ਹੀ ਆਪਣੀ ਪਾਵਰ ਦੇ ਕੇ ਤੁਹਾਨੂੰ ਕੁਰਸੀਆਂ ਤੇ ਅਹੁਦਿਆਂ ਤੇ ਬਿਠਾਉਂਦੀ ਹੈ ਔਰ ਜਿਹੜੀ ਜਨਤਾ ਪਾਵਰ ਦੇ ਸਕਦੀ ਹੈ ਉਹ ਪਾਵਰ ਵਾਪਸ ਵੀ ਲੈ ਸਕਦੀ ਹੈ ਕਿਉਂਕਿ ਇਹੀ ਸਾਡਾ ਸੰਵਿਧਾਨ ਸਾਨੂੰ ਪੂਰਾ ਹੱਕ ਦੇ ਲੋਕਤੰਤਰਤਾ ਇਹੀ ਆ ਨਾ ਲੋਕਤੰਤਰ ਹੀ ਹੈ ਹੁਣ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਚੋਣਾਂ ਦੀ ਸੰਗਰੂਰ ਦੇ ਵਿੱਚ ਹੁਣ ਜਿਮਨੀ ਚੋਣਾਂ ਆ ਹਾਂ ਲੋਕਤੰਤਰ ਦਾ ਤੁਸੀਂ ਦੇਖੋ ਭਈ ਲੋਕਤੰਤਰ ਜਿਹੜਾ ਆ ਉਹਦੇ ਤਹਿਤ ਜਿਮਨੀ ਚੋਣ ਸੰਗਰੂਰ ਦੀ ਅੱਜ ਸੋਖ ਨਾਲ ਵੋਟਾਂ ਪੈਣੀਆਂ ਬਿਲਕੁਲ ਜੀ ਸ਼ੁਰੂ ਹੋ ਚੁੱਕੀਆਂ ਨੇ ਹਾਂਜੀ ਸਵੇਰ ਦੀਆਂ ਮਤਲਬ VOTING ਸ਼ੁਰੂ ਆ ਸ਼ਾਮ ਦੇ 5:30 ਵਜੇ ਤੱਕ ਅੱਜ ਔਰ ਸਮਝ ਲਓ ਪਈ ਦੋ ਦਿਨ ਬਾਅਦ ਰਿਜ਼ਲਟ ਹੈ ਦੇਖੋ ਬਹੁਤ ਸਾਰੇ ਲੋਕਾਂ ਦਾ ਜਿਹੜਾ ਵਿਕਾਰ ਹੈ ਦਾਤੇ ਲੱਗਾ ਹੋਇਆ ਪਰ ਜੇ ਮੋٹے ਤੌਰ ਤੇ ਦੇਖੀਏ ਤਾਂ ਦਰਬੀਰ ਸਿੰਘ 골ਡੀ ਹੋ ਗਿਆ ਕਾਂਗਰਸ ਤੇ ਬਿਲਕੁਲ ਔਰ ਉਧਰੋਂ ਕੇਵਲ ਸਿੰਘ ਢੱਲੋਂ ساری ਉਮਰ ਉਧਾਂ ਕਾਂਗਰਸ ਚ ਹੀ ਰਹੇ ਆ ਕਾਰੋਬਾਰੀ ਨੇ ਤੇ ਅੱਜਕੱਲ ਪਾਜਪਾ ਦੀ ਚੋੜੀ ਫੜ ਰਹੀ ਹੈ ਪਾਈ ਹੋਏ ਕਰਾਚੋ ਸਾਹਿਬ ਇਸ ਕਰਾਚੋ ਸਾਹਿਬ ਉਹਨਾਂ ਦੇ ਗਰਮੇਰ ਤੋਂ ਕਰਾਚੋ ਸਰਪੰਚ ਕਰਾਚੋ ਵਾਲੇ ਭਗਵੰਤ ਮਾਨ ਹੋਰਾਂ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨੇੜੇ ਕੀ ਆ ਮਿੱਤਰਿਆ ਪਿੰਡ ਤੇ ਵੀ ਬੜੀਆਂ ਜਿਹੜੀਆਂ ਸਰਕਾਰ ਦੀਆਂ ਬਖਸ਼ੀਆਂ ਆ بڑے ਫੰਡ ਦਿੱਤੇ ਆ ਘਰਾਚੋਂ ਨੂੰ ਖੈਰ ਸਰਕਾਰਾਂ ਆਪਣੇ ਚਿਹਤਿਆਂ ਵਾਲੇ ਪਿੰਡਾਂ ਨੂੰ ਦਿੰਦੇ ਜਿੱਥੇ ਆਪਣੇ ਚਿਹਤੇ ਨੇ ਉਹਨਾਂ ਪਿੰਡਾਂ ਤੇ ਥੋੜੀ ਜੀ ਮਿਹਰ ਜ਼ਿਆਦਾ ਹੁੰਦੀ ਆ ਹੈਨਾ ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਹੋਰੀ ਆ ਜੀ ਜੀ ਜਿਉ ਹਾਰੇ ਆ ਮਤਲਬ ਤਰਨਤਾਰਨ ਦੀ ਚੋਣ ਜਿੱਤਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਜਿੱਤੀ ਤੇ ਪਿਛਲੇ ਦਿਨੀ ਲੋਕੀ ਮਖਾਲ ਵੀੜ ਆਉਂਦੇ ਸੀਗੇ ਵੀ ਜਿੱਤ ਸਕਦੇ ਆ ਜੇ ਸਾਰੇ ਵਿਰੋਧੀ ਉਮੀਦਵਾਰ ਜਿਹੜੇ ਰੱਬ ਨੂੰ ਪਿਆਰੇ ਹੋ ਜਾਣ ਸੋ ਪੰਥਕ ਧਿਰਾਂ ਸੋ ਕਾਲਡ ਪੰਥਕ ਧਿਰਾਂ ਮੈਂ ਤਾਂ ਕਹੂੰਗਾ ਇਹ ਕਿਹੜਾ ਪੰਥ ਹੈ ਹਨਾ ਅ ਉਹ ਸੁਖਬੀਰ ਸਿੰਘ ਬਾਦਲ ਹੋਰੀ ਦਾ ਜਵਾਨਾ ਸਾਹਿਬ ਦੀ ਭੈਣ ਜੀ ਹਾਂ ਬਿਲਕੁਲ ਰਾਜਵਾਨਾ ਸਾਹਿਬ ਦੀ ਭੈਣ ਕਮਲਦੀਪ ਰਾਜਵਾਨਾ ਜੀ ਜੀ ਨੂੰ ਖੜਾ ਕੀਤਾ ਹੋਇਆ ਤੇ ਇਹ ਦੇਖੋ ਪਿਛਲੀ ਵਾਰੀ ਵੀ ਕਾਂਗਰਸੀ ਦਾਅਵੇ ਕਰਦੇ ਸੀਗੇ ਅਕਾਲੀ ਦਲ ਆਪਣੇ ਦਾਅਵੇ ਕਰਦੇ ਸੀ ਸੁਖਬੀਰ ਬਾਦਲ 25 ਸਾਲ ਰਾਜ ਉਹ 25 ਸਾਲ ਤਾਂ ਜੋਤੀ ਬਾਸੂ ਵਰਗੇ ਸਾਫ਼ ਸੁਥਰੇ ਅਕਸ ਵਰਗੇ ਲੋਕਾਂ ਦੇ ਜਿਹੜੇ ਆਗੂ ਆ ਉਹ ਰਾਜ ਕਰ ਸਕਦੇ ਆ ਪੱਛਮੀ ਬੰਗਾਲ ਦੇ ਵਿੱਚ ਚੋਰ ਡਾਕੂ ਲਟੇਰੇ ਤੇ ਭ੍ਰਿਸ਼ਟਾਚਾਰ ਦੇ ਵਿੱਚ ਜਿਨ੍ਹਾਂ ਦਾ ਰੂਮ ਰੂਮ ਲਿਪੜਿਆ ਉਹ ਨਹੀਂ ਰਾਜ ਕਰ ਸਕਦੇ ਹੁੰਦੇ ਜੰਦਾ ਸਾਹਿਬ ਸਮਝਦੀ ਹੈ ਹਾਂ ਜੇ ਜੋ ਜਨਤਾ ਹੈ ਨਾ ਜੇ ਸਭ ਜਾਣਦੀ ਹੈ ਸੋ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲਿਆਂ ਨੂੰ ਦੋ ਸੀਟਾਂ ਮਿਲਦੀਆਂ ਹਨ ਦੇਖੋ ਜਦੋਂ ਤੱਕ ਹੁਣ ਰਿਜ਼ਲਟ ਆਊਟ ਨਹੀਂ ਨਾ ਹੋਏਗਾ ਦੋ ਦਿਨਾਂ ਬਾਅਦ ਜੀ ਉਦੋਂ ਤੱਕ ਤੇ ਕੁਝ ਨਹੀਂ ਕਹਿ ਸਕਦੇ ਬਿਲਕੁਲ ਪਰ ਇੱਕ ਲੋਕਾਂ ਨੇ ਹੁੰਝਾ ਫੇਰ ਕੇ ਰੱਖ ਉਹ ਝਾੜੂ ਸੱਚਮੁੱਚੇ ਫਿਰ ਗਿਆ ਉਹਨਾਂ ਦਾ ਬਿਲਕੁਲ ਤੇ ਅੱਜ ਕੀ ਹੁਣ ਦੇਖਦੇ ਆਪਏ ਸਰਕਾਰ ਆਪਣੀ ਪੱਥ ਵਿਚੋਂਦੀ ਆ ਜਾਂ ਮੇਨ ਚੀਜ਼ ਇਹ ਆ ਕਿ ਗਰਮੀ ਬਹੁਤ ਹੈ ਬਿਲਕੁਲ ਪ੍ਰਬੰਧ ਪੂਰੇ ਨਹੀਂ ਹੈਗੇ ਪ੍ਰਬੰਧ ਪੂਰੇ ਨਹੀਂ ਪ੍ਰਬੰਧ ਨਹੀਂ ਤੇ ਟੈਂਟਸ ਦਾ ਪ੍ਰਬੰਧ ਨਹੀਂ ਹੋ ਸਕਦਾ ਕਿ ਵੋਟਾਂ ਦੀ ਗਿਣਤੀ ਇੰਨੀ ਨਾ ਹੋਵੇ ਬਹੁਤ ਘੱਟ ਗਿਣਤੀ 'ਚ ਲੋਕ ਆਉਣ ਬਿਲਕੁਲ ਬੋਲਿੰਗ ਸਟੇਸ਼ਨ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਬਹੁਤ ਜ਼ਿਆਦਾ ਹੈ ਹੁਣੇ ਕਿੰਨੇ ਪਰਸੈਂਟ ਵੋਟ ਪੈਂਦੀ ਹੈ ਜੀ ਉਹਦੇ ਵਿੱਚ ਕਿੰਨੀ ਕੌਣ ਲੈ ਕੇ ਜਾਂਦਾ ਹੈ ਕੌਣ ਕਿਦੀ ਤੋੜਦਾ ਹੈ ਇਹ ਤਾਂ ਹੁਣ ਸਮਾਂ ਦੱਸੂਗਾ ਪਰ ਸਾਨੂੰ ਨਾ ਇੱਕ ਐਦਾਂ ਦਾ ਆਗੂ ਚਾਹੀਦਾ ਕਿਉਂਕਿ ਐਮਪੀ ਭੇਜਣਾ ਅਸੀਂ ਲੋਕ ਸਭਾ ਦੇ ਵਿੱਚ ਜਿਹੜਾ ਪੰਜਾਬ ਦੀ ਗੱਲ ਕਰ ਸਕੇ ਬਿਲਕੁਲ ਹਿੱਕ ਠੋਕ ਕੇ ਬਿਲਕੁਲ ਪੰਜਾਬ ਦੇ ਮਸਲੇ ਅਭਾਰ ਸਕੇ ਬਿਲਕੁਲ ਪੰਜਾਬ ਲਈ ਹਾ ਦਾ ਨਾਰਾ ਮਾਰ ਸਕੇ ਠੀਕ ਹੈ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਜੋੜਦਾਰ ਢੰਗ ਦੇ ਨਾਲ ਰੱਖ ਸਕੇ ਬਿਲਕੁਲ ਪੰਜਾਬ ਦਾ ਪ੍ਰਤੀਨਿਧੀ ਹੋਵੇ ਕਿਸੇ ਵੀ ਪਾਰਟੀ ਤੋਂ ਹੋਵੇ ਬਿਲਕੁਲ ਬਿਲਕੁਲ ਬੰਦਿਆਂ ਨੂੰ ਮਤਲਬ ਇੰਨੀ ਉਹਨਾਂ ਚ ਜੁਰਰਤ ਹੋਣੀ ਚਾਹੀਦੀ ਹੈ ਕਿ ਸਾਨੂੰ ਬੰਦਿਆਂ ਨੂੰ ਉਹ ਚੀਜ਼ ਚਾਹੀਦੀ ਆ ਸਾਨੂੰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਵਾਕਈ ਪੰਜਾਬ ਦੀ ਪਛਾਣ ਹੋਵੇ ਉੱਥੇ ਬਿਲਕੁਲ ਉਹ ਸਾਡੇ ਇੱਕ ਵਾਰੀ ਮਤਲਬ ਦੋ ਵਾਰ ਫਗਵਾੜਾ ਕੰਸਟੀਟੂਐਂਸੀ ਤੋਂ ਕੋਈ ਐਮਐਲਏ ਸੀਗੇ ਹਾਂਜੀ ਦੋ ਵਾਰ ਕਾਂਗਰਸ ਵੱਲੋਂ ਐਮਐਲਏ ਬਣ ਕੇ ਹਨ ਪੜ੍ਹਤ ਜਨਤਾ ਸੀ ਪਿੰਡ ਦੇ ਲੋਕਾਂ ਨੇ ਮਤਲਬ ਉਹ ਬਿਲਕੁਲ ਸ਼ਾਹੀਨ ਪੜ੍ਹ ਸੀਗੇ ਗੂਠਾ ਮਾਰ ਕੇ ਸ਼ਹਿਰ ਤੇ ਇੱਕ ਵਾਰੀ ਜਨਤਾ ਪਾਰਟੀ ਦੀ ਸਰਕਾਰ ਆਈ 1970 ਚ ਜਨਤਾ ਪਾਰਟੀ ਬਣਦੀ ਆ ਮੁਰਾਰਜੀਤ ਸਾਈ ਦੀ ਅਗਵਾਈ ਦੇ ਵਿੱਚ ਤਾਂ ਉਹ ਜਨਤਾ ਪਾਰਟੀ ਛਾਲ ਮਾਰ ਕੇ ਰਲ ਗਿਆ ਤਿੰਨ ਵਾਰੀ ਦੇ ਜਾਨਕਿ ਐਮ ਐਲ ਏ ਤਾਂ ਉਹ ਪਿੰਡ ਚ ਕੋਈ ਲੜਾਈ ਹੋ ਪਈ ਆਹਮੋ ਸਾਹਮਣੇ ਹੋ ਗਿਆ ਉਹ ਐਮ ਐਲ ਏ ਸਾਹਿਬ ਤੇ ਦੂਸਰੇ ਬੰਦੇ ਪੜਿਆ ਲਿਖਾ ਮੁੰਡਾ ਸਿਗਾ ਜੀ ਉਹ ਕਹਿੰਦਾ ਵੀ ਮੈਂ ਐਮ ਐਲ ਏ ਆ ਤੇ ਆਪਣੇ ਜਿਹੜਾ ਵੀ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਹੈਨਾ ਵੀ ਮੈਂ ਤੈਨੂੰ ਅੰਦਰ ਕਰਾ ਦੂੰ ਮੈਂ ਤੈਨੂੰ ਬਾਹਰ ਕਰਾ ਦੂੰ ਹੈਨਾ ਤੇ ਉਹ ਉਦੋਂ ਕੋ ਨਕਸਲਵਾੜੀ ਲਹਿਰ ਦਾ ਪ੍ਰਭਾਵ ਸੀਗਾ ਤੇ ਉਹ ਮੁੰਡਾ ਜਿਹੜਾ ਉਹ ਮੋਹਰਿਓ ਬੰਗਾਰ ਦਾ ਐਮਐਲਏ ਨੂੰ ਵੀ ਮੈਂ ਜਾਣਦਾ ਤੈਨੂੰ ਵੱਡੇ ਐਮਐਲਏ ਨੂੰ ਤੁਸੀਂ ਜੈਸਮੈਨ ਵਾਲੇ ਐਮਐਲਏ ਹੋ ਹਾਂ ਸੋ ਕਹਿੰਦਾ ਵੀ ਜੈਸ ਸਰ ਤੇ ਜਸ ਕਹਿਣ ਵਾਲੇ ਤੁਸੀਂ ਬੰਦੇ ਹੋ ਵੀ ਤੇਰੀ ਕਿੰਨੀ ਕੁ ਬੁੱਕਤ ਆ ਉਹ ਅਸੀਂ ਜਾਣਦੇ ਆ ਤੂੰ ਜੋ ਕਰਨਾ ਕਰ ਲਈ ਸੋ ਜੇ ਉਹੋ ਜਿਹੇ ਐਮਐਲਏ ਐਮਪੀ ਬਣਨੇ ਆ ਤਾਂ ਉਹਨਾਂ ਦੀ ਤਾਂ ਸਾਨੂੰ ਕੋਈ ਲੋੜ ਨਹੀਂ ਠੀਕ ਹੈ ਤਾਂ ਹਰ ਗੱਲ ਤੇ ਮਤਲਬ ਮੋਹਰ ਲਾਉਣ ਵਾਲੇ ਜਿਹੜਾ ਕੋਈ ਮжоਰਿਟੀ ਕਹਿ ਰਹੀ ਆ ਆਪਣੀ ਦਲੀਲ ਨਹੀਂ ਦੇਣੀ ਆਪਣੇ ਵਿਚਾਰ ਨਹੀਂ ਰੱਖਣੇ ਕਿਤੇ ਵਿਰੋਧ 'ਚ ਨਹੀਂ ਖੜੇ ਕੱਲਾ ਵਿਰੋਧ ਕਰਨ ਲਈ ਵਿਰੋਧ ਨਹੀਂ ਜਿੱਥੇ ਸੱਚਮੁੱਚ ਕੋਈ ਵਿਰੋਧ ਬਣਦਾ ਜਿੱਥੇ ਕੋਈ ਆਵਾਜ਼ ਉਠਾਉਣੀ ਬਣਦੀ ਆ ਉਹ ਨਹੀਂ ਉਠਾਉਣੀ ਕੋਈ ਲੋਕਾਂ ਦੇ ਮਸਲਿਆਂ ਦੀ ਗੱਲ ਨਹੀਂ ਕਰਨੀ ਆਪਣੇ تنખાਆਂ ਰਈਆਂ ਪੱਤੇ ਲੈ ਪੈਨਸ਼ਨ ਲਿੱਤੀਆਂ ਐ ਪੈਨਸ਼ਨ ਲਈ ਐਮਪੀ ਫੰਡ ਚ ਕਪੜਾਏ ਕੀਤੇ ਠੀਕ ਐ ਤਾਂ ਮਤਲਬ 5 ਸਾਲ ਰਾਜ ਭਾਗ ਮਾਨ ਕੇ ਤਾਂ ਆਪਣੇ ਘਰ ਬੈਠੋ ਜਾਂ ਆਪਣਾ ਘਰਵਾ ਪਾਲੋ ਉਹੋ ਜੇ ਐਮਪੀਜ਼ ਦੀ ਲੋੜ ਨਹੀਂ ਸਨ ਬਿਲਕੁਲ ਆਪਣੀਆਂ ਕੋਠੀਆਂ ਰੈਨੋਵੇਟ ਕੀਤੀਆਂ ਨਵੇਂ-ਨਵੇਂ ਗੱਡੀਆਂ ਨਵੀਆਂ ਗੱਡੀਆਂ ਜਦੋਂ ਪਾਵਰ ਚ ਆਏ ਤਾਂ ਕਿਉਂ ਨਾ ਆਪਾਂ ਉਹਦਾ ਆਨੰਦ ਮਾਣੀਏ ਨੀ ਤਾਂ ਫਾਇਦਾ ਕੀ ਹੋਇਆ ਤੇ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਵੱਡੀਆਂ ਪੰਥਕ ਤੇਰਾ ਸੀ ਉਹ ਜਿੱਦਾਂ ਪਿਛਲੀਆਂ ਚੋਣਾਂ ਚ ਨਕਾਰੀਆਂ ਆਪਾਂ ਦੇਖਦੇ ਆ ਵੀ ਪੰਥਕ ਤੇਰਾ ਨੂੰ ਕਿੰਨੀਆਂ ਅੰਕ ਵੋਟਾਂ ਪੈਂਦੀਆਂ ਹੈਗੀਆਂ ਹਨ ਤੇ ਦੂਸਰਾ ਇਹ ਆ ਬਈ ਮੌਜੂਦਾ ਸਰਕਾਰ ਇੱਕ ਤਰ੍ਹਾਂ ਦਾ ਜਿੰਨੇ ਚਾਰ ਮਹੀਨੇ ਹੋਏ ਆ ਸਰਕਾਰ ਉਹਦੀ ਕਾਰਗੁਜ਼ਾਰੀ ਵੀ ਲੋਕਾਂ ਨੇ ਦੇਖਣੀ ਆ ਉਹ ਕਹਿੰਦੇ ਨੇ ਕਿ ਸਾਡੀਆਂ ਪਾਲਿਸੀਆਂ ਬਹੁਤ ਪਸੰਦ ਆ ਰਹੀਆਂ ਜਨਤਾ ਨੂੰ ਇਸ ਕਰਕੇ ਅਸੀਂ ਸੰਗਰੂਰ ਦੀ ਜਿੰਮਨੀ ਚੋਣ ਅਸੀਂ ਉਹ ਜਿੱਤਣੀ ਆ ਅਸੀਂ ਉਹ ਜਿੱਤਣੀ ਆ ਸਾਬ ਤਾਈ ਕਹਿੰਦੇ ਨੇ ਕਾਂਗਰਸ ਆਪਣਾ ਦਾਵਾ ਕਰ ਰਹੀ ਹੈ ਔਰ ਜੇ ਪਾਲਿਸੀ ਦੀ ਗੱਲ ਕਰੀਏ ਜੀ ਆਪਾਂ ਅੱਗੇ ਵਧਦੇ ਆ ਜੀ ਤਾਂ ਜਿਹੜੀ ਹੁਣੇ ਪਾਲਿਸੀ ਬਣਾਈ ਸੀ ਕਿ ਫ੍ਰੀ ਦੇਵਾਂਗੇ ਸਾਨੂੰ ਇਲੈਕਟ੍ਰਿਸਿਟੀ ਸਬਸਿਡੀ ਮਿਲੇਗੀ 300 ਯੂਨਿਟ ਹਰ ਮਹੀਨੇ ਦੀ ਹੁਣ ਜੁਲਾਈ ਆ ਰਹੀ ਹੈ ਜੀ ਹੁਣ ਦੇਖੋ ਜੁਲਾਈ ਦੇ ਵਿੱਚ ਜਿਹੜਾ ਇੰਨਾ ਸਾਰਾ ਬੋਝ ਪੈਣਾ ਸਟੇਟ ਐਕਸੈਕਰ ਉੱਤੇ ਉਹ ਚੁੱਕਣਾ ਕਿਵੇਂ ਇਹ ਦੇਖਣ ਵਾਲੀ ਗੱਲ ਹੈ ਗਰੀਬਾਂ ਨੂੰ ਕਾਂਗਰਸ ਸਰਕਾਰ ਵੀ 200 ਯੂਨਿਟ ਮੁਫਤ ਦਿੰਦੀ ਸੀ ਇਹਨਾਂ ਨੇ ਵਧਾ ਕੇ 300 ਕਰ ਦਿੱਤਾ ਇੱਕ ਮੋٹے ਮੋٹے ਅੰਤਜੇ ਸਾਬਕ ਪੰਜਾਬ ਪਾਵਰ ਕਾਰਪੋਰੇਸ਼ਨ ਵਾਲਿਆਂ ਨੇ ਕਿਹਾ ਵੀ ਜਿਹੜੇ ਗਰੀਬ ਆ ਹਾਂਜੀ ਉਹ 1 ਕਿਲੋਵਾਟ ਜਿਹੜਾ ਮਤਲਬ ਟੋਟਲ ਹੈ ਉਹਦਾ ਵੀ 50% ਦੀ ਖਰਚ ਕਰਦੇ ਹੈਗੇ ਹਾਂਜੀ ਤੇ ਕਹਿੰਦੇ ਪਰ ਜਿਹੜੀ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਂਦੀ ਆ ਉਹਦੇ ਤੋਂ ਦੁੱਗਣਾ ਇਹਦਾ ਬੋਝ ਪੈਣਾ ਹੈਗਾ ਜਿਹੜਾ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਪਹਿਲੇ ਹੀ ਆਪਾਂ ਜਾਣਦੇ ਆਂ ਕਿ ਹਜ਼ਾਰਾਂ ਕਰੋੜਾਂ ਰੁਪਈਆ ਦੀ ਕਰਜ਼ਾਈਆ ਬਿਲਕੁਲ ਜੀ ਉਹਨੂੰ ਮੈਨੇਜ ਕਿੱਦਾਂ ਕਰੋਗੇ ਬਿਲਕੁਲ ਸਹੀ ਗੱਲ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਦੀ ਹੀ ਆ ਨਾ ਪਾਕਿਸਤਾਨ ਦੀ ਤਾਂ ਹੈ ਨਹੀਂ ਅਕਸਰ ਤਾਂ ਉਹ ਸੂਬੇ ਦੇ ਲੋਕਾਂ ਤੇ ਸਟੇਟ ਟੈਕਸ ਚੈੱਕ ਕਰਤੀ ਬੋਝ ਪੈਣਾ ਨਾ ਸਰਕਾਰੀ ਕਰਜ਼ਾਨੇ ਜੋ ਵੀ ਜਾਣਾ ਜਾਣਾ ਹੈ ਨਾ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਕਿੱਥੋਂ ਜਨਰੇਟ ਕਰਨੇ ਆ ਫੰਡ ਅਲੋਕੇਸ਼ਨ ਸਰਕਾਰ ਉਹਨੂੰ ਕਿੱਦਾਂ ਹਾਂਜੀ ਅਲੋਕੇਟ ਕਿੱਦੋਂ ਕਰੋਗੇ ਅਲੋਕੇਟ ਕਿੱਥੋਂ ਕਰੋਗੇ ਔਰ ਜਿਹੜੇ ਤੁਸੀਂ ਦੇਖੋ ਨਾ ਜਿਹੜੇ ਆਪਾਂ ਕਰਜ਼ੇ ਵੀ ਲੈਣੇ ਆਂ ਹਾਂਜੀ ਕਾਫੀ ਸਬਸਿਡੀਆਂ ਚ ਬਿਲਕੁਲ ਤਨਖਾਹਾਂ ਚ ਬਿਲਕੁਲ ਪੈਨਸ਼ਨਾਂ ਚ ਬਿਲਕੁਲ ਬਾਕੀ ਬਚਦਾ ਕਿੰਨਾ ਕੈ ਜਿਹੜੇ ਸਾਰੇ ਗੇਮ ਖੇਡਣੀ ਹੈ ਤੇ ਵਿਕਾਸ ਵਾਸਤੇ ਕਿੱਥੋਂ ਆਉਣਾ ਹਾਂ ਤੇ ਸਰਕਾਰ ਨੇ ਤਾਂ ਆਪਣਾ ਵਾਦਾ ਪਕਾਤਾ ਜੀ ਵੀ ਚਲੋ 300 ਯੂਨਿਟ ਹੈ ਨਾ ਫ੍ਰੀ ਬੀਸ ਪੋਲਿਟਿਕਸ ਖੇਡੋ ਹਾਲਾਂਕਿ ਲੇਡੀਜ਼ ਨੂੰ ਇਹ ਕਹਿ ਦਿੱਤਾ ਬਿਲਕੁਲ ਕਿ 1000 ਰੁਪਏ ਮਹੀਨਾ ਹਜੇ ਠਹਿਰ ਜਾਓ ਸਾਡੇ ਕੋਲ ਖਜ਼ਾਨੇ ਚ ਪੈਸੇ ਨਹੀਂ ਹੈਗੇ ਬਿਲਕੁਲ ਹੁਣ ਜੇ ਇੱਥੇ ਵੀ ਕਹਿ ਦੇਣ ਕਿ ਠਹਿਰ ਜਾਓ ਹਜੇ ਪੈਸੇ ਨਹੀਂ ਹੈ ਕਿ ਸਬਸਿਡੀ ਹਾਂ ਜਿੱਦਾਂ ਕਹਿੰਦੇ ਸੀ ਵੀ ਭਾਈ ਅਸੀਂ ਇਹ ਸਕੀਮ ਲਾਗੂ ਕਰਾਂਗੇ ਪਰ ਖਜ਼ਾਨਾ ਖਾਲੀ ਆ ਹੈ ਨਾ ਸੋ ਪਹਿਲੇ ਵਿੱਤ ਮੰਤਰੀ ਵੀ ਮਨਪ੍ਰੀਤ ਬਾਦਲ ਹੁਣੀ 5 ਸਾਲ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਂਦੇ ਗਏ ਆ ਆਪਾਂ ਸਾਰੇ ਜਾਣਦੇ ਆ ਹਨਾ ਆਪਣੇ ਜਦੋਂ ਐਮਐਲਏ ਸਹਿਬਾਨ ਨੇ ਐਮਪੀਜ਼ ਨੇ ਆਪਣੇ ਭੱਤੇ ਵਧਾਉਣੇ ਹੁੰਦੇ ਆ ਆਪਣੀਆਂ ਸਹੂਲਤਾਂ ਦੀਆਂ ਉਦੋਂ ਬਹੁਮਤ ਦੇ ਨਾਲ ਸਾਰਾ ਕੁਝ ਉਦੋਂ ਖਜ਼ਾਨੇ 'ਚ ਪੈਸੇ ਵੀ ਆ ਜਾਂਦੇ ਆ ਠੀਕ ਹੈ ਤੇ ਜਦੋਂ ਲੋਕਾਂ ਦੀ ਗੱਲ ਆਉਂਦੀ ਆ ਗੁਰਬਤ ਦੂਰ ਕਰਨ ਦੀ ਗੱਲ ਆਉਂਦੀ ਉਦੋਂ ਖਜ਼ਾਨਾ ਖਾਲੀ ਆ ਤੁਸੀਂ ਦੇਖੋ 5-5 ਲੱਖ ਰੁਪਈਆ ਪੈਨਸ਼ਨਸ ਲੈਂਦੇ ਪਏ ਨੇ ਮਹੀਨੇ ਦੀ ਬਿਲਕੁਲ ਤੇ ਖਜ਼ਾਨੇ ਖਾਲੀ ਨੇ ਖਜ਼ਾਨੇ ਖਾਲੀ ਆ ਖਾਲੀ ਖਜ਼ਾਨੇ ਚੋਂ ਇੰਨਾ ਪੈਂਸ਼ਨ ਕਿੱਥੋਂ ਆ ਜੋਗੀ ਬਿਲਕੁਲ ਫਿਰ ਜਦੋਂ ਜਨਤਾ ਦੀ ਵਾਰੀ ਆਂਦੀ ਹੈ ਉਦੋਂ ਖਜ਼ਾਨੇ ਖਾਲੀ ਉਦੋਂ ਪੀਪਲ ਖਾਲੀ ਖੜੇ ਦੇਖਣਾ ਹਣਾ ਬਈ ਵਿਚਾਰੇ ਮਾਸਟਰਾਂ ਦੀਆਂ ਤਨਖਾਹਾਂ ਕਈ ਕਿ ਮਹੀਨੇ ਨਹੀਂ ਸੀ ਮਿਲਦੀਆਂ ਕਾਰਜ ਦੇ ਆਪਕਾਂ ਦੀਆਂ ਤਨਖਾਹਾਂ ਨਹੀਂ ਸੀ ਮਿਲਦੀਆਂ ਰੁਕੇ ਹੋਏ ਫੰਡ ਜ ਨਹੀਂ ਸੀ ਜਾਰੀ ਹੁੰਦੇ ਹਨ ਤੇ ਖਜ਼ਾਨਾ ਖਾਲੀ ਆ ਜੀ ਖਜ਼ਾਨਾ ਖਾਲੀ ਹੈ ਹੁਣ ਇਹ ਜਿਹੜੇ ਪ੍ਰੋਮਿਸ ਨੇ ਜਦੋਂ ਆਪਾਂ ਕਹਿੰਦੇ ਆ ਫਰੀ ਬੀਜ਼ ਪੋਲਿਟਿਕਸ ਤੁਸੀਂ ਖੇਡ ਕੇ ਸੱਤਾ ਚਾਹੁੰਦੇ ਹੋ ਜੀ ਹੁਣ ਤੁਸੀਂ ਉਦੋਂ ਕੈਲਕੂਲੇਟ ਨਹੀਂ ਕਰਦੇ ਕਿ ਇੱਕ ਖਜ਼ਾਨੇ ਵਾਸਤੇ ਪੈਸ ਇਹ ਡਿਬੇਟ ਮੰਗੀ ਹੋਈ ਹੈ ਕਿ ਬਜਟ ਵੀ ਆ ਰਿਹਾ ਬਿਲਕੁਲ ਤੇ ਨਾਲ ਬਜਟ ਦੇ ਵਿੱਚ ਕਿੰਨਾ ਕਾਟੇ ਦਾ ਬਣੇਗਾ ਕਿੰਨਾ ਵਾਦੇ ਦਾ ਬਣੇਗਾ ਇਹ ਤੇ ਖੁੱਲ ਕੇ ਬੱਲ ਉਦੋਂ ਹੋਏਗੀ ਇਹ ਤੇ ਬਾਤੀਆਂ ਗੱਲਾਂ ਪਰ ਇਹ ਜਿਹੜਾ ਇਹ ਤਾਂ ਡਾਇਰੈਕਟਲੀ ਬੋਝ ਦਿਖਾਈ ਦੇ ਰਿਹਾ ਕਿ ਇੰਨਾ ਬੋਝ ਪੈਣਾ ਹੀ ਪੈਣਾ ਸੋ ਇਹ ਕਿੱਦਾਂ ਮੈਨੇਜ ਹੋਏਗਾ ਔਰ ਇਹਦੇ ਬੋਝ ਕਰਕੇ ਜਿਹੜੀਆਂ ਬਾਕੀ ਵਿਕਾਸ ਦੀਆਂ ਯੋਜਨਾਵਾਂ ਨੇ ਜਿਹੜਾ ਮਾਨ ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ ਬਣਾਉਣਾ ਉਹਦੇ ਵਾਸਤੇ ਪੈਸੇ ਨਹੀਂ ਰੋ ਰੰਗਲਾ ਪੰਜਾਬ ਤਾਂ ਫੇ ਕੰਗਲਾ ਪੰਜਾਬ ਹੀ ਬਣੂਗਾ ਉਹਦੇ ਰੰਗਲਾ ਪੰਜਾਬ ਬਣਨ ਦੀ ਤਾਂ ਕੋਈ ਸੰਭਾਵਨਾ ਲੱਗਦੀ ਨਹੀਂ ਹੈ ਨਾ ਉਹਨੇ ਲੋਕਾਂ ਨੇ ਚਾਹੀਦਾ ਕਿ ਹੱਥ ਜੋੜ ਕੇ ਕਹਿਣ ਭਾਈ ਭਾਈ ਸਾਹਿਬ ਬਿਲਕੁਲ ਉਹ ਆ ਜਿਹੜੀ ਫ੍ਰੀ ਬੀਜ਼ ਦੀ ਪੋਲਿਟਿਕਸ ਹੈ ਨਾ ਆ ਜੀ ਇਹਨੂੰ ਬੰਦ ਕਰੀਏ ਫ੍ਰੀ ਬਿਜਲੀ ਦੇਣ ਦਿਓ ਸਾਨੂੰ ਬਿਜਲੀ ਵੈਸੇ ਦੇ ਦਿਓ ਵੇਰੀ ਦੇਖਦਾ ਵੀ ਅੰਦਰ ਜੋ ਅੰਦਰ ਖਾਤੇ ਨਹੀਂ ਇੱਕ ਗਣਾ ਬਾਹਰ ਵੀ ਆਉਂਦੀਆਂ ਵੀ ਗਰੀਬ ਕਹਿੰਦੇ ਵੀ ਸਾਡਾ ਤਾਂ 300 ਯੂਨਿਟ ਵੀ ਸਰਕਾਰ ਨੂੰ ਜਾਂ ਲੋਕਾਂ ਨੂੰ ਚੁੱਪਦਾ ਹੈਗਾ ਜਾਂ ਪਹਿਲਾਂ 200 ਯੂਨਿਟ ਚੁੱਪਦਾ ਤੇ ਕਿਸਾਨਾਂ ਨੂੰ ਜਿਹੜੇ ਜ਼ਮੀਨਦਾਰ ਆ ਜ਼ਮੀਨਾਂ ਦੇ ਮਾਲਕ ਆ ਉਹਨਾਂ ਨੂੰ ਜਿਹੜੀ ਮੋਟਰਾਂ ਦੀ ਬਿਜਲੀ ਉਹ ਕਿਉਂ ਮੁਫਤ ਦਿੱਤੀ ਜਾਂਦੀ ਹੈ ਬਿਲਕੁਲ ਸਹੀ ਗੱਲ ਹੈ ਇਹ 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 ਗੱਲ ਵੀ ਬੜੀ ਹਾਂ ਵੀ ਲੋਕਾਂ ਨੂੰ ਮਿਲਦੀ ਆ ਹਾਂ ਤੇ ਉਹਨਾਂ ਦੇ ਗਰੀਬਾਂ ਦੇ ਘਰ ਇੱਕ ਦੋ ਬੱਤੀਆਂ ਜਗਦੀਆਂ ਹੈਗੀਆਂ ਪੱਖਾ ਕੋਈ ਕੂਲਰ ਚੱਲ ਗਿਆ ਤੇ ਕਹਿੰਦੇ ਵੀ ਕਿਸਾਨਾਂ ਦੀਆਂ 20-20 ਦੀਆਂ ਮੋਟਰਾਂ ਹੁੰਦੀਆਂ ਕਿੰਨੀਆਂ ਲੱਗੀਆਂ ਆ ਉਹ ਉਹ ਕਿਉਂ ਮੁਫਤ ਦਿੱਤੀਆਂ ਜਾਂਦੀਆਂ ਇੱਕ ਤਾਂ ਇਹਦੇ ਉੱਤੇ ਕਾਫੀ ਮਜ਼ਾਕ ਵੀ ਹੋਏ ਜੀ ਕਿ ਜਿਹੜਾ 300 ਯੂਨਿਟ ਬਿਜਲੀ ਦਾ ਗੱਲ ਹੋ ਰਹੀ ਆ ਤੇ ਹਰ ਇੱਕ ਪਰਿਵਾਰ ਨੇ ਨਾ ਇੱਕ ਇੱਕ ਬੰਦਾ ਆਪਣਾ ਮੀਟਰ ਦੇ ਕੋਲ ਖੜਾ ਕੀਤਾ ਹੋਇਆ ਜਦੋਂ 300 ਯੂਨਿਟ ਦੇ ਕਰੀਬ ਹੋਣ ਲੱਗਦਾ ਆ ਹਾਂ ਤੇ ਉਹ 200 2 ਜਦੋਂ 299 ਹੁੰਦਾ ਉਹ ਰੋਕ ਦਿਓ ਜੀ ਸਾਰੇ ਪੱਖੇ ਬੰਦ ਸਭ ਬੰਦ ਹੋ ਗਿਆ ਜੀ ਕਿਉਂਕਿ ਫੇਰ ਫੇਰ ਜਿਹੜਾ ਭਾਅ ਆ ਹੋ ਢੰਗ ਨਾਲ ਲੱਗਦਾ ਹੈਗਾ 300 ਤੋਂ ਉੱਤੇ ਯੂਨਿਟ ਹੁਣ ਜੇ 3 ਦਿਨ ਬਚੇ ਨੇ ਮਹੀਨਾ ਪੂਰਾ ਹੋਣ ਚਿਰ 3 ਦਿਨ ਮੋਮਬਤੀਆਂ ਬਾਲੋ ਮੋਮਬਤੀਆਂ ਬਾਲੋ ਬਿਨਾਂ ਬਿਦੇ ਨੇਰੇ ਚ ਬੈਠੋ ਹੈਨਾ ਹਾਂਜੀ ਕਿਉਂਕਿ 300 ਯੂਨਿਟ ਬਚਾਉਣੇ ਨੇ ਆ ਦੀਵਾ ਬੱਤੀ ਕਰੋ ਬਿਲਕੁਲ ਤੇ ਇਦੀ ਥਾਂ ਤੇ ਜੀ ਉਹ ਸਸਤੀ ਬਿਜਲੀ ਕੱਢਦੇ ਹੋ ਹਰ ਇੱਕ ਨੂੰ ਸੂਟ ਵੀ ਕਰੇਗਾ ਨਾਲੇ ਬੋਝ ਵੀ ਨਹੀਂ ਪਾਏਗਾ ਬਿਲਕੁਲ ਬਿਲਕੁਲ ਦੇਖੋ ਵਿਦੇਸ਼ਾਂ ਚ ਸਰਕਾਰਾਂ ਕੀ ਕਰਦੀਆਂ ਲੋਕ ਟੈਕਸ ਦਿੰਦੇ ਆ ਹਾਂਜੀ ਟੈਕਸ ਨੂੰ ਲੋਕਾਂ ਦੇ ਵੈਲਫੇਅਰ ਲਈ ਇਥੇ ਮੈਨੂੰ ਲੱਗਦਾ ਸਿਆਸਤਦਾਨ ਆਪਣੇ ਵੈਲਫੇਅਰ ਲਈ ਉਸ ਟੈਕਸ ਨੂੰ ਦਾ ਇਸਤੇਮਾਲ ਕਰਦੇ ਆ ਲੋਕਾਂ ਲਈ ਤਾਂ ਸੜਕਾਂ ਤੁਸੀਂ ਦੇਖ ਲਓ ਪੰਜ ਸਾਲ ਸਰਕਾਰ ਚੱਲਦੀ ਆ ਅਖੀਰਲੇ 6 ਮਹੀਨਿਆਂ ਸੜਕਾਂ ਦੀ ਮਰਮਮਤ ਸ਼ੁਰੂ ਕਰ ਦਿੰਦੇ ਆ ਉਹ ਵੀ ਮਹੀਨੇ ਬਾਅਦ ਟੁੱਟ ਜਾਂਦੀਆਂ ਟਾਕੀਆਂ ਲਾਈਆਂ ਹੁੰਦੀਆਂ ਥਾਂ-ਥਾਂ ਤੇ ਟਾਕੀਆਂ ਆ ਹੁਣੇ ਆਪਾਂ ਖਬਰਾਂ ਆ ਰਹੀਆਂ ਵੀ ਪ੍ਰਧਾਨ ਮੰਤਰੀ ਨੇ ਕਿਤੇ ਜਾਣਾ ਸੀ ਜੀ ਤੇ 5-6 ਕਰੋੜ ਨਾਲ ਉਹ ਸੜਕ ਬਣਦੀ ਆ ਚੌਥੇ ਦਿਨ ਨੂੰ ਟੁੱਟ ਜਾਂਦੀ ਆ ਗੱਲ ਇਹ ਹੈ ਨਾ ਦੇਖੋ ਕਈ ਕਈ ਥਾਂ ਮਤ ਹੈ ਨਾ ਉਹ ਠੱਗੀ ਮਾਰਨ ਵਾਲੇ ਵੀ ਨਹੀਂ ਡਰਦੇ ਤੇ ਅਸੀਂ ਯਾਰ ਮਾੜਾ ਮਟੀਰੀਅਲ ਵਰਤ ਲਿਆ ਤੁਸੀਂ ਦੇਖੋ ਇੱਕ ਮੇਰੇ ਨਾਲ ਕੋਈ ਡਿਸਕਸ ਕਰ ਰਿਹਾ ਸੀ ਜਿਹੜਾ ਸੜਕ ਹੈ ਸੜਕ ਦੇ ਵਿੱਚ ਡਿਵਾਈਡਰ ਹੈ ਕਿ ਇੱਧਰ ਜਾਣ ਵਾਲਿਆਂ ਵਾਸਤੇ ਇੱਧਰ ਆਉਣ ਵਾਲਿਆਂ ਵਾਸਤੇ ਸੜਕ ਦੋ ਹਿੱਸਿਆਂ 'ਚ ਵੰਡੀ ਹੋਈ ਹੈ ਉਹ ਡਿਵਾਈਡਰ ਦਾ ਟੈਂਡਰ ਪਾਸ ਹੋ ਜਾਂਦਾ ਪਿਆ ਟੈਂਡਰ ਪਾਸ ਹੋ ਜਾਂਦਾ ਪਿਛਲੇ 10 ਸਾਲਾਂ ਵਿੱਚ ਉਹ ਡਿਵਾਈਡਰ ਦੀ ਕੀਮਤ 3 ਕਰੋੜ ਜੀ ਦੱਸੋ ਇੰਨੀ ਠੱਗੀ ਉਹ ਡਿਵਾਈਡਰ 3 ਕਰੋੜ ਦਾ ਜੀ ਦੱਸੋ ਇੰਨੀਆਂ ਠੱਗੀਆਂ ਆ ਭਗਵਾਨ ਸਤਿਮਾਨ ਹੁਣਾਂ ਦੀ ਇੱਕ ਮਜ਼ahiya ਵੀਡੀਓ ਹੁੰਦੀ ਸੀ ਪੀ ਉਹ ਸੜਕਾਂ ਦੀ ਕੋਈ ਗੱਲ ਚੱਲਦੀ ਆ ਪੀ ਕੋਈ ਬੰਦਾ ਕਹਿੰਦਾ ਵੀ ਉੱਥੇ ਸ਼ਾਹ ਆ ਆ ਇਦਾਂ ਇਦਾਂ ਉਹ ਕਹਿੰਦਾ ਵੀ ਅਸੀਂ ਇੱਥੇ ਪੰਡ ਖਰਚਦੇ ਆ ਇਦਾਂ ਕਰਦੇ ਹੁੰਦਾ ਕਰਦੇ ਆ ਤੇ ਉਹ ਭਗਵਾਨਤਮਾਨ ਹੁਣੀ ਕਹਿੰਦੇ ਆ ਵੀ ਸਾਡੇ ਤਾਂ ਪੂਰੀ ਦੀ ਪੂਰੀ ਸੜਕੇ ਖਾ ਜਾਂਦੇ ਆ ਬਿਲਕੁਲ ਸਹੀ ਗੱਲ ਆ ਤੇ ਔਰ ਕਈ ਵਾਰ ਕਹਿਆ ਜਾਂਦਾ ਕਹਿੰਦਾ ਸੜਕ ਤੇ ਟੋਏ ਨੇ ਕਿ ਟੋਏ ਆ ਤਾਂ ਸੜਕ ਐ ਬਿਲਕੁਲ ਬਿਲਕੁਲ ਗੱਲ ਡਿਸਾਈਡ ਕਰਨੀ ਪਊਗੀ ਔਰ ਮਜ਼ਾਕ ਵਿੱਚ ਕਹਿੰਦੇ ਨੇ ਕਹਿੰਦੇ ਘਰੋਂ ਨਾ ਤੁਸੀਂ ਲੱਸੀ ਪਾ ਕੇ ਸੋਰੀ ਮੈਂ ਇਥੋਂ ਲਵਾਵਾਂਗਾ ਹਾਂ ਤੇ ਕਈ ਗੱਲਾਂ ਮਜ਼ਾਕ ਚ ਕਹਿੰਦੇ ਨੇ ਕਿ ਕਰੋ ਤੁਸੀਂ ਨਾ ਮਤਲਬ ਲੱਸੀ ਪੀ ਕੇ thro ਜੀ ਜਾਂ ਦੁੱਧ ਪਾਓ ਜਾਂ ਦਹੀਂ ਖਾਓ ਜੀ ਤੇ ਉਹ ਰੜਕਾ ਰੜਕਾ ਅੰਦਰ ਚੱਲੀ ਜਾਊਗਾ ਕਿਉਂਕਿ ਟੁੱਟੀਆਂ ਸੜਕਾਂ ਨੇ ਜਦੋਂ ਬੱਸੇ ਚ ਬੈਠੇ ਹੋਗੇ ਬਿਲਕੁਲ ਤੇ ਜਿੱਥੇ ਪਹੁੰਚਣਾ ਉੱਤੇ ਪਹੁੰਚਦੇ ਪਹੁੰਚਦੇ ਮੱਖਣ ਬਣ ਜਾਂਦਾ ਮੱਖਣ ਬਣ ਜਾਂਦਾ ਮੱਖਣ ਕਰਨ ਦੀ ਲੋੜ ਨਹੀਂ ਪੈਂਦੀ ਜਾਂ ਕਹਿਣਗੇ ਅੱਛਾ ਭਈ ਕਿਸੇ ਸ਼ਹਿਰ ਦੀ ਗੱਲ ਕਰਨਗੇ ਜਿੱਥੇ ਜ਼ਿਆਦਾ ਸੜਕਾਂ ਦਾ ਹਾਲ ਮਾੜਾ ਹੂੰ ਹੂੰ ਕਹਿੰਦਾ ਵੀ ਸਾਰਾ ਰਾਤ ਸੌ ਕੇ ਜਾਓ ਜਦੋਂ ਕਹਿੰਦਾ ਤੁਹਾਡੀ ਨੀਂਦ ਨਾ ਝਟਕੇ ਵੱਜ ਕੇ ਉਖੜੇ ਸਮਝ ਲਓ ਵੀ ਬਟਾਲਾ ਆ ਗਿਆ ਹਨਾ ਉਹ ਜਾਨੀ ਕਿ ਇਹ ਤਾਂ ਹਾਲ ਆ ਤਾਂ ਵਿਦੇਸ਼ਾਂ ਚ ਈਵਨ ਤੁਸੀਂ ਯੂਏਈ ਦੇਖ ਲਓ ਤੁਸੀਂ ਕਿਤੇ ਟੋਆ ਰਾਤ ਨੂੰ ਸ਼ਾਮ ਨੂੰ ਦੇਖਿਆ ਨਾ ਉਹ ਤੁਹਾਨੂੰ ਸਵੇਰ ਚੜ੍ਹਨ ਤੱਕ ਪੰਦਰਾ ਮਿਲੂਗਾ ਰਾਤੋਂ ਰਾਤ ਉਹਦੀ ਮਰਮਤ ਹੁੰਦੀ ਆ ਠੀਕ ਆ ਸਾਡੇ ਇੱਥੇ ਪੁਲ ਬਣ ਰਹੇ ਵਿੱਚ ਕੋਈ ਰੀੜਗਾ ਬੱਕ ਕੇ ਬੈਠ ਗਿਆ ਜੀ ਅੱਧੇ ਪੁਲ ਵਿੱਚੇ ਲਟਕੇ ਹੋਏ ਨਟਕੇ ਹੋਇਆ ਉੱਥੇ ਸਰਿਆ ਪਿਆ ਸਾਰਾ ਬਣ ਰਿਹਾ ਉਹ ਲਟਕਿਆ ਹੋਇਆ ਹਨਾ ਉੱਥੇ ਸਰਿਆ ਪਿਆ ਉੱਥੇ ਬਜਰੀ ਪਈ ਆ ਹੋਰ ਤਾਂ ਹੋਰ ਤੁਸੀਂ ਜਲੰਧਰ ਚ ਪੀਏਪੀ ਵਾਲਾ ਚੌਕ ਦੇਖੋ ਜੀ ਹਾਂਜੀ ਲੋਕ ਜਿਨ੍ਹਾਂ ਨੇ ਜਲੰਧਰ ਤੋਂ ਪਠਾਨਕੋਟ ਵਾਲੇ ਪਾਸੇ ਨੂੰ ਜਾਣਾ ਉਹ ਰਾਮਾ ਮੰਡੀ ਚੌਕ ਤੋਂ 3 ਕਿਲੋਮੀਟਰ ਦਾ ਬਾਲ ਪਾ ਕੇ ਆਉਂਦੇ ਆ ਕਿਉਂਕਿ ਜੇ ਸਿੱਧੀ ਚੜਦੀ ਆ ਮਤਲਬ ਟ੍ਰੈਫਿਕ ਤਾਂ ਉਹ ਰਾਪੀੜਾ ਹੈਗਾ ਜਿਹੜੇ ਇੰਜੀਨੀਅਰਾਂ ਨੇ ਉਹ ਪਹਿਲਾਂ ਰਾਹ ਬਣਾਇਆ ਪੋਲ ਬਣਾਇਆ ਫਲਾਈਓਵਰ ਬਣਾਇਆ ਕਿਉਂ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਮਿੱਥ ਕੇ ਉਹਨਾਂ ਨੂੰ ਨੌਕਰੀਆਂ ਤੋਂ ਫਾਰਗ ਕਰਕੇ ਉਹਨਾਂ ਤੋਂ ਸਾਰਾ ਪੈਸਾ ਵਸੂਲਿਆ ਜਾਂਦਾ ਬਿਲਕੁਲ ਸਹੀ ਠੀਕ ਆ ਉਹ ਕੋਈ ਪੁੱਛਣ ਦੱਸਣ ਵਾਲਾ ਨਹੀਂ ਨਹੀਂ ਸੋ ਸਾਡੇ ਜਿਹੜਾ ਸਿਸਟਮ ਹੈ ਸੰਜੀਵ ਜੀ ਇਹੋ ਜਿਹਾ ਆ ਕਹਿੰਦੇ ਨੇ ਕਿ ਜੇ ਸਿਸਟਮ ਨੂੰ ਤੁਸੀਂ ਬਦਲਣਾ ਸ਼ੁਰੂ ਕਰੋ ਨਾ ਸਿਸਟਮ ਤੁਹਾਨੂੰ ਬਦਲ ਕੇ ਰੱਖ ਦਿੰਦਾ ਆ ਹਾਲਾਤ ਬਣੇ ਹੋਏ ਨੇ ਜੀ ਸੋ ਹੁਣ ਜਿਹੜੀ ਆਪਾਂ ਚੋਣਾਂ ਦੀ ਗੱਲ ਕਰਦੇ ਪਿਆ ਜੀ ਸੋ ਚੰਡੀਗੜ੍ਹ ਹੁਣ ਹਰਿਆਣਾ ਗਵਰਨਮੈਂਟ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਡੀ ਵੀ ਵਿਧਾਨ ਸਭਾ ਦੀ ਬਿਲਡਿੰਗ ਹੋਣੀ ਚਾਹੀਦੀ ਆ ਬਿਲਕੁਲ ਤੇ ਉਹਦੇ ਵਾਸਤੇ ਇੱਕ ਹੁਣ ਨਵਾਂ ਤੁਸੀਂ ਕਹਿ ਸਕਦੇ ਹੋ ਸ਼ਗੂਫਾ ਕਹਿ ਸਕਦੇ ਹੋ ਜਾਂ ਨਵਾਂ ਡਿਬੇਟ ਕਹਿ ਸਕਦੇ ਹੋ ਛੇੜਪਿਆ ਵਿਰੋਧ ਵੀ ਹੋ ਰਿਹਾ ਕੋਈ ਹੱਕ ਵਿੱਚ ਵੀ ਨੇ ਹੁਣ ਇਹਦਾ ਕੀ ਬਣੂਗਾ ਹੁਣ ਇੱਕ ਨਵੀਂ ਬਿਲਡਿੰਗ ਕਿਉਂਕਿ ਉਹ ਬੇਸਿਕ ਜਿਹੜਾ ਸਟਰਕਚਰ ਹੈ ਚੰਡੀਗੜ੍ਹ ਦਾ ਉਹਦੇ ਨਾਲ ਵੀ ਕਿਤੇ ਛੇੜਖਾਨੀ ਹੈ ਸੋ ਇਹ ਵੀ ਚੱਲਦਾ ਪਿਆ ਗੱਲ ਇਹ ਆ ਭਈ हरियाणा विधानसभा ਲਈ ਨਵੀਂ ਬਿਲਡਿੰਗ ਤਜਬੀਜ਼ ਹੋਈ ਆ ਹਾਂਜੀ ਤੇ ਉਹਦੀ ਜੀ ਸਾਰੀ ਹੋਣੀ ਫਲਾਨਾ ਹੋਣਾ ਹਨਾ ਉਹਦਾ ਵਿਰੋਧ ਚੰਡੀਗੜ੍ਹ ਵਾਸੀਆਂ ਨੇ ਤੇ ਚੰਡੀਗੜ੍ਹ ਜਿਹੜੀ ਆਰਕੀਟੈਕਟ ਐਸੋਸੀਏਸ਼ਨ ਆ ਹਾਂਜੀ ਉਹਨੇ ਵੀ ਕੀਤਾ ਹੈਗਾ ਬਿਲਕੁਲ ਕੀਤਾ ਉਹਨਾਂ ਨੇ ਬਲਕੇ ਕੇਂਦਰ ਸਰਕਾਰ ਨੂੰ ਕੋਲ ਵਿਰੋਧ ਚਿਤਾਇਆ ਵੀ ਭਾਈ ਤੁਸੀਂ ਕੁਰੂ ਖੇਤਰ ਲਾਗੇ 2-300 ਏਕੜ ਥਾਂ 'ਚ ਬਣਾਓ ਪੰਚਕੂਲਾ 'ਚ ਬਣਾਓ ਰਾਜਧਾਨੀ ਆਪਣੀ ਚੰਡੀਗੜ੍ਹ ਪੰਜਾਬ ਦਾ ਇਹ ਪਹਿਲਾਂ ਤੋਂ ਆਪਾਂ ਨਾਰਾ ਸੁਣਨਾ ਸੁਣਦੇ ਹੁੰਦੇ ਹਾਂ ਨਾ ਸਕੂਲ ਵੇਲਿਆਂ ਤੋਂ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਫਿਰ ਰਾਜਧਾਨੀ ਇਕੱਠੀ ਕਰ ਦਿੱਤੀ ਠੀਕ ਹੈ ਹਾਂਜੀ ਹਾਂਜੀ ਫਿਰ ਉਹ ਯੂਟੀ ਬਣਾਤੀ ਹੁਣ ਚੰਡੀਗੜ੍ਹ ਪੰਜਾਬ ਦੇ ਪਿੰਡ ਝਾੜ ਕੇ ਪੰਜਾਬੀ ਬੋਲ ਦਾ ਇਲਾਕਾ ਜਿਹੜਾ ਸਾਰਾ ਚੰਡੀਗੜ੍ਹ ਦਾ ਹੈ ਨਾ ਕੁਆਦ ਸਾਰਾ ਠੀਕ ਹੈ ਚੰਡੀਗੜ੍ਹ 'ਚ ਪੰਜਾਬੀ ਲਾਗੂ ਕਰਨ ਲਈ ਚੰਡੀਗੜ੍ਹ 'ਚ ਪੰਜਾਬ ਦੀ ਅਫਸਰ ਸ਼ਾਹੀ ਦਾ ਅਨੁਪਾਤ ਜਿਹੜਾ ਆ ਵਧਾਉਣ ਲਈ ਸੰਘਰਸ਼ ਹੁੰਦਾ ਆਇਆ ਹਨਾ ਆਪਾਂ ਸਾਰੇ ਜਾਣਦੇ ਹੈਗੇ ਹਾਂ ਰੋਜ਼ ਲੋਕ ਸੜਕਾਂ ਤੇ ਨਿੱਤਰਦੇ ਰਹੇ ਆ ਪਹਿਲੀਆਂ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਜਿੰਨੀਆਂ ਚਾਹੇ ਕਾਂਗਰਸ ਦੀਆਂ ਸੀ ਚਾਹੇ ਕਰਨਾ ਚੰਡੀਗੜ੍ਹ ਪੰਜਾਬ ਦਾ ਅੱਜ ਤੱਕ ਉਹ ਊਠ ਦਾ ਬੁੱਲ ਬਣ ਗਿਆ ਠੀਕ ਹੈ ਜਿਹੜਾ ਲਟਕ ਰਿਹਾ ਪਰ ਡਿਗਣ ਦੀ ਕੋਈ ਸੰਭਾਵਨਾ ਨਹੀਂ ਹੈ ਠੀਕ ਹੈ ਉਹ ਕੋਈ ਊਠ ਦੀ ਨਸਲ ਬਦਲੂਗੀ ਤਾਂ ਸ਼ਾਇਦ ਕੋਈ ਜਿਹੜਾ ਆ ਉਹ ਡਿੱਗ ਸਕਦਾ ਪਰ ਉਹ ਡਿਗਣ ਦੀ ਕੋਈ ਸੰਭਾਵਨਾ ਨਹੀਂ ਉਸ ਪਿੱਛੋਂ ਜਿਹੜੇ ਚੰਡੀਗੜ੍ਹ ਚ ਪੰਜਾਬੀ ਲਾਗੂ ਕਰਨ ਦਾ ਮਸਲਾ ਲੈ ਲਓ ਜੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਲੈ ਲਓ ਜਾਂ ਹੋਰ ਕੁਛ ਜੀ ਜਿੰਨੇ ਵੀ ਮਸਲੇ ਆ ਪੰਜਾਬ ਦੇ ਉਹ ਚੰਡੀਗੜ੍ਹ ਨਾਲ ਰਿਲੇਟਡ ਹੈਗੇ ਆ ਸੋ ਹਰਿਆਣੇ ਦੀ ਵਿੱਚ ਲਾਤ ਅੜਾਈ ਜਾ ਰਹੀ ਆ ਹਨਾ ਭਈ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਹੋਵੇ ਚੰਡੀਗੜ੍ਹ ਦਾ ਮਸਲਾ ਹੋਵੇ ਉਹ ਇੱਕ ਚਿੰਝੜੀ ਛੇੜੀ ਰੱਖੀ ਜਾਂਦੀ ਹੈਗੀ ਬਿਲਕੁਲ ਜੀ ਲੀਕਾਰ ਬੂਜ਼ੀਅਰ ਜਿਹੜਾ ਫ੍ਰਾਂਸੀਸੀ ਅਮਰਤ ਸਾਹਿਬ ਸਿਗਾ ਉਨੇ ਕਦੀ ਨਹੀਂ ਚਿਤਪਿਆ ਹੁਣ ਭਈ ਜਿਹੜਾ ਮੇਰਾ ਮੂਲ ਪੂਤ ਸਟਾਂਚਾ ਮੈਂ ਬਣਾਤਾ ਉਹਦੇ ਚ ਇੰਨੀ ਵੱਡੀ ਪੱਧਰ ਤੇ ਤਵਦੀਨੀਆਂ ਹੋਣਗੀਆਂ ਠੀਕ ਹੈ ਠੀਕ ਹੈ ਝੀਲ ਦਾ ਪਿਛਲਾ ਪੰਨਾ ਸਰਮਾਏਦਾਰ ਅਰਸੂਖ ਵਾਲੇ ਲੋਕਾਂ ਨੇ ਹੁਣ ਮਾਨ ਸਾਹਿਬ ਨੇ ਤਾਂ ਉਹਦਾ ਕਿਹਾ ਭਗਵੰਤ ਮਾਨ ਹੋਰੀ ਪਈ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਕਾਨੂੰਨ ਦੇ ਦਾਇਰੇ ਚ ਲਿਆਂਕ ਕੇ ਉਹ ਜਿੰਨਿਆਂ ਨੇ ਉੱਥੇ ਆਪਣੇ ਫਾਰਮ ਹਾਊਸ ਬਣਾਏ ਆ ਘਰ ਬਣਾਏ ਆ ਕੋਠੀਆਂ ਤੁਸੀਂ ਦੇਖੋ ਜੰਗਲ ਦਾ ਇਲਾਕਾ ਮਨ ਲੈ ਕੇ ਬੈਠੇ ਹਰ ਸੁੱਤਾ ਸਭ ਕੁਝ ਖਾ ਕੇ ਠੀਕ ਹੈ ਉਹ ਚੰਡੀਗੜ੍ਹ ਦੇ ਮੂਲ ਭੂਤ ਟਾਂਚੇ ਨਾ ਪਾਣੀ ਦੇ ਚੋਹ ਬੰਦ ਕਰ ਦਿੱਤੇ ਨੇ ਪਾਣੀ ਦੇ ਝੋ ਜਿਹੜੀਆਂ ਟ੍ਰਿਬਿਊਟਰੀਜ਼ ਨੇ ਸੁਖਨਾ ਲੇਖ ਦੀਆਂ ਉਹ ਬੰਦ ਕਰ ਦਿੱਤੀਆਂ ਸੁਖਨਾ ਲੇਖ ਸੁੱਕੀ ਪਈ ਆ ਤੁਸੀਂ ਦੇਖਿਆ ਪਿੱਛੇ ਉਹਦੇ ਬਿਲਕੁਲ ਹੀ ਬੈੱਡ ਜਿਹੜਾ ਦਿਸਦੇ ਸੀਗੇ ਤਾਂ ਉਹ ਜਿਹੜੇ ਚੋ ਆ ਉਹਨਾਂ ਦੇ ਰਾਹ ਉਹ ਸਾਰੇ ਬੰਦ ਕਰ ਦਿੱਤੇ ਹਨਾ ਸੋ ਹੁਣ ਇਹ ਨਵੀਂ ਚਿੰਝੜੀ ਸ਼ੇਡ ਲਈ ਆ ਭਈ ਜਿਹੜਾ ਰਾਜਧਾਨੀ ਜਿਹੜੀ ਆ ਉਹਦੀ ਵਖਰੀ ਸਾਲੀ ਜਾਊਗੀ ਹਨਾ ਪਹਿਲਾਂ ਵਿਧਾਨ ਸਭਾ ਇੱਕਾ ਉੱਥੇ ਇੱਕ ਬੰਨਾ हरियाणा ਦਾ ਇੱਕ ਬੰਨਾ ਆਪਣਾ ਪੰਜਾਬ ਦਾ ਹੋ ਗਿਆ ਇਸੇ ਤਰ੍ਹਾਂ ਸੈਕਟੇਟ ਹਨਾ ਸੋ ਇਹ ਜਿਹੜਾ ਆ ਸਰਕਾਰਾਂ ਚਾਹੁੰਦੀਆਂ ਕੀ ਆ ਕਰਨਾ ਕੀ ਚਾਹੁੰਦੀਆਂ ਮੇਰੀ ਤਾਂ ਸਮਝ ਤੋਂ ਬਾਹਰ ਦੀ ਗੱਲ ਹੈ ਇੱਕ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਇੱਕੋ ਹੀ ਦੇਸ਼ ਦੇ ਵਾਸੀ ਆ ਤੇ ਆਪਸ ਵਿੱਚ ਲੜੇ ਜਾਂਦੇ ਆ ਬਿਲਕੁਲ ਬਿਲਕੁਲ ਔਰ ਜਿਹੜੇ ਅਸੀਂ ਰਾਜਨੀਤੀ ਦੇ ਵਿੱਚ ਆਉਂਦੇ ਆ ਜਨਤਾ ਦੀ ਸੇਵਾ ਵਾਸਤੇ ਅਸੀਂ ਆ ਕਿਹੜੇ ਪੰਗੇ ਲੈ ਕੇ ਬਹਿ ਜਾਂਦੇ ਆ ਬਿਲਕੁਲ ਵਿਧਾਨ ਸਭਾ ਠੀਕ ਹੈ ਜਿੱਦਾਂ ਕੰਮ ਚੱਲਦਾ ਪਿਆ ਉਹ ਕੰਮ ਚਲਾਓ ਪਰ ਜਿਹੜੇ ਮੁੱਦੇ ਨੇ ਉਹ ਮੁੱਦਿਆਂ ਨੂੰ ਹੱਲ ਕਰੋ ਨਾ ਇਹ ਕੋਈ ਮੁੱਦਾ ਥੋੜਾ ਹੈ ਇੱਕੋ ਮੁੱਦਾ ਨਹੀਂ ਨਵਾਂ ਮੁੱਦਾ ਐਵੇਂ ਖੜਾ ਕਰਕੇ ਬਹਿ ਜਾਓ ਬਿਲਡਿੰਗ ਬਣਾ ਲੋਗੇ ਬਿਲਡਿੰਗ ਕੀ ਕਰੋਗੇ ਬਿਲਕੁਲ ਕੰਮ ਤਾਂ ਬੰਦਿਆਂ ਨੇ ਕਰਨਾ ਬਿਲਕੁਲ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਕੰਮ ਕਰਦੇ ਨਹੀਂ ਪਾਏ ਜੀ ਲੋਕਾਂ ਦੇ ਮਸਲੇ ਹੱਲ ਹੁੰਦੇ ਨਹੀਂ ਪਾਏ ਜੀ ਉਹ ਮਸਲੇ ਉੱਥੇ ਦੇ ਉੱਥੇ ਖੜੇ ਨੇ ਤੇ ਨਿਤ ਨਵੇਂ ਤੁਸੀਂ ਹੋਰ ਡਿਸਕਸ਼ਨਸ ਕਰਕੇ ਹੋਰ ਨਵੇਂ ਮਸਲੇ ਖੜੇ ਕਰੇ ਜਾਂਦੇ ਹੋ ਅੱਗੇ ਘੱਟ ਮਸਲੇ ਨੇ ਪਾਣੀਆਂ ਦਾ ਮਸਲਾ ਪਾਖੜਾ ਡੈਮ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਹਾਂ ਬਿਲਕੁਲ ਬਿਲਕੁਲ ਕਿੰਨੇ ਮਸਲੇ ਨੇ ਕਿਸੇ ਵਕਤ ਲਾਹੌਰ ਸਾਡੀ ਰਾਜਧਾਨੀ ਸੀ ਪੰਜਾਬ ਦੀ ਅਸੀਂ ਕਿਹਾ ਸੀ ਚੰਡੀਗੜ੍ਹ ਦੂਜਾ ਲਾਹੌਰ ਬਣਾਵਾਂਗੇ ਬਿਲਕੁਲ ਆ ਦੇਖੋ ਕਿ ਲਾਹੌਲ ਸਪਿਤੀ ਤੱਕ ਤਾਂ ਪੰਜਾਬੀ ਬੋਲਦੇ ਅੰਨਾ ਦਰਰਾ ਖੈਬਰ ਤੱਕ ਲੋਕ ਪੰਜਾਬੀ ਪੰਜਾਬੀ ਬੋਲਦੇ ਇੱਥੇ ਜਿਹੜੀ ਸਭ ਤੋਂ ਪਿਆਰੀ ਪਾਸ਼ਾ ਇੱਥੇ ਪੁਆਦੀ ਭਾਸ਼ਾ ਅੱਧਾ ਜੰਮੂ ਕਸ਼ਮੀਰ ਪੰਜਾਬੀ ਬੋਲਦਾ ਬਿਲਕੁਲ ਬੋਲਦਾ ਬਾਰਾਮੂਲਾ ਜ਼ਿਲ੍ਹਾ ਪੂਰਾ ਚਾਹੇ ਉਹ ਗੁਜਰਬਕਰਵਾੜ ਹੋਣ ਚਾਹੇ ਉਹ ਮਤਲਬ ਸਰਦਾਰ ਹੋਣ ਸਾਰੇ ਪੰਜਾਬੀ ਬੋਲਦੇ ਪਿੱਛੇ ਤੇ ਇਹ ਵੀ ਗੱਲ ਆਈ ਕਿ ਜਿਹੜੇ ਪੰਜਾਬ ਦੇ ਵਿੱਚ ਹਿੰਦੀ ਬੋਲਦੇ ਇਲਾਕੇ ਨੇ ਪੰਜਾਬ ਦੇ ਵਿੱਚ ਹਿੰਦੀ ਬੋਲਦੇ ਇਲਾਕੇ ਤੋਂ ਆ ਗਏ ਹਾਂ ਜਿਹੜੇ ਮਾਈਗ੍ਰੇਟ ਕਰਕੇ ਆਏ ਨੇ ਜੀ ਪੂਰਬ ਤੋਂ ਮਜ਼ਦੂਰੀ ਕਰਨ ਆਏ ਨੇ ਹੈਨਾ ਬਿਹਾਰ ਤੋਂ ਆਏ ਨੇ ਉਹ ਥਾਵਾਂ ਤੋਂ ਆਏ ਨੇ ਉਹ ਹਿੰਦੀ ਬੋਲਦੇ ਹੋ ਸਕਦੇ ਨੇ ਪਰ ਉਹ ਪੰਜਾਬ ਦੇ ਵਾਸੀ ਤਾਂ ਨਹੀਂ ਹੈਗੇ। ਹਾਂ ਭਾਰਤ ਵਾਸੀ ਜ਼ਰੂਰ ਨੇ ਪਰ ਉਹ ਮਾਈਗ੍ਰੇਟ ਹੋ ਕੇ ਆਏ ਨੇ। ਤੁਸੀਂ ਉਹਨਾਂ ਦੇ ਆਧਾਰ ਦੇ ਉੱਤੇ ਤੁਸੀਂ ਕਹੋ ਕਿ ਇਹ ਹਿੰਦੀ ਬੋਲਦੇ ਇਲਾਕੇ ਨੇ। ਕਿਤਾ ਨਹੀਂ ਨਾ ਹੋ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਇੱਕ ਪੁਰਾਣਾ ਇਤਿਹਾਸ ਪੰਜਾਬ ਨਾਲ ਮੈਨੂੰ ਤਾਂ ਤਕਾ ਤਕਾ ਹੈ। ਤਕਾ ਇਹ ਪੰਜਾਬ ਨਾਲ ਤਕਾਇਆ ਤੇ ਫਿਰ ਇੱਕਦਮ ਲੋਕ ਜਿੱਦਾਂ ਕਿਸਾਨ ਮੋਰਚੇ ਲੱਗਦੇ ਆ ਇਹਨਾਂ ਮਸਲਿਆਂ ਲਈ ਵੀ ਸਾਂਝਾ ਮੋਰਚਾ ਇਹ ਸੰਘਰਸ਼ ਚੰਗੇ ਨਹੀਂ ਹੁੰਦੇ ਦੇਸ਼ ਵਾਸਤੇ ਦੇਸ਼ ਦੀ ਸਿਹਤ ਵਾਸਤੇ ਚੰਗੇ ਨਹੀਂ। ਦੇਸ਼ ਵਾਸੀ ਸੰਘਰਸ਼ ਤੋਂ ਬਿਨਾ ਜੀ ترقی ਕਰਨ ਤੇ ਵਧੀਆ ਹੈ ਆਪਸ ਮੇਲ ਜੋੜ ਨਾਲ ਮੇਲ ਮਿਲਾਪ ਨਾਲ ترقی ਕਰਨ ਕਿਉਂਕਿ ਇਸ ਸੰਘਰਸ਼ ਨਾਲ ਅਸੀਂ ਬਹੁਤ ਪੁੱਗ ਚੁੱਕੇ ਹਾਂ ਜੀ ਕਿਉਂਕਿ ਆਪਾਂ ਇਹਦਾ ਨਾ ਬਹੁਤ ਜ਼ਿਆਦਾ ਮੁੱਲ ਭਾਰੀ ਮੁੱਲ ਤਾਰ ਚੁੱਕੇ ਬਿਲਕੁਲ ਦੇ ਚੁੱਕੇ ਹੈ ਨਾ ਸੋ ਇਹ ਜਿਹੜੇ ਸੰਘਰਸ਼ ਕਹਿ ਲੋ ਜਾਂ ਕਹਿ ਲੋ ਵੀ ਅੰਦੋਲਨ ਆ ਨਾ ਇਹ ਸਾਡਾ ਬਹੁਤ ਨੁਕਸਾਨ ਕਰਦਾ ਨਾ ਸਮਝੀਆਂ ਨੇ ਹੈ ਨਾ ਸਾਡੇ ਸਮੇਂ ਦਾ ਸਾਡੇ ਧਨ ਦੀ ਬਰਬਾਦੀ ਸਾਡੀ ਜਿਹੜੀ ਸ਼ਕਤੀ ਹਰ ਤਰ੍ਹਾਂ ਦੇ ਨਾਲ ਇਹ ਜਾਇਆ ਜਾਂਦੀ ਹੈਗੀ ਆ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਨਾ ਸਮਝ ਲੋਕ ਰਾਜਨੀਤੀ ਦੇ ਵਿੱਚ ਆ ਗਏ ਨੇ ਜਿਨ੍ਹਾਂ ਨੂੰ ਨਾ ਰਾਜਨੀਤੀ ਦੀ ਸਮਝ ਹੈ ਤੇ ਨਾ ਇਹ ਸਮਝ ਹੈ ਕਿ ਦੇਸ਼ ਕੀ ਹੁੰਦਾ ਹੈ ਨਾ ਇਹ ਸਮਝ ਹੈ ਕਿ ਦੇਸ਼ ਵਾਸੀਆਂ ਦੀ ਭਾਵਨਾਵਾਂ ਕੀ ਹੁੰਦੀਆਂ ਨੇ ਉਹਨਾਂ ਨੂੰ ਦੇਸ਼ ਚਲਾਉਣਾ ਨਹੀਂ ਹੁੰਦਾ ਪਰ ਸੱਤਾ ਦੇ ਵਿੱਚ ਜ਼ਰੂਰ ਕਾਬੂ ਸੱਤਾ ਦੇ ਵਿੱਚ ਉਹੀ ਲੋਕ ਆਉਣਗੇ ਜਿਹੜੇ ਇਸ ਮਾਪਦੰਡ ਚ ਨਿੱਤਰਦੇ ਆ ਕਈ ਵਾਰੀ ਤਾਂ ਮੈਨੂੰ ਜਿਹੜਾ ਬੁੱਧੀਜੀਵੀ ਵਰਗ ਆ ਨਾ ਇੰਟੈਲੈਕਚੁਅਲਸ ਨੇ ਪਈ ਉਹ ਕਹਿੰਦੇ ਆ ਜੀ ਵੀ ਪੋਲਿਟਿਕਸ ਇਜ਼ ਨਾਟ ਆਵਰ ਕੱਪ ਆਫ ਟੀ ਪਈ ਇਹ ਸਾਡਾ ਕੰਮ ਨਹੀਂ ਹੈਗਾ ਹਨਾ ਜਦੋਂ ਤੱਕ ਪੜੇ ਲਿਖੇ ਦੇਸ਼ ਦਾ ਭਲਾ ਸੋਚਣ ਵਾਲੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਨ ਵਾਲੇ ਅ ਦੇਸ਼ ਦੇ ਆਮ ਲੋਕਾਂ ਦੀ ਬਾਹ ਫੜਨ ਵਾਲੇ ਗੁਰਬਤ ਦੇ ਝੰਬੇ ਲੋਕਾਂ ਦਾ ਸਹਾਰਾ ਬਣਨ ਵਾਲੇ ਲੋਕ ਸਿਆਸਤ ਵਿੱਚ ਨਹੀਂ ਆਉਣਗੇ ਤਦ ਤੱਕ ਇਹ ਹਾਲ ਰਹਿਣਾ ਦੇਖੋ ਨਾ ਪੁਰਾਣੇ ਸਮੇਂ 'ਚ ਟ੍ਰੇਨਿੰਗ ਹੁੰਦੀ ਸੀ ਸਕੂਲਾਂ ਦੇ ਵਿੱਚ ਨਿੱਕੇ-ਨਿੱਕੇ ਗਰੁੱਪਸ ਬਣਦੇ VOTING ਕਰਨੀ ਟੀਚਰਸ ਨੇ ਪ੍ਰੈਕਟਿਸ ਕਰਾਣੀ ਵੀ ਇਹ ਵੀ ਖੜਾ ਹੋਏਗਾ ਵੋਟਾਂ 'ਚ ਇਹ ਵੀ ਖੜਾ ਹੋਏਗਾ ਬੱਚਿਆਂ ਨੂੰ ਆਦਤ ਪਵੇ ਕਿਉਂਕਿ ਰਾਜਨੀਤੀ ਹੈ ਲੋਕਤੰਤਰ ਹੈ ਤਾਂ ਸ਼ੁਰੂ ਤੋਂ ਅਸੀਂ ਲੀਡਰਸ ਤਿਆਰ ਕਰੀਏ ਫਿਰ ਕਾਲਜ ਚ ਆ ਕੇ ਇਲੈਕਸ਼ਨਸ ਹੋਣੀਆਂ ਸਟੂਡੈਂਟ ਪੋਲਿਟਿਕਸ ਉਹਦੇ ਵਿੱਚ ਵੀ ਰਾਜਨੀਤੀ ਉਹਦੇ ਵਿੱਚ ਵੀ ਗੁੰਡੇ ਵਾਰ ਦਿੱਤੇ ਉਹਦੇ ਵਿੱਚ ਗੈਂਗਸਟਰਸ ਵਾਰ ਦਿੱਤੇ ਔਰ ਉਥੋਂ ਹੀ ਦੇਖੋ ਇਹ ਗੈਂਗਸਟਰイズਮ ਕਿੰਨੀ ਦੂਰ ਤੱਕ ਨਿਕਲੇ ਇਹ ਸਭ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲੇ ਹੋਏ ਨੇ ਇਹ ਸਟੂਡੈਂਟ ਪੋਲਿਟਿਕਸ ਦੀ ਪੈਦਾਵਾਰ ਹੈ ਜੀ ਹੋਰ ਤਾਂ ਕੁਝ ਨਹੀਂ ਹੈਗਾ ਔਰ ਉਹਨਾਂ ਨੂੰ ਐਸੀ ਗੰਦੀ ਰਾਹ ਦੇ ਉੱਤੇ ਤੁਸੀਂ ਪਾ ਦਿੱਤਾ ਪੂਰੇ ਜੀਵਨ ਉਹਨਾਂ ਦੇ ਬਰਬਾਦ ਕਰ ਦੇਣਾ ਜੀ ਔਰ ਤੁਸੀਂ ਦੇਖੋ ਜਿਹੜੀਆਂ ਖੱਬੀਏ ਪੱਖੀ ਧਰਾਂ ਦੇ ਵਿਦਿਆਰਥੀ ਆ ਜਿਹੜੇ ਲੈਫਟਿਸਟ ਆ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਹੀ ਨਾ ਇਹ ਰਵਾਇਤੀ ਪਾਰਟੀਆਂ ਵਾਲੇ ਲੋਕਾਂ ਦੀਆਂ ਜਿਹੜੀਆਂ ਪਾਰਟੀਆਂ ਕਾਲਜਾਂ ਦੇ ਵਿੱਚ ਜਿਨ੍ਹਾਂ ਦੀਆਂ ਜਥੇਬੰਦੀਆਂ ਆ ਉਹਨਾਂ ਦੇ ਗੁੰਡੇ ਕੁੱਟਦੇ ਮਾਰਦੇ ਧਮਕਾਉਂਦੇ ਤੁਸੀਂ ਆਪਾਂ ਆ ਹੀ ਦਿੱਖਦੇ ਹੈਗੇ ਆ ਹੈ ਨਾ ਚਾਹੇ ਉਹ ABBBP ਹੋਵੇ ਚਾਹੇ NSUI ਹੋਵੇ ਚਾਹੇ ਸਟੂਡੈਂਟ ਆਰਗੇਨਾਈਜੇਸ਼ਨ ਇੱਕ ਇਹਨਾਂ ਨੇ ਪੰਥਕ ਤਰ੍ਹਾਂ ਨੇ ਖੜੀ ਕੀਤੀ ਹੋਈ ਆ ਹਾਂਜੀ ਔਰ ਉਹ ਜਿਹੜੇ PSU ਵਾਲੇ ਆ ਅਕਸਰ ਇਹਨਾਂ ਨਾਲ ਹੀ ਕੁੱਟਮਾਰ ਕਰਦੇ ਆ ਲੋਕ ਕਿਉਂਕਿ PSU ਵਾਲੇ ਜਿਹੜੇ ਆ ਉਹ ਅਗਾਂ ਵਧੂ ਸੋਚ ਵਾਲੇ ਲੋਕ ਆ ਉਹ ਸੱਚੀਆਂ ਗੱਲਾਂ ਕਰਦੇ ਆ ਖਰੀਆਂ ਕਰਦੇ ਆ ਹਨ ਯੂਨੀਵਰਸਿਟੀ ਕਾਲਜਾਂ ਦੀ ਮੈਨੇਜਮੈਂਟ ਜਿੱਥੇ ਕਿਤੇ ਪੁੱਠਾ ਸਿੱਧਾ ਕੋਈ ਕੰਮ ਕਰਦੀ ਆ ਉਹਨੂੰ ਬੰਗਾਰ ਦਿਆ ਹਨ ਹਾਂਜੀ ਸੋ ਇਹ ਜਿਹੜੇ ਉਹਨਾਂ ਦੇ ਮਤਲਬ ਸਿਆਸੀ ਪਾਰਟੀਆਂ ਦੇ ਬਹੁਤੀਆਂ ਯੂਨੀਅਨਾਂ ਵਾਲੇ ਲੋਕ ਆ ਉਹਨਾਂ ਦੇ ਗੁੰਡੇ ਇਹਨਾਂ ਇਹਨਾਂ ਨਾਲ ਡਾਂਗ ਸੋਟਾ ਕਰਦੇ ਆ ਸੋ ਇਹ ਸਟੂਡੈਂਟ ਪੋਲਿਟਿਕਸ ਨੂੰ ਬਿਲਕੁਲ ਗੰਦਲਾ ਕਰ ਦਿੱਤਾ ਜੀ ਜਿਹੜਾ ਬੜਾ ਉਸਾਰੂ ਸੋਚ ਨਾਲ ਹੋਣਾ ਚਾਹੀਦਾ ਸੀ ਕਿ ਲੋਕਤੰਤਰ ਵਾਸਤੇ ਅਸੀਂ ਲੀਡਰਸ ਤਿਆਰ ਕਰਦੇ ਪਏ ਜਿਨ੍ਹਾਂ ਨੇ ਅੱਗੇ ਆ ਕੇ ਸੱਤਾ ਸੰਭਾਲ ਲਈ ਹੈ ਉਹਨਾਂ ਨੂੰ ਵੀ ਤੁਸੀਂ ਵਿਗਾੜ ਦਿੱਤਾ ਔਰ ਉਹਨਾਂ ਦੇ ਜੀਵਨ ਤੱਕ ਵਿਗਾੜ ਦਿੱਤੇ ਔਰ ਇੱਥੇ ਤੱਕ ਜੀਵਨ ਵਿਗਾੜ ਦਿੱਤੇ ਨੇ ਕਿ ਧਮਕੀਆਂ ਮਿਲਦੀਆਂ ਨੇ ਫਿਰੋਤੀਆਂ ਜਾਨ ਦੀਆਂ ਧਮਕੀਆਂ ਓਪੀ ਸੋਨੀ ਸਾਹਿਬ ਨੂੰ ਵੀ ਧਮਕੀ ਮਿਲਣ ਲੱਗ ਪਈ ਜਿਹੜਾ ਹਾਂ ਉਹ ਤੁਸੀਂ ਦੇਖੋ ਵੀ ਡਿਪਟੀ ਸੀਐਮ ਰਹੇ ਡਿਪਟੀ ਸੀਐਮ ਰਹੇ ਨੇ ਜੀ ਸੋ ਪਿੱਛੇ ਅਮਰਪਾਲ ਸਿੰਘ ਬੋਨੀ ਨੂੰ ਦੂਜੀ ਵਾਰੀ ਧਮਕੀ ਮਿਲੀ ਉਹਦੇ ਪੀਏ ਨੂੰ ਵੀ ਧਮਕੀ ਮਿਲੀ ਆ ਕਹਿੰਦੇ ਪਈ ਐ ਐਨੇ ਲੱਖ ਰੁਪਈਆ ਜਿਹੜਾ ਆ ਔਰ ਇਸੇ ਤਰ੍ਹਾਂ ਹੁਣ 10 ਲੱਖ ਦੀ ਧਮਕੀ ਇਹਨਾਂ ਨੂੰ ਆ ਆਫਿਸ ਹੋਣੇ ਸਾਹਮਣੇ ਉਹਨਾਂ ਨੇ ਲਾਰੈਂਸ ਦੇਖੋ ਲਾਰੈਂਸ ਨੂੰ ਚੁੱਕ ਕੇ ਪੰਜਾਬ ਪੁਲਿਸ ਇੱਥੇ ਲਿਆਈ ਹੋਈ ਆ ਜੀ ਉਹਦੀ ਇਨਟੈਰੋਗੇਸ਼ਨ ਹੋ ਰਹੀ ਆ ਮਾਨਸਾ ਨੂੰ ਪੇਸ਼ ਕਰਨਾ ਸੀਗਾ ਉਹ ਮਾਨਸਾ ਦੀ ਅਦਾਲਤ ਦੇ ਵਿੱਚ ਔਰ ਕਦੀ ਖੜਾ ਲ ਜਾਂਦੇ ਆ ਕਦੀ ਕਿਤੇ ਤਾਂ ਉਹਦੇ ਨਾਂ ਤੇ ਹਾਲੇ ਤੱਕ ਧਮਕੀਆਂ ਮਿਲ ਰਹੀਆਂ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਸਰਕਾਰ ਦੀ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਟਲਮਟਿਆ ਬਿਲਕੁਲ ਠਲ ਮੱਤ ਹੈ ਔਰ ਦੂਜੀ ਗੱਲੇ ਵੀ ਦੇਖਣ ਵਾਲੀ ਹੈ ਕਿ ਇੱਕ ਬੰਦੇ ਦੇ ਉੱਤੇ ਡ੍ਰਿਲਿੰਗ ਚੱਲਦੀ ਪਈ ਆ ਔਰ ਉੱਥੋਂ ਦੇ ਜਿਹੜੇ ਵਕੀਲ ਨੇ ਉਹਦੇ ਉਹ ਇੱਥੋਂ ਤਾਂ ਕਹਿੰਦੇ ਪਏ ਨੇ ਕਿ 3rd ਡਿਗਰੀ ਦਾ ਇਸਤੇਮਾਲ ਹੋ ਰਿਹਾ ਹੈ ਜੀ ਔਰ ਤਾਂ ਜੀ ਟਾਰਚਰ ਕੀਤਾ ਜਾ ਰਿਹਾ ਜੀ ਵੀ ਅਸੀਂ ਉੱਥੇ ਕੋਟੇ ਜਾਣਾ ਇਸ ਹਾਲਤ ਦੇ ਵਿੱਚ ਉਸ ਦੇ ਨਾਂ ਦੇ ਉੱਤੇ ਧਮਕੀ ਮਿਲਨੀ ਕਿ ਉਹ ਉਸ ਦਾ ਗਰੁੱਪ ਕੰ内 10 ਲੱਖ ਰੁਪਇਆ ਤੁਹਾਨੂੰ ਲੱਗਦੀ ਨਹੀਂ ਕਿ ਕੋਈ ਕੋਈ ਗੱਲ ਵਿੱਚ ਹੋਰ ਹੈ ਉਹਦਾ ਨਾਂ ਇਸਤੇਮਾਲ ਹੋ ਰਿਹਾ ਬਿਲਕੁਲ ਦੇਖੋ ਇਸ ਗੱਲ ਦੀ ਜਿਹੜੀ ਆ ਨਾ ਡੂੰਗੀ تحقیقات ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ ਤੇ ਯਾਰ ਇੱਕ ਬੰਦਾ ਜਿਹੜਾ ਆ ਉਹ ਤਾਂ ਹੁਣ ਇਸ ਵੇਲੇ ਬੈਠਾ ਆ ਉਹਦੇ ਨਾਂ ਤੇ ਕੌਣ ਧਮਕੀ ਦੇ ਰਿਹਾ ਇਹਦੇ ਪਿੱਛੇ ਕੋਈ ਹੋਰ ਸਾਜ਼ਿਸ਼ ਵੀ ਹੋ ਸਕਦੀ ਆ ਹਨਾ ਕੁਝ ਵੀ ਹੋ ਸਕਦਾ ਇਹਦੇ ਪਿੱਛੇ ਅਫਰਾ ਤਫਰੀ ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਹੋ ਸਕਦੀ ਆ ਸੋ ਇਹ ਗੱਲਾਂ ਜਿਹੜੀਆਂ ਨਾ ਡੂੰਗੀ ਪੜਤਾਲ ਦੀ ਮੰਗ ਕਰਦੀਆਂ ਹੈਗੀਆਂ ਪੰਜਾਬ ਦਾ ਜਿਹੜਾ ਮਾਹੌਲ ਆ ਨਾ ਪਹਿਲੇ ਬਹੁਤ ਗੰਦਲਾ ਹੋ ਚੁੱਕਾ ਹਰ ਤਰ੍ਹਾਂ ਦੇ ਨਾਲ ਚਾਹੇ ਉਹ ਸਿਆਸੀ ਪ੍ਰੇਸ਼ਤਾਚਾਰ ਹੋਵੇ ਚਾਹੇ ਉਹ ਪ੍ਰਬੰਧਕੀ ਜਿਹੜਾ ਐਡਮਿਨਿਸਟ੍ਰੇਟਿਵ ਕ੍ਰਾਪਸ਼ਨ ਹੋਵੇ ਚਾਹੇ ਉਹ ਜਿਹੜਾ ਆ ਗੁੰਡਾਇਜ਼ਮ ਹੋਵੇ ਗੈਂਗਸਟਰ ਬਾਦ ਹੋਵੇ ਇਹ ਹਰ ਤਰ੍ਹਾਂ ਹੀ ਜਿਹੜਾ ਪੰਜਾਬ ਲੀਗੋ ਲੱਥੀ ਹੋਈ ਆ ਗੱਡੀ ਔਰ ਇਹਦੀ ਚਿੱਕੜ ਚ ਖੁੱਭੀ ਗੱਡ ਨੂੰ ਸ਼ਾ ਰਾਤ ਤੇ ਲਿਆਂਕੀ ਰੱਖਣ ਲਈ ਨਾ ਬਹੁਤ ਜ਼ਿਆਦਾ ਜਿਹੜਾ ਆ ਯਤਨਾਂ ਦੀ ਲੂੜੇ ਪਹਿਲੀ ਗੱਲ ਤਾਂ ਇਹ ਹੈ ਕਿ ਪੋਲੀਟੀਕਲ ਵਿਲ ਹੋਵੇ ਜੀ ਔਰ ਉਸ ਤਰ੍ਹਾਂ ਦੇ ਜਿਹੜੀ ਮਜ਼ਬੂਤ ਰੀਡ ਦੀ ਹੱਡੀ ਵਾਲੇ ਲੀਡਰਸ ਹੋਣ ਜੀ ਜੋ ਇਹ ਕੰਮ ਕਰਨਾ ਜਾਣਦੇ ਨੇ ਬਿਲਕੁਲ ਠੀਕ ਹੈ ਨਾ ਜਿਹੜੇ ਮਜ਼ਬੂਤ ਇਰਾਦੇ ਵਾਲੇ ਹੋਣ ਬਿਲਕੁਲ ਜਿਹੜੇ ਆਪ ਹੀ ਸਮਝੌਤੇ ਕਰ ਕਰਕੇ ਅੱਗੇ ਆਉਂਦੇ ਨੇ ਜੀ ਉਹਨਾਂ ਕੋਲ ਇਹ ਤਵਕਕੋ ਨਹੀਂ ਕਰ ਸਕਦੇ ਕਿ ਉਹਨਾਂ ਨੇ ਇਹ ਕੰਮ ਕਰ ਬਿਲਕੁਲ ਬਿਲਕੁਲ ਔਰ ਇਹ ਦੇ ਲਈ ਨਾ ਜਿਹੜੇ ਤਕੜੇ ਦਿਲਗਰਦ ਤੇ ਵਾਲੇ ਲੋਕ ਭਲਾ ਚੌਣ ਵਾਲੀ ਲੋਕ ਅੱਗੇ ਆਉਣਗੇ ਤਾਂ ਕੋਈ ਗੱਲ ਜਿਨ੍ਹਾਂ ਨੇ ਜਿਹੜੇ ਮਤਲਬ ਇਸ ਗੱਲ ਤੇ ਪੱਕੇ ਕਮਿਟਿਡ ਨੇ ਜੀ ਕਿ ਪੰਜਾਬ ਨੂੰ ਵਾਕੇ ਹੀ ਸੁਧਾਰਨਾ ਹੈ ਸਹੀ ਰਾਹ ਤੇ ਲੈ ਕੇ ਆਉਣਾ ਹੈ ਕਿਤੇ ਵੀ ਤੁਸੀਂ ਦੇਖ ਲਓ ਲੀਡਰਸ ਉਹੀ ਹੁੰਦੇ ਨੇ ਜੀ ਤਾਂ ਲੀਡਰਸ ਜਿਹੜੇ ਹੁੰਦੇ ਨੇ ਸਾਨੂੰ ਉਹ ਲੀਡਰਸ ਚਾਹੀਦੇ ਨੇ ਸੋ ਇਸ ਚੋਕੇ ਜਿਹੜੇ ਨੇ ਮੋਸਟਲੀ ਦੇਖੋ ਫਾਲੋਅਰਸ ਨੇ ਹੈਨਾ ਉਹਨਾਂ ਦੀ ਆਪਣੀ ਕੋਈ ਕੁਆਲਿਟੀ ਇਦਾਂ ਦੀ ਅਸੀਂ ਦੇਖਣ ਨੂੰ ਮਿਲਦੀ ਨਹੀਂ ਬਿਲਕੁਲ ਇਹ ਸਟਰੋਂਗ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਆਇਰਨ ਮੈਨ ਚਾਹੀਦੇ ਨੇ ਉਹ ਆਇਰਨ ਮੈਨ ਕਿਤੇ ਹਜੇ ਦਿਖਦੇ ਨਹੀਂ ਪਏ ਬਿਲਕੁਲ ਉਹ ਜਿਹੜੇ ਚਾਹੀਦੇ ਨੇ ਉਹ ਜਿਹੜੇ ਤੁਸੀਂ ਕਹਿੰਦੇ ਹੋ ਨਾ ਸਟੇਟਸਮੈਨ ਸਟੇਟਸਮੈਨ ਉਹ ਉਹਨਾਂ ਦੀ ਲੋੜ ਆ ਸਨ ਵਿਜਨ ਹੈ ਨਾ ਸੋਚ ਆ ਕੁਦਰਤੀ ਹੈ ਉਹਨਾਂ ਦਾ ਵਿਜਨ ਹੈ ਉਹਨਾਂ ਨੂੰ ਦਿਖਦਾ ਹੁੰਦਾ ਕਿ ਕਿੱਦੜ ਲੈ ਕੇ ਜਾਣਾ ਹੈ ਠੀਕ ਹੈ ਨਾ ਉਹ ਜਿਹਨਾਂ ਨੂੰ ਦਿਖਦਾ ਹੀ ਨਹੀਂ ਪਿਆ ਐਵੇਂ ਚਾਰ ਗੱਲਾਂ ਇਧਰੋਂ ਸੁਣੀਆਂ ਤੇ ਚਾਰ ਗੱਲਾਂ ਇੱਧਰੋਂ ਸੁਣੀਆਂ ਤੇ ਚਾਰ ਗੱਪਾਂ ਮਾਰ ਦਿੱਤੀਆਂ ਸਟੇਜ ਦੇ ਖੜ ਉੱਤੇ ਖੜੇ ਹੋ ਕੇ ਲੋਕੀ ਉਹਦੋਂ ਸੁਣ ਕੇ ਤਾੜੀਆਂ ਮਾਰ ਦਿੰਦੇ ਨੇ ਬਾਅਦ ਚ ਆਪਸ ਵਿੱਚ ਗੱਲਾਂ ਵੀ ਕਰਦੇ ਨੇ ਹੱਸਦੇ ਵੀ ਨੇ ਯਾਰ ਐਵੇਂ ਗੱਲਾਂ ਕਰੀ ਜਾਂਦੇ ਨੇ ਨਾ ਗੱਲਾਂ ਦਾ ਕੋਈ ਸਿਰ ਨਾ ਪੈਰ ਬਸ ਐਵੇਂ ਗੱਲਾਂ ਕਰਕੇ ਚਲੇ ਜਾਣਾ ਇਹਨਾਂ ਨੇ ਐਦਾਂ ਹੀ ਚੱਲਦੇ ਰਹਿਣਾ ਐਦਾਂ ਹੀ ਸਿਸਟਮ ਚੱਲਦੇ ਰਹਿਣਾ ਇਹ ਜ਼ਰੂਰੀ ਨਹੀਂ ਹੈ ਕਿ ਐਦਾਂ ਚੱਲਦਾ ਰਹੇਗਾ ਕ ਇੱਕ ਫਿਲਮ ਹੈ ਉਹਦਾ ਇੱਕ ਡਾਇਲੋਗ ਹੈ ਕਿ ਕੋਈ ਵੀ ਦੇਸ਼ ਪਰਫੈਕਟ ਨਹੀਂ ਹੁੰਦਾ ਉਹਨੂੰ ਪਰਫੈਕਟ ਬਣਾਉਣਾ ਪੈਂਦਾ ਔਰ ਉਹਦੇ ਦੋ ਤਰੀਕੇ ਨੇ ਜਾਂ ਤਾਂ ਜੋ ਹੋ ਰਿਹਾ ਉਹਨੂੰ ਸਹੀ ਜਾਓ ਬਰਦਾਸ਼ਤ ਕਰੀ ਜਾਓ ਜਾਂ ਫਿਰ ਉੱਠੋ ਜ਼ਿੰਮੇਵਾਰੀ ਲਵੋ ਕੋਈ ਪੋਲਿਟਿਕਸ ਚਾਹੋ ਆਈਐਸ ਆਫੀਸਰ ਬਣੋ ਅਲੱਗ ਅਲੱਗ ਫੀਲਡਸ ਦੇ ਵਿੱਚ ਆਓ ਔਰ ਜ਼ਿੰਮੇਵਾਰੀ ਪੂਰੀ ਨਿਭਾਓ ਉਦਾਂ ਦੇ ਐਗਜ਼ੈਕਟਲੀ ਸਟੇਟਸਮੈਨ ਆਇਰਨ ਮੈਨ ਚਾਹੀਦੇ ਨੇ ਤਾਂ ਤੁਸੀਂ ਇੱਕ ਚੇਂਜ ਮਹਿਸੂਸ ਕਰ ਸਕਦੇ ਹੋ ਜਾਂ ਚੇਂਜ ਦੀ ਉਮੀਦ ਕਰ ਸਕਦੇ ਹੋ ਬਿਲਕੁਲ ਅਦਰਵਾਈਜ਼ ਤੇ ਇਦਾਂ ਚੱਲਣਾ ਹੋਰ ਕੁਝ ਨਹੀਂ ਬਰਦਾਸ਼ਤ ਕਰੀ ਜਾਓ ਤੇ ਤੁਰੀ ਜਾਓ ਤੇ ਗੱਲਾਂ ਵੀ ਕਰੀ ਜਾਓ ਕ੍ਰਿਟਿਸਾਈਜ਼ ਵੀ ਕਰੀ ਜਾਓ ਕੰਡੈਮ ਵੀ ਕਰੀ ਜਾਓ ਫਿਰ ਮੋੜ ਕੇੜ ਕੇ ਉਹੀ ਕੰਮ ਮੋੜ ਕੇੜ ਕੇ ਜਿਹੜੀ ਉਹ ਖੋਤੀ ਬੋੜ ਥੱਲੇ ਗੱਲ ਤਾਂ ਹੋਈ ਹੋਏਗੀ ਫਿਰ ਬਿਲਕੁਲ ਮੇਰੇ ਖਿਆਲ ਆ ਸੰਜੀਪ ਜੀ ਹੁਣ ਆਪਣਾ ਆਜ਼ਾਦਤ ਲੈਣ ਦਾ ਵਕਤ ਇੱਕੋ ਗੱਲ ਮੈਂ ਹੋਰ ਕਰਨਾ ਚਾਹੁੰਦਾ ਸੀ ਜੁਗਿੰਦਰ ਪਾਲ ਜੀ ਦੀ ਬੇਲ ਹੋ ਗਈ ਹੈ ਪਵਾ ਤੋਂ ਜਿਹੜੇ ਪਵਾ ਤੋਂ ਜਿਹੜੇ ਐਮਐਲਏ ਸੀਗੇ ਹਾਂਜੀ ਕਾਂਗਰਸ ਦੇ ਔਰ ਉਹ ਬੇਲ ਇਦਾਂ ਆਪੇ ਹੀ ਹਾਈ ਕੋਰਟ ਚ ਉਹਨਾਂ ਨੇ ਇਨ ਟਰਮ ਬੇਲ ਲਈ ਅਪਲਾਈ ਕੀਤਾ ਸੀਗਾ ਜੀ ਤੇ ਕਿਉਂਕਿ ਉਹਨਾਂ ਦੀ ਹਾਲਤ ਵਿਗੜ ਗਈ ਸੀ ਉਹਨਾਂ ਨੂੰ ਕੋਈ ਸੇਧਾ ਕੋਈ ਦਿਲ ਨਾਲ ਸੰਬੰਧਿਤ ਰੋਗ ਹੈ ਤੇ ਫਿਰ ਉਹਨਾਂ ਨੂੰ ਪੀਜੀਐਲ ਜਾਣਾ ਪਿਆ ਪੀਜੀਆਈ ਤੋਂ ਜਿਹੜੀ ਆ ਵੀਡੀਓ ਕਾਨਫਰencing ਜਰੀਏ ਉਹਨਾਂ ਦੀ ਪੇਸ਼ੀ ਹੋਈ ਆ ਔਰ ਉਹ ਸੇਧ ਦੇ ਆਧਾਰ ਤੇ ਉਹਨਾਂ ਨੂੰ ਇਨ ਟਰਮ ਬੇਲ ਹਾਲ ਦੀ ਘੜੀ ਮਿਲ ਗਈ ਹੈਗੀ ਆ ਹਨਾ ਅਦੇ ਬਾਅਦ ਚ ਪੱਕੀਆਂ ਜ਼ਮਾਨਤਾਂ ਹੁੰਦੀਆਂ ਪਰ ਗਲਤ ਹੈ ਨਾ ਕਿ ਇਹ ਸਿਆਸੀ ਲੋਕਾਂ ਦੇ ਸਿਆਸਤਦਾਨਾਂ ਦੇ ਕਾਰੋਬਾਰ ਸਿਆਸਤਦਾਨ ਹੀ ਜਿਹੜੇ ਆ ਉਹ ਮੈਜੋਰਟੀ ਜਿਹੜਾ ਕਾਰੋਬਾਰ ਆ ਪੰਜਾਬ ਦੇ ਵਿੱਚ ਉਹ ਇਨ੍ਹਾਂ ਲੋਕਾਂ ਦੇ ਆ ਹਨਾ ਫਿਰ ਇਹ ਠੱਗੀ ਠੋਰੀ ਤੋਂ ਪਿੱਛੇ ਨਹੀਂ ਹਟਦੇ ਬਕਾਇਦਾ ਪਰਚੇ ਦਰਜ ਹੁੰਦੇ ਆ ਪੁਲਿਸ ਫੜਦੀ ਆ ਮੌਕੇ ਤੇ ਜਾ ਕੇ ਮਸ਼ੀਨਰੀ ਫੜੀ ਜਾਂਦੀ ਆ ਇਹਨਾਂ ਦੇ ਕਰਿੰਦੇ ਦੌੜਦੇ ਆ ਔਰ 50% ਉਸ ਕ੍ਰਸ਼ਰ ਦੇ ਵਿੱਚ ਇਹਨਾਂ ਦਾ ਹਿੱਸਾ ਆ ਤੇ ਕਿਤੇ ਨਾ ਕਿਤੇ ਤਾਂ ਅੱਗ ਬਲੀ ਹੋਣੀ ਤਾਂ ਧੂਆ ਨਿਕਲਿਆ ਹਨ ਗੱਲ ਤਾਂ ਇਹ ਹੀ ਹੈ ਨਾ ਕਿ ਬੰਦੇ ਨੂੰ ਇੱਕ ਕੰਮ ਕਰਨਾ ਚਾਹੀਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਾਰੋਬਾਰੀ ਲੋਕ ਸਿਆਸਤ ਵਿੱਚ ਆ ਜਾਂਦੇ ਨੇ ਕਈ ਵਾਰ ਦੇਖਦੇ ਹਾਂ ਸਿਆਸੀ ਲੋਕ ਕਾਰੋਬਾਰੀ ਵਾਂਗ ਜਾਂਦੇ ਨੇ ਜਾਂ ਤਾਂ ਕਾਰੋਬਾਰ ਕਰੋ ਜੀ ਜਾਂ ਸਿਆਸਤ ਕਰੋ ਬਿਲਕੁਲ ਇੱਕ ਕੰਮ ਕਰੋ ਜੀ ਕੀ ਤੁਹਾਡੀ ਪਛਾਣ ਹੈ ਕਿਉਂਕਿ ਜੇ ਤੁਸੀਂ ਦੋ ਚੀਜ਼ਾਂ ਮਿਕਸ ਕਰੋਗੇ ਨਾ ਤਾਂ ਕੋਈ ਵੀ ਕਿਤੇ ਨਾ ਕਿਤੇ ਗੜਬੜ ਹੋਏਗੀ ਗੜਬੜ ਹੋਏਗੀ ਕਾਰੋਬਾਰ ਵਾਸਤੇ ਆਪਣੀਆਂ ਸਿਆਸਤ ਦੀਆਂ ਜਿਹੜੀਆਂ ਪਾਵਰਸ ਨੇ ਉਹਦਾ ਮਿਸ ਯੂਜ਼ ਤੁਸੀਂ ਕਰੋਗੇ ਕਰੋਗੇ ਕਿਉਂਕਿ ਮੰਗ ਕਰੇਗਾ ਤੁਹਾਡਾ ਬਿਜ਼ਨਸ ਇਸ ਗੱਲ ਦਾ ਕਿ ਤੁਸੀਂ ਆਪਣੀ ਸਿਆਸੀ ਪਾਵਰ ਦਾ ਇਸਤੇਮਾਲ ਕਰੋ ਤੇ ਬਿਜ਼ਨਸ ਨੂੰ ਸਕਸੈਸਫੁਲ ਕਰੋ ਪਰ ਜੇ ਤੁਸੀਂ ਸਿਆਸਤਦਾਨ ਤੋਂ ਬਿਜ਼ਨਸਮੈਨ ਬਣਨ ਲੱਗੇ ਹੋ ਫਿਰ ਵੀ ਆਪਣੀ ਸਿਆਸੀ ਪਾਵਰ ਦਾ ਗਲਤ ਇਸਤੇਮਾਲ ਕਰੋਗੇ ਕਿਉਂਕਿ ਤੁਸੀਂ ਬਿਜ਼ਨਸ ਐਸਟੈਬਲਿਸ਼ ਕਰਨਾ ਸੋ ਇੱਕ ਕੰਮ ਕਰੋ ਔਰ ਉਸ ਕੰਮ ਨੂੰ ਪੂਰੀ ਤਰ੍ਹਾਂ ਕਰੋ ਔਰ ਉਹੀ ਤੁਹਾਡੀ ਪਛਾਣ ਹੋਣੀ ਚਾਹੀਦੀ ਆ ਸੋ ਹੁਣ ਇੱਕ ਕੰਮ ਆਪਾਂ ਕਰਨਾ ਹੈ ਕਿ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਆਪਾਂ ਆਗਿਆ ਲੈਣੀ ਆ ਆਪਣੇ ਦਰਸ਼ਕਾਂ ਕੋਲੋਂ ਸੋ ਪਿਆਰੇ ਦਰਸ਼ਕੋ ਅੱਜ ਲਈ ਬਸ ਇੰਨਾ ਹੀ ਮੈਨੂੰ ਨਿਰਿੰਦਰ ਸਿੰਘ ਸੱਤੀ ਨੂੰ ਤੇ ਮੈਨੂੰ ਸੰਜੀਵ ਯਾਸ਼ਕੰਦਨ ਨੂੰ ਦੇ ਦਿਓ ਇਜਾਜ਼ਤ ਪਰ ਵਾਦਾ ਫੇਰ ਨਵਾਂ ਐਪੀਸੋਡ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਖਬਰ ਜੰਕਸ਼ਨ ਦਾ ਸਤਿ ਸ੍ਰੀ ਅਕਾਲ ਜੀ